ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਕੌਮ ਦੇ ਦਰਸ਼ਕੋ, ਪ੍ਰੋਗਰਾਮ ਅੱਜ ਦੇ ਭੱਖ ਦੇ ਮਸਲੇ ਵਿੱਚ ਆਪ ਜੀ ਨੂੰ ਜੀਆਂ ਆਖਦੇ ਹਾਂ ਅਤੇ ਅਸੀਂ ਅੱਜ ਗੱਲਬਾਤ ਕਰਾਂਗੇ ਜੋ ਕਰੋਨਾ ਦੀ ਜਿਹੜੀ ਭਿਆਨਕ ਬਿਮਾਰੀ ਆ ਜਿਹਦੇ ਕਰਕੇ ਪੂਰਾ ਸੰਸਾਰ ਦਹਿਸ਼ਤ ਦੇ ਵਿੱਚ ਆ, ਅਤੇ ਮਨੁੱਖੀ ਅਧਿਕਾਰਾਂ ਦੇ ਸੰਬੰਧ ਦੇ ਵਿੱਚ ਕਰਾਂਗੇ ਗੱਲਬਾਤ। ਅਤੇ ਸਾਡੇ ਨਾਲ ਲਾਈਨ 'ਤੇ ਹਾਜ਼ਰ ਹਨ ਡਾਕਟਰ ਸੁਰਿੰਦਰ ਕੌਰ ਜੀ ਕਵਲ ਅੰਮ੍ਰਿਤਸਰ ਤੋਂ, ਇਸੇ ਹੀ ਤਰ੍ਹਾਂ ਜਸਵਿੰਦਰ ਸਿੰਘ ਜੀ ਰਾਜਾ ਉਹ ਲੁਧਿਆਣੇ ਤੋਂ, ਜਿਹੜੇ ਮਤਲਬ ਸਾਡੇ ਰਾਜਨੀਤੀ ਦੇ ਗੱਲਬਾਤ ਕਰਨਗੇ, ਜਿਹੜੀਆਂ ਮਤਲਬ ਆਪਾਂ ਇਹ ਕਹੀਏ ਵੀ ਸਿਆਸੀ ਖਬਰਾਂ ਖੁਬਰਾਂ ਹੋਰ ਉੱਤੇ ਅਨਰਥਿਤ ਕਰਨਗੇ। ਅਤੇ ਨਾਲ ਹੀ ਕੁਲਦੀਪ ਸਿੰਘ ਜੀ ਪੱਡਾ ਸਵੀਡਨ ਤੋਂ, ਉਹ ਸਾਡੇ ਨਾਲ ਹਾਜ਼ਰ ਹਨ। ਸਾਰਿਆਂ ਨੂੰ ਮੈਂ ਇੱਕ ਰੂਪ 'ਚ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬੀਬੀ ਜੀ, ਸਭ ਤੋਂ ਪਹਿਲਾਂ ਤੁਸੀਂ ਕਰੋਨਾ ਦੇ ਬਾਰੇ ਜਿਹੜਾ ਹੈ ਬਿਮਾਰੀ ਕੀ ਆ, ਲੋਕ ਬਹੁਤ ਡਰੇ ਹੋਏ ਆ, ਤੇ ਤੁਸੀਂ ਇਹਦੇ ਸੰਬੰਧ 'ਚ ਕੀ ਜਾਣਦੇ ਆ, ਸਾਡੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੋਗੇ ਕਰੋਨਾ ਦੇ ਬਾਰੇ? ਜੀ, ਪਹਿਲੀ ਗੱਲ ਤਾਂ ਇਹ ਆ ਕਿ ਕਰੋਨਾ ਜਿਸ ਤਰ੍ਹਾਂ ਕਿ ਪਹਿਲਾਂ ਬਹੁਤ ਸਾਰੀਆਂ ਮਹਾਂਮਾਰੀਆਂ ਜਿਹੜੀਆਂ ਨੇ ਉਹ ਸਮੇਂ ਸਮੇਂ ਤੇ ਜਿਹੜੀ ਆ ਮਨੁੱਖਤਾ ਨੂੰ ਉਹਨਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਵਾ, ਇਸੇ ਹੀ ਤਰ੍ਹਾਂ ਜਿਸ ਤਰ੍ਹਾਂ ਹਰ 100 ਸਾਲ ਬਾਅਦ ਕੋਈ ਨਾ ਕੋਈ ਮਹਾਂਮਾਰੀ ਜਿਹੜੀ ਆ ਉਹ ਮਨੁੱਖਤਾ ਦੇ ਉੱਤੇ ਪੈਂਦੀ ਆ, ਤੇ ਕਰੋਨਾ ਵੀ ਉਸੇ ਹੀ ਤਰ੍ਹਾਂ ਉਹਨਾਂ ਮਹਾਂਮਾਰੀਆਂ ਦੀ ਤਰ੍ਹਾਂ ਹੀ ਜਿਹੜਾ ਵਾ ਉਹਨੇ ਮਨੁੱਖ ਨੂੰ ਚਪੇਟ ਦੇ ਵਿੱਚ ਲਿਆ ਵਾ। ਪਰ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਹੈਗੀ ਆ ਕਿ ਜੇਕਰ ਚੀਨ ਨੂੰ ਇਹ ਪਤਾ ਸੀਗਾ ਕਿ ਸਾਡੇ ਇੱਥੋਂ ਇਹ ਪ੍ਰੋਬਲਮ ਜਿਹੜੀ ਆ ਉਹ ਸ਼ੁਰੂ ਹੋ ਰਹੀ ਆ, ਤੇ ਬਜਾਏ ਕਿ ਪੂਰੇ ਸੰਸਾਰ ਨੂੰ ਉਸ ਨੂੰ ਲਪੇਟ ਦੇ ਵਿੱਚ ਲੈਣ ਤੇ ਚੀਨ ਨੂੰ ਇਹ WHO ਦੇ ਨਾਲ ਕਰਕੇ ਗੱਲ ਇਹ ਮਤਲਬ ਇੱਕ ਤਾੜਨਾ ਕਰਨੀ ਚਾਹੀਦੀ ਸੀ ਸੰਸਾਰ ਨੂੰ ਪਹਿਲਾਂ ਕਿ ਸਾਡੇ ਵੱਲੋਂ ਇਹ ਜਿਹੜੀ ਇਹ ਪ੍ਰੋਬਲਮ ਅਰਾਈਜ਼ ਹੋ ਰਹੀ ਆ, ਤੇ ਸਮਾਂ ਰਹਿੰਦਿਆਂ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਜਿਹੜਾ ਵਾ ਉਹ ਠੀਕ ਕਰ ਲੈਂਦੇ ਜਾਂ ਇਸ ਬਿਮਾਰੀ ਨਾਲ ਲੜਨ ਦੇ ਲਈ ਜਿਹੜੇ ਉਹ ਕਾਬਲੀਅਤ ਰੱਖ ਲੈਂਦੇ। ਤੇ ਮਤਲਬ ਇਹ ਸਾਰੀ ਚੀਜ਼ ਜਿਹੜੀ ਆ, ਕਰੋਨਾ ਇੱਕ ਬਹੁਤ ਤਕੜੀ ਮਹਾਂਮਾਰੀ ਦੇ ਰੂਪ ਦੇ ਵਿੱਚ ਜਿਹਨੇ ਸਾਰੇ ਸੰਸਾਰ ਨੂੰ ਚਪੇਟ ਦੇ ਵਿੱਚ ਲੈ ਲਿਆ ਵਾ, ਇੱਕ ਛੋਟਾ ਵਾਇਰਸ ਆ। ਤੇ ਜੇਕਰ ਅਸੀਂ ਕਹਿੰਦੇ ਹਾਂ ਕਿ ਪੂਰੇ ਸੰਸਾਰ ਪੱਧਰ ਦੇ ਉੱਤੇ ਸਾਰਿਆਂ ਦੇਸ਼ਾਂ ਨੇ ਵੱਡੇ ਵੱਡੇ ਪਰਮਾਣੂ ਹਥਿਆਰ ਬਣਾ ਲਏ ਨੇ, ਹਨਾ, ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਸਾਰੇ ਜਣੇ। ਤੇ ਜੇ ਕਿਸੇ ਵੀ ਦੇਸ਼ ਦੇ ਰਾਸ਼ਟਰਪਤੀ ਜਾਂ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ, ਲੇਕਿਨ ਇੱਕ ਛੋਟੇ ਜੀਵਾਣੂ ਦੀ ਮਾਰ ਦੇ ਹੇਠੋਂ ਸਾਰੀ ਜਿਹੜੀ ਦੁਨੀਆ ਵਾ ਉਹ ਨਹੀਂ ਨਿਕਲ ਪਾ ਰਹੀ। ਤਾਂ ਕਿਤੇ ਨਾ ਕਿਤੇ ਅਸੀਂ ਫਿਰ ਵੀ 21ਵੀਂ ਸਦੀ ਦੇ ਵਿੱਚ ਸਾਇੰਸ ਦੇ ਨਾਲ ਅਗਰ ਅਸੀਂ ਸੋਚਦੇ ਹਾਂ ਕਿ ਅਸੀਂ ਬੜੀ ਵੱਡੀ ਉਪਲਬਧੀ ਕਰ ਲਈ ਹੈ, ਤਾਂ ਨਹੀਂ ਕਰ ਪਾ ਰਹੇ ਅਸੀਂ ਅਜੇ ਵੀ। ਠੀਕ ਬੀਬੀ ਜੀ, ਜਿੱਦਾਂ ਆਪਾਂ ਇਹ ਗੱਲ ਕਰਦੇ ਹਾਂ, ਪਰ ਹੁਣ ਤਾਂ ਜਿਹੜੀਆਂ ਗੱਲਾਂ ਉਦੋਂ ਮਤਲਬ ਜਿਹੜਾ ਤੁਸੀਂ ਕਿਹਾ ਵੀ ਪਹਿਲਾਂ ਸੁਚੇਤ ਕਰਨਾ ਚਾਹੀਦਾ, ਉਦੋਂ ਗੱਲ ਅੱਗੇ ਨਿਕਲ ਗਈ ਆ, ਹੁਣ ਕੀ ਕਰੀਏ? ਹੁਣ ਤਾਂ ਸਾਡਾ ਭਾਰਤ ਵੀ, ਪੰਜਾਬ ਵੀ ਜਿਹੜਾ ਇਹਦੀ ਚਪੇਟ ਦੇ ਵਿੱਚ ਆ ਚੁੱਕਾ ਹੈ। ਬਿਲਕੁਲ ਜੀ, ਬਿਲਕੁਲ ਬੇਟਾ ਜੀ, ਮੈਂ ਇਹ ਗੱਲ ਤੁਹਾਨੂੰ ਮਤਲਬ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਇੱਥੇ ਮਾਹੌਲ ਆ ਜਾਂ ਇੰਡੀਆ ਦੇ ਵਿੱਚ ਮਾਹੌਲ ਆ, ਜਿਵੇਂ ਕਿ ਇੰਡੀਆ ਦੇ ਵਿੱਚ ਹੁਣ ਤੱਕ ਜਿਹੜੀਆਂ 20 ਡੈਥ ਹੋ ਚੁੱਕੀਆਂ ਨੇ, ਜਦਕਿ ਹਾਈਲੀ ਪਾਪੂਲੇਟਡ ਏਰੀਆ ਵਾ ਇਹ ਇੰਡੀਆ ਜਿਹੜਾ ਸਾਡਾ ਵਾ, ਹਾਈਲੀ ਪਾਪੂਲੇਟਡ ਏਰੀਆ। ਪਰ ਮੋਦੀ ਸਾਹਿਬ ਨੇ, ਜਿਵੇਂ ਕੈਪਟਨ ਸਾਹਿਬ ਨੇ, ਸਮਾਂ ਰਹਿੰਦਿਆਂ ਇੱਥੇ ਜਿਹੜਾ ਵਾ ਉਹ ਮਤਲਬ ਲੋਕਡਾਊਨ ਕਰ ਦਿੱਤਾ ਵਾ, ਸ਼ਾਇਦ ਉਹਦੇ ਕਰਕੇ ਜਿਹੜਾ ਵਾ ਇਹ ਸੰਜੀਦਗੀ ਦੇ ਨਾਲ ਸਮੇਂ ਤੋਂ ਪਹਿਲਾਂ ਹੀ ਜਿਹੜਾ ਕਦਮ ਚੁੱਕਿਆ ਗਿਆ ਵਾ, ਜਦੋਂ ਕਿ ਬਾਕੀ ਸਾਰੇ ਦੇਸ਼ਾਂ ਦੇ ਵਿੱਚ ਜਿਵੇਂ ਚੀਨ ਤੋਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਇਟਲੀ ਤੋਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਇਰਾਨ ਤੋਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਸੋ ਇਹਨਾਂ ਨੇ ਸਮਾਂ ਰਹਿੰਦਿਆਂ ਜਿਹੜਾ ਲੋਕਡਾਊਨ ਕਰ ਦਿੱਤਾ, ਮੈਨੂੰ ਲੱਗਦਾ ਕਿ ਜਿਹੜਾ ਸੋਸ਼ਲ ਡਿਸਟੈਂਸ ਆ ਉਹੀ ਜਿਹੜਾ ਇੱਕ ਮਤਲਬ ਇੱਕ ਕਾਰਗਰ ਹਥਿਆਰ ਸਾਬਿਤ ਹੋ ਰਿਹਾ ਵਾ ਇਸ ਸੰਦਰਭ ਦੇ ਵਿੱਚ। ਲੇਕਿਨ ਜੇਕਰ ਸੋਸ਼ਲ ਡਿਸਟੈਂਸ ਹੀ ਇੱਕ ਕਾਰਗਰ ਹਥਿਆਰ ਸਾਬਿਤ ਹੋ ਰਿਹਾ, ਤੇ ਫਿਰ ਅਸੀਂ 21ਵੀਂ ਸਦੀ ਦੇ ਵਿੱਚ ਰਹਿ ਕੇ ਸਾਇੰਸ
ਦੀਆਂ ਜਿਹੜੀਆਂ ਵੱਡੀਆਂ ਕਾਢਾਂ ਦੀ ਗੱਲ ਕਰਦੇ ਹਾਂ ਉੱਥੇ ਅਸੀਂ ਨਾਕਾਮਯਾਬ ਸਾਬਿਤ ਹੋ ਰਹੇ ਹਾਂ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ ਬੀਬੀ ਜੀ। ਅਸੀਂ ਹੁਣ ਜਿਹੜੇ ਸਾਡੇ ਨਾਲ ਗੈਸਟ ਆ ਉਹਨਾਂ ਨਾਲ ਚੱਲਦੇ ਹਾਂ। ਰਾਜਾ ਜੀ, ਤੁਸੀਂ ਜਿੱਦਾਂ ਇਹਦੇ ਨੂੰ ਜਿਹੜਾ ਕਰੋਨਾ ਵਾਇਰਸ ਹੈ ਜਿਹਦੇ ਨਾਲ ਪੂਰੀ ਦੁਨੀਆ ਹਿੱਲੀ ਪਈ ਆ, ਅਤੇ ਪੰਜਾਬ ਦੇ ਵਿੱਚ ਮਤਲਬ ਜਿਹੜੀਆਂ ਸਿਆਸੀ ਪਾਰਟੀਆਂ ਵੀ ਸਾਰੇ ਜਾਂ ਸਰਕਾਰਾਂ ਵੀ, ਪੰਜਾਬ ਸਰਕਾਰ ਲਾ ਲਓ ਜਾਂ ਕੇਂਦਰ ਸਰਕਾਰ ਲਾ ਲਓ, ਉਹਨਾਂ ਨੇ ਲੋਕਡਾਊਨ ਕੀਤਾ ਹੋਇਆ, ਲੇਕਿਨ ਲੋਕ ਉਹਦੇ 'ਤੇ ਪਹਿਰਾ ਨਹੀਂ ਦੇ ਰਹੇ। ਬਹੁਤ ਬਹੁਤ ਧੰਨਵਾਦ ਰਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਜਿੱਦਾਂ ਕਿ ਭੈਣ ਜੀ ਹਰੀ ਦੱਸ ਕੇ ਗਏ ਨੇ, ਜਿਹੜੀ ਇਹ ਮਹਾਂਮਾਰੀ ਹੈ ਇਹ ਕੋਈ ਆਮ ਬਿਮਾਰੀ ਨਹੀਂ ਹੈ, ਜਿੱਥੋਂ ਤੱਕ ਸਾਡੇ ਹੁਣ ਤੱਕ ਸਮਝ ਆਈ ਹੈ। ਦੁਨੀਆ ਭਰ ਦੇ ਕੇਸ ਜਿਹੜੇ ਨੇ ਉਹਨਾਂ ਨੂੰ ਬਚਣ ਤੋਂ ਬਾਅਦ ਇਹੀ ਨਜ਼ਰ ਆ ਰਿਹਾ ਕੋਈ ਆਮ ਬਿਮਾਰੀ ਨਹੀਂ ਹੈ, ਇੱਕ ਤਰ੍ਹਾਂ ਕਿਤੇ ਜਨਰੇਟ ਕੀਤੀ ਹੋਈ ਬਿਮਾਰੀ ਹੈ, ਜਿਹਨੂੰ ਇਕਨੋਮਿਕਲੀ ਤੌਰ ਦੇ ਉੱਤੇ ਜਿਹੜਾ ਇੱਕ ਜੰਗ ਦੇ ਰੂਪ ਦੇ ਵਿੱਚ ਖੜਾ ਕੀਤਾ ਗਿਆ, ਜੋ ਹੁਣ ਤੱਕ ਦੀ ਸਮਝ ਦੇ ਵਿੱਚ ਆ ਰਿਹਾ, ਕਿਉਂਕਿ ਅਮਰੀਕਾ ਵਾਲਿਆਂ ਦੇ ਉੱਤੇ, ਚਾਈਨਾ ਦੇ ਉੱਤੇ ਦੋਸ਼ ਲਗਾਇਆ ਜਾਂ ਹੋਰ ਕਈ ਮੁਲਕਾਂ ਨੇ ਇਸ ਚੀਜ਼ ਤੇ ਦੋਸ਼ ਲਗਾਇਆ। ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ, ਇਹਨਾਂ ਦੇ ਉੱਤੇ ਮੁਕੱਦਮਾ ਵੀ ਕੀਤਾ ਗਿਆ ਚਾਈਨਾ ਦੇ ਉੱਤੇ ਇਕਨੋਮਿਕ ਤੌਰ ਤੇ। ਠੀਕ ਹੈ, ਤੇ ਚਾਈਨਾ ਦੀ ਜਿਹੜੀ ਗੱਲ ਕਰੀਏ, ਚਾਈਨਾ ਤੋਂ ਜਿਸ ਹਿਸਾਬ ਨਾਲ ਬਿਮਾਰੀ ਨਿਕਲੀ ਹੈ, ਪਰ ਚਾਈਨਾ ਦੇ ਜਿੰਨੇ ਵੀ ਆਂਕੜੇ ਦੇਖ ਰਹੇ, ਵੁਹਾਨ ਤੋਂ ਸਿਟੀ ਤੋਂ ਬਾਹਰ ਹੈ, ਚਾਈਨਾ ਦੀ ਆਪਣੀ ਕੈਪੀਟਲ ਵਿੱਚ ਇਸ ਬਿਮਾਰੀ ਦਾ ਕੋਈ ਐਡਾ ਜ਼ੋਰ ਦੇਖਣ ਨੂੰ ਨਹੀਂ ਮਿਲਿਆ। ਚੀਨ ਦੇ ਵਿੱਚ ਕੋਈ ਜ਼ੋਰ ਦੇਖਣ ਨੂੰ ਮਿਲਿਆ, ਰਸ਼ੀਆ ਵਗੈਰਾ ਜਾਂ ਉਹਨਾਂ ਮੁਲਕਾਂ ਦੀ ਜਿਹਨਾਂ ਦੀ ਚਾਈਨਾ ਨਾਲ ਬਹੁਤ ਸਿਸਟਮ ਵਧੀਆ ਕਿਉਂ ਨਹੀਂ ਗਏ, ਉਹਨਾਂ ਮੁਲਕਾਂ ਦੇ ਵਿੱਚ ਇਹਦਾ ਜ਼ੋਰ ਦੇਖਣ ਨੂੰ ਨਹੀਂ ਮਿਲਿਆ। ਦੇਖਣ ਨੂੰ ਮਿਲਿਆ ਤਾਂ ਇਟਲੀ ਦੇ ਵਿੱਚ, ਸਪੇਨ ਦੇ ਵਿੱਚ, ਯੂਰਪ ਦੇ ਵਿੱਚ ਇਹਨਾਂ ਬਿਮਾਰੀਆਂ ਦਾ, ਜੋ ਜਿੱਥੇ ਇਹ ਮਹਾਂਮਾਰੀ ਦਾ ਰੂਪ ਉਹ ਦੂਜੀ ਸਭ ਤੋਂ ਬਿਮਾਰੀ ਜਿਹੜੀ ਹੈ ਹੁਣ ਤੱਕ ਦਾ, ਜਿਹੜਾ ਇਹਦੀਆਂ ਮੌਤਾਂ ਦਾ ਆਂਕੜਾ ਮੈਂ ਗੱਲ ਕਰਾਂ, ਬਿਮਾਰੀ ਦਾ ਆਂਕੜਾ ਤਾਂ ਬਹੁਤ ਹੈ ਜਿੰਨਾ ਕੋਈ ਸਰਕਾਰ ਜਨਤਕ ਕਰ ਰਹੀ ਹੈ, ਬਹੁਤਾ ਆਂਕੜਾ ਤਾਂ ਹਿਡਨ ਕਰ ਰਹੀ ਹੈ, ਮੌਤਾਂ ਦਾ ਆਂਕੜਾ ਵੱਡੇ ਬਜ਼ੁਰਗਾਂ ਦਾ। ਤੇ ਬਿਮਾਰੀ ਨੂੰ ਇਸ ਗੱਲ ਲਈ ਇਹ ਸਮਝ ਲੈਣਾ ਚਾਹੀਦਾ ਲੋਕਾਂ ਨੂੰ, ਇਸ ਚੀਜ਼ ਦਾ ਹਜੇ ਤੱਕ ਕਿਸੇ ਕੰਟਰੀ ਦੇ ਕੋਲ ਕੋਈ ਇਲਾਜ ਨਹੀਂ ਹੈ। ਠੀਕ ਹੈ, ਇਹਦਾ ਇੱਕੋ ਹੀ ਇਲਾਜ ਹੈ, ਦੂਰੀ ਬਣਾ ਕੇ ਰੱਖਣਾ ਤੇ ਆਪਣੇ ਆਪ ਨੂੰ ਹਜੀਰ ਕਰਕੇ ਰੱਖਣਾ। ਇਹ ਬੜੀ ਵੱਡੀ ਪੱਧਰ ਤੇ ਹੈ, ਆਮ ਤੌਰ ਤੇ ਆਪਾਂ ਗੱਲ ਕਰ ਰਹੇ ਹਾਂ, ਧਾਰਮਿਕ ਤੌਰ ਤੇ ਵੀ ਗੱਲ ਕੀਤੀ ਜਾ ਰਹੀ ਹੈ, ਗੁਰਦੁਆਰੇ ਮੰਦਰਾਂ ਦੀ ਗੱਲ ਕੀਤੀ ਜਾ ਰਹੀ ਹੈ, ਵੀ ਹਸਪਤਾਲ ਜ਼ਰੂਰੀ ਨੇ, ਗੁਰਦੁਆਰੇ ਮੰਦਰ ਘੱਟ ਨੇ, ਸਕੂਲ ਜ਼ਰੂਰੀ ਨੇ, ਪਰ ਮੈਂ ਇੱਥੇ ਦੱਸਣਾ ਚਾਹ ਰਿਹਾ, ਇਹ ਲੋਕੀ ਆਪਣੀਆਂ ਭਾਵਨਾਵਾਂ ਜਾਂ ਜੇ ਸਾਧਨ ਮਿਲ ਗਏ ਆਪਾਂ ਨੂੰ ਐਵੇਂ ਗੱਲਾਂ ਬਣਾਉਣ ਦੀਆਂ ਗੱਲਾਂ, ਪਰ ਮੁੱਢਲੀ ਜਿਹੜੀ ਗੱਲ ਹੈ ਬਿਮਾਰੀ ਦੀ ਨੂੰ ਸਮਝ ਨਹੀਂ ਰਹੇ। ਉਹ ਮੁਲਕ ਇਟਲੀ ਵਰਗੇ, ਸਪੇਨ ਵਰਗੇ, ਅਮਰੀਕਾ ਵਰਗੇ, ਅੱਜ ਉਹਨਾਂ ਨੂੰ ਲੋਕਡਾਊਨ ਕਰਨਾ ਪੈ ਗਿਆ, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਅੱਜ ਅਨਾਊਂਸਮੈਂਟ ਕਰਨੀ ਪੈ ਗਈ, ਆਸਟ੍ਰੇਲੀਆ ਵਾਲੇ ਤਿਆਰ ਬੈਠੇ ਨੇ, ਉਹਨਾਂ ਮੁਲਕਾਂ ਨੂੰ ਅਨਾਊਂਸਮੈਂਟ ਕਰਨਾ ਪੈ ਗਿਆ। ਉਹ ਮੁਲਕ ਸਾਇੰਸ ਵੱਲੋਂ, ਡਾਕਟਰੀ ਸਹੂਲਤਾਂ ਵੱਲੋਂ ਜਾਂ ਇਹਨਾਂ ਚੀਜ਼ਾਂ ਵੱਲੋਂ ਆਪਣੇ ਇਹਨਾਂ ਨੂੰ ਬਹੁਤ ਜ਼ਿਆਦਾ ਅੱਗੇ ਨੇ, ਬਟ ਉਹ ਵੀ ਇਸ ਬਿਮਾਰੀ ਭਿਆਨਕ ਰੂਪ ਦਾ ਸਾਹਮਣਾ ਕਰ ਰਹੇ ਨੇ। ਹਾਂਜੀ, ਜਿੱਦਾਂ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਆਪਣੇ ਪੰਜਾਬ ਦੇ ਵਿੱਚ ਇਹ ਬਹੁਤ ਲੋਕੀ ਦੋਸ਼ ਲਾ ਰਿਹਾ ਵੀ ਇਹ ਬਿਮਾਰੀ ਜਿਹੜੀ ਹੈ ਬਾਹਰੋਂ, ਸਰਦਾਰ ਬਲਦੇਵ ਸਿੰਘ ਜੀ ਜਿਹੜੇ ਜਰਮਨੀ ਤੋਂ ਹੁੰਦੇ ਹੋਏ, ਇਟਲੀ ਤੋਂ ਹੁੰਦੇ ਹੋਏ ਪੰਜਾਬ ਆਏ ਆ, ਉਹਨਾਂ ਨੂੰ ਅੱਜ ਦੀਆਂ ਅਖਬਾਰਾਂ, ਇੱਥੋਂ ਤੱਕ ਕਿ ਜਿਹੜਾ ਮੂਸੇਵਾਲੇ ਆ ਉਹਨੂੰ ਗਾਣਾ ਵੀ ਕੱਢ ਦਿੱਤਾ ਕਿ ਉਹ ਇਟਲੀ ਵਾਲੇ, ਮਤਲਬ ਇਹਦੇ ਨਾਲ ਜਿਹੜੇ ਬਾਹਰਲੇ ਲੋਕ ਆ ਜਿੱਦਾਂ ਸਾਡੇ ਭੈਣ ਭਰਾ ਆ, ਉਹਨਾਂ ਨੂੰ ਬੜੀ ਠੇਸ ਪਹੁੰਚੀ ਆ ਵੀ ਸਾਡੇ 'ਤੇ ਇੱਕ ਇਲਜ਼ਾਮ ਲਾਇਆ ਜਾ ਰਿਹਾ ਵੀ ਅਸੀਂ ਬਿਮਾਰੀ ਲੈਣ ਦੀ। ਨਹੀਂ 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 ਦੇਖੋ, ਇਹਦੇ 'ਚ ਬੜੀ ਇਹ ਹਰ ਚੀਜ਼ ਦਾ ਨਾ ਇੱਕ ਪ੍ਰੋਪੇਗੰਡਾ ਬਣ ਜਾਂਦਾ, ਲੋਕ ਆਪਣੇ ਆਪ ਨੂੰ ਫੇਮਸ ਹੋਣ ਲਈ ਬੜੇ ਤਰ੍ਹਾਂ ਦੀਆਂ ਗੱਲਾਂ ਕਰ ਲੈਣੇ, ਕੋਰੋਨਾ ਵਾਇਰਸ ਦੇ ਉੱਤੇ ਗਾਣੇ ਬਣ ਗਏ, ਕੋਰੋਨਾ ਵਾਇਰਸ ਦੇ ਉੱਤੇ ਉਹ ਬੜਾ ਕੁਛ ਪਖੰਡ ਵੀ ਕੀਤਾ ਜਾ ਰਿਹਾ, ਪਰ ਮੈਂ ਇੱਥੇ ਤੁਹਾਨੂੰ ਇੱਕ ਸਮਝਾ ਦੇਣਾ ਚਾਹੁੰਦਾ, ਜਿਹੜੇ ਬਾਹਰੋਂ ਆ ਰਹੇ ਲੋਕ ਨੇ, ਜਿਹੜੇ ਬਾਹਰੋਂ ਆ ਰਹੇ ਲੋਕ ਨੇ, ਉਹ ਨਦਾਨ ਨਹੀਂ ਹੈ। ਅਗਰ ਉਹ ਬਾਹਰੋਂ ਆ ਰਹੇ ਨੇ, ਆ ਤਾਂ ਆਪਣੇ ਘਰ ਦੇ ਵਿੱਚ ਰਹੇ ਨੇ, ਕਿਸੇ ਨਾ ਮੁਰਾਦ ਬਿਮਾਰੀ ਨੂੰ ਉਹ ਆਪਣੇ ਘਰ ਦੇ ਵਿੱਚ ਕਿਉਂ ਲੈ ਕੇ ਆਣਗੇ। ਇੱਥੇ ਇਹਦੇ ਵਿੱਚ ਸਮਝਣ ਵਾਲੀ ਲੋੜ ਹੈ,
ਹੁਣ ਤੱਕ ਦਾ ਜਿਹੜਾ ਇਹਦੇ ਸਮਝ ਆਉਂਦਾ, ਜਿਹੜੀ ਇਹ ਬਿਮਾਰੀਆਂ ਦੇ ਸਿੰਪਟਮਸ ਜਿਹੜੇ ਹੈ, ਹਾਂਜੀ 15 ਦਿਨ ਬਾਅਦ ਜਾ ਕੇ ਪਤਾ ਲੱਗਦਾ ਵੀ ਉਸ ਬਿਮਾਰੀ ਨਾਲ ਕੋਈ ਇਨਫੈਕਟਡ ਹੈ ਜਾਂ ਨਹੀਂ ਹੈ। ਠੀਕ ਹੈ, ਦੂਸਰਾ ਇੰਡੀਕੇਟਰ ਲੈਬ ਟੈਸਟ ਜਿਹੜੀ ਹੈ, ਬੜੀ ਹਾਈ ਪ੍ਰੋਫਾਈਲ ਲੈਬ ਟੈਸਟਿੰਗ ਹੈ ਜਿਹੜੀ ਆਮ ਤੌਰ ਤੇ ਇੱਥੇ ਅਵੇਲੇਬਿਲਟੀ ਨਹੀਂ ਸੀ। ਠੀਕ ਇਹ ਹੈ, ਸਮਝਣ ਦੀ ਲੋੜ ਹੈ ਲੋਕਾਂ ਨੂੰ। ਮੈਂ ਗੱਲ ਕਰਦੇ ਹਾਂ ਬਲਦੇਵ ਸਿੰਘ ਜੀ ਦਾ, ਇਹ ਤਾਂ ਸਾਡੀ ਖੁਸ਼ਕਿਸਮਤੀ ਦੇ ਤੌਰ ਤੇ ਵੀ ਲੈਣਾ ਚਾਹੀਦਾ ਵੀ ਬਲਦੇਵ ਸਿੰਘ ਜੀ ਇਨਫੈਕਟਡ ਸੀਗੇ, ਠੀਕ ਹੈ, ਉਹ ਡਿਟੈਕਟ ਹੋ ਗਏ, ਉਹਨਾਂ ਦੇ ਡਿਟੈਕਸ਼ਨ ਦੇ ਨਾਲ ਨਾਲ ਉਹ ਜਿੰਨਾ ਜਗ੍ਹਾ ਤੇ ਗਏ ਉਹ ਸਾਰੇ ਡਿਟੈਕਟ ਹੋ ਰਹੇ ਨੇ, ਠੀਕ ਹੈ, ਉਹ ਕੇਸ ਫੜਨ ਦੇ ਵਿਚ ਆ ਰਹੇ ਨੇ। ਇਹ ਬੜੀ ਠੀਕ ਵੱਡੀ ਹੈ, ਗੱਲ ਹੈ। ਉਹ ਦੂਜੇ ਪਹਿਲੂ ਦੇ ਕਹਿ ਲੈਣੇ, ਮੈਂ ਇਹਨੂੰ ਬੜੇ ਦੂਸਰੇ ਤਰੀਕੇ ਨਾਲ ਲੈ ਰਿਹਾ। ਇਹ ਬੜੀ ਵੱਡੀ ਗੱਲ ਹੈ ਵੀ ਬਲਦੇਵ ਜੀ ਬੜੀ ਜਲਦੀ ਡਿਟੈਕਟ ਹੋ ਗਏ, ਉਹਨਾਂ ਦੀ ਬਿਮਾਰੀ ਦਾ ਪਤਾ ਲੱਗ ਗਿਆ ਵੀ ਉਹ ਕੋਰੋਨਾ ਵਾਇਰਸ ਤੋਂ ਪੀੜਿਤ ਨੇ, ਉਹਨਾਂ ਦੇ ਨਾਲ ਜੁੜੇ ਹੋਏ ਜਿੰਨੇ ਲੋਕ ਜਿਨ੍ਹਾਂ ਨੂੰ ਮਿਲਣੇ ਉਹ ਬਿਮਾਰੀ ਨਾਲ ਪੀੜਿਤ ਹੋ ਗਏ। ਹੁਣ ਗੱਲ ਇੱਥੇ ਆ ਵੀ ਬਲਦੇਵ ਜੀ ਆਪਣਾ ਹੋਲਾ ਮਹੱਲਾ ਸਾਹਿਬ ਵੀ ਗਏ ਸੀਗੇ, ਉੱਥੇ ਭਾਰੀ ਸੰਗਤ। ਹੁਣ ਮੁੱਢਲਾ ਫਰਜ਼ ਬਲਦੇਵ ਜੀ ਦੇ ਤੁਸੀਂ ਦੋਸ਼ ਲਗਾ ਲਿਆ, ਮੈਂ ਪਬਲਿਕ ਨੂੰ ਕਹਿਣਾ ਚਾਹੁੰਦਾ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਨ੍ਹਾਂ ਨੂੰ ਪਤਾ ਸੀ ਹੋਲਾ ਮਹੱਲਾ ਜਾ ਕੇ ਆਇਆ, ਆਪਣੇ ਆਪ ਨੂੰ ਆਈਸੋਲੇਟ ਕਰੋ, ਆਪਣੇ ਆਪ ਨੂੰ ਹਾਈਜੀਨ ਕਰੋ, ਆਪਣੇ ਆਪ ਨੂੰ ਕੁਆਰੰਟਾਈਨ ਕਰੋ ਤੇ ਲੋਕਾਂ ਤੋਂ ਵੱਖ ਰੱਖੋ ਜਦ ਤੱਕ ਤੁਹਾਨੂੰ ਆਪਣੇ ਆਪ ਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਬਿਮਾਰੀ ਨਾਲ ਪੀੜਿਤ ਹੋ ਜਾਂ ਨਹੀਂ ਹੋ। ਅਗਰ ਤੁਸੀਂ ਉਹ ਬਿਮਾਰੀ ਨਾਲ ਪੀੜਿਤ ਰਾਜਾ ਹੋ ਜੀ, ਜਿੱਦਾਂ ਤੁਸੀਂ ਉਹ ਬਿਮਾਰੀ ਫੈਲਾਉਂਦੇ ਜਾਓਗੇ। ਇਹ ਵੀ ਸੁਣਨ ਦੇ ਵਿੱਚ ਆਇਆ ਕਿ ਜਦੋਂ ਮਤਲਬ ਬਲਦੇਵ ਸਿੰਘ ਹੁਣ ਦਾ ਇਲਾਜ ਹੋ ਰਿਹਾ ਸੀ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ, ਉਹ ਹਸਪਤਾਲ ਵਾਲਿਆਂ ਨੇ ਵੀ ਅਣਗਹਿਲੀ ਵਰਤੀ ਆ ਕਿ ਉਹਨਾਂ ਨੂੰ ਛੁੱਟੀ ਦੇ ਦਿੱਤੀ ਹਸਪਤਾਲ ਤੋਂ, ਕਿ ਉਹ ਬਾਹਰ ਜਿਹੜੇ ਤੁਰੇ ਫਿਰਦੇ ਰਹੇ। ਬਿਲਕੁਲ ਬਿਲਕੁਲ, ਮੈਂ ਇਸ ਜਗ੍ਹਾ ਤੇ ਤੁਹਾਨੂੰ ਗੱਲ ਕਰ ਲਈ, ਮੈਂ ਦੁਨੀਆ ਦੀ ਗੱਲ ਕਰ ਲਈ, ਦੁਨੀਆ ਨੇ ਇਸ ਤੋਂ ਆਪਣੇ ਆਪ ਤੇ ਜਿੱਠਣ ਲਈ ਗੱਲ ਕੀਤੀ ਹੈ। ਗੱਲ ਕਰਦੇ ਆਪਣਾ ਇੰਡੀਆ ਤੇ ਪੰਜਾਬ ਦੀ, ਇਹਦੇ ਵਿੱਚ ਭਾਰਤ ਦੀ ਸਰਕਾਰ ਦੀ ਬੜੀ ਵੱਡੀ ਨਲੈਕੀ ਹੈ। ਜਦ ਇੱਕ ਬਿਮਾਰੀ ਦੁਨੀਆ ਭਰ ਚ ਫੈਲਦੀ ਜਾ ਰਹੀ ਹੈ, ਉਹਦੇ ਬਾਰੇ ਆਪਾਂ ਨੂੰ ਪਤਾ ਲੱਗ ਗਿਆ, ਆਪਾਂ ਨੂੰ ਬੜੇ ਲਾਈਟਲੀ ਤਰੀਕੇ ਨੇ ਲਿਆ, ਕਿਉਂਕਿ ਤੁਹਾਨੂੰ ਵੀ ਪਤਾ 90 ਦੇ ਨਾਲ ਦਾ ਮਤਲਬ ਵੀ 2019 ਦੇ ਵਿੱਚ ਤਿਆਰ ਹੋ ਚੁੱਕੀ ਹੈ ਬਿਮਾਰੀ ਔਰ ਫੈਲਦੀ ਜਾ ਰਹੀ ਹੈ। ਠੀਕ ਹੈ, ਤੇ ਇਹਦਾ ਇਲਾਜ ਕਦੋਂ ਆ ਕੇ ਅੱਜ ਅਪਣਾਇਆ? ਅੱਜ ਮਾਰਚ ਮਹੀਨੇ ਚ ਜਾ ਕੇ, ਮਤਲਬ 4 ਮਹੀਨੇ ਹੋ ਗਏ ਜੀ, 3-4 ਮਹੀਨੇ ਹੋ ਗਏ। ਹਾਂਜੀ, ਉਹੀ ਕਹਿ ਰਿਹਾ, 3 ਮਹੀਨੇ ਨਵੇਂ ਸਾਲ ਦੇ ਵੀ ਅਸੀਂ ਵੇਸਟ ਕਰ ਲਏ ਜਿਹਦੇ ਵਿੱਚ ਆ ਗਿਆ ਸੀ ਬਿਮਾਰੀ ਦੇ ਉੱਤੇ ਕੋਈ ਠੋਸ ਕਦਮ ਲਿਆ। ਮੈਂ ਕਈ ਰਾਜਨੀਤਿਕ ਨੇਤਾਵਾਂ ਨੇ, ਮੈਂ ਕਿਸੇ ਦੀ ਇਸ ਗੱਲ ਪਲੇਟਫਾਰਮ ਦੇ ਉੱਤੇ ਕਿਸੇ ਦੀ ਪ੍ਰਮੋਟ ਨਹੀਂ ਕਰ ਰਿਹਾ, ਮੈਂ ਰਾਹੁਲ ਗਾਂਧੀ ਜੀ ਰਿਹਾ ਸੀ ਜਾਂ ਦੂਸਰੇ ਹੋਰਾਂ ਨੇ ਬਹੁਤ ਅੱਜ ਤੋਂ ਮਹੀਨਾ 15 ਪਹਿਲੇ ਟਵੀਟ ਤੱਕ ਕੀਤੇ ਨੇ ਤੇ ਪ੍ਰਧਾਨ ਮੰਤਰੀ ਜੀ ਨੂੰ ਬੜਾ ਲਾਈਟ ਦੇ ਰਿਹਾ ਸੀ। ਬੜਾ ਇੱਥੇ ਵੱਡਾ ਸਵਾਲ ਖੜਾ ਹੁੰਦਾ ਹੈ, ਆਪਣੇ ਦੇਸ਼ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ, ਜਦੋਂ ਇਸ ਵਾਇਰਸ ਨੂੰ ਬਾਇਓ ਜੰਗ ਦੇ ਰੂਪ ਚ ਦੱਸਿਆ ਜਾ ਰਿਹਾ, ਬਾਇਓ ਵਾਰ ਦੇ ਰੂਪ ਚ ਦੱਸਿਆ ਜਾ ਰਿਹਾ ਹੈ, ਉਹ ਰਾਹ ਵਰਗੀਆਂ ਜਾਂ ਇੰਟੈਲੀਜੈਂਸ ਵਰਗੀਆਂ ਏਜੰਸੀਆਂ ਜਿਹੜੀਆਂ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਕੰਮ ਕਰਦੀਆਂ ਆਪਣੇ ਇੰਟੈਲੀਜੈਂਸ ਦਿਖਾਉਂਦੀਆਂ ਨੇ, ਉਹ ਇਸ ਗੱਲ ਦੇ ਉੱਤੇ ਕਿਉਂ ਖਾਮੋਸ਼ ਨੇ? ਅਗਰ ਉਹਨਾਂ ਨੇ ਕੋਈ ਵੀ ਇਸ ਚੀਜ਼ ਦਾ ਫੈਕਟ ਸਰਕਾਰ ਨੂੰ ਦਿੱਤਾ, ਸਰਕਾਰ ਨੇ ਉਹਦੇ ਕਿਉਂ ਨਹੀਂ ਦਿੱਤਾ? ਕਿਉਂਕਿ ਸਰਕਾਰ ਆਪਣਾ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਸ਼ਹੀਨ ਬਾਗ, NPR, ਇਹਨਾਂ ਮੁੱਦਿਆਂ ਦੇ ਵਿੱਚ ਉਲਝੀ ਹੋਈ ਸੀ, ਉਹਦਾ ਇੱਛਾ ਹੀ ਨਹੀਂ ਸੀ ਵੀ ਇਸ ਮੁੱਦੇ ਨੂੰ ਆਏ ਹਾਈਲਾਈਟ ਕੀਤਾ ਜਾਵੇ। ਹਾਂਜੀ ਰਾਜਾ, ਤੁਹਾਡੇ ਵੱਲ ਮੁੜ ਕੇ ਆਉਂਦੇ ਹਾਂ। ਇੱਕ ਵਾਰੀ ਅਸੀਂ ਆਪਣੇ ਸਾਡੇ ਗੈਸਟ ਜਿਹੜੇ ਸਵੀਡਨ ਤੋਂ ਕੁਲਦੀਪ ਸਿੰਘ ਜੀ ਪੱਡਾ, ਉਹ ਜੁੜੇ ਹੋਏ ਆ, ਉਹਨਾਂ ਦਾ ਵੀ ਪੁੱਛਦੇ ਹਾਂ ਕਿ ਉਹ ਬਾਹਰ ਬੈਠੇ ਉਹ ਕੀ ਸੋਚਦੇ ਆ ਪੰਜਾਬ ਦੇ ਬਾਰੇ ਜਾਂ ਇਸ ਬਿਮਾਰੀ ਬਾਰੇ। ਹਾਂਜੀ ਪੱਡਾ ਜੀ। ਹਾਂਜੀ ਰਵੀਰ ਸਿੰਘ, ਵਾਹਿ ਖਾਲਸਾ ਫਤਿਹ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਬਿਮਾਰੀ ਜਿਹੜੀ ਹੈ ਇਹ ਤਾਂ ਬਹੁਤ ਹੀ ਨਾ ਮੁਰਾਦ ਆ ਜੀ। ਠੀਕ ਹੈ, ਦੇਖੋ ਜਿੱਦਾਂ ਇਟਲੀ ਤੇ ਮਤਲਬ ਸਪੇਨ ਜਿਹੜਾ ਆ ਉਹ ਇਹੋ ਜਿਹੇ ਥਰ ਥਰ ਕੰਬਣ ਡਏ ਲੋਕ, ਕੋਈ ਵੀ ਬਾਹਰ ਨਿਕਲਣ ਨੂੰ ਮਤਲਬ ਆਪਣੇ ਆਪ ਨਹੀਂ ਤਿਆਰ, ਕਿ ਜੇ ਭਾਵੇਂ ਕੋਈ ਸਮਾਨ ਵੀ ਲੈਣ ਜਾਣਾ ਤਾਂ ਵੀ ਉਹ ਸੋਚਦੇ ਕਿ ਨਾ ਜਾਈਏ, ਕੋਈ ਜ਼ਰੂਰੀ ਚੀਜ਼ ਆ ਫਿਰ ਲੈਣ ਜਾਂਦੇ ਆ। ਹਾਂਜੀ ਹਾਂਜੀ, ਜਿਹੜੇ ਪੰਜਾਬ ਦੇ ਹਾਲਾਤ ਆ ਜਾਂ ਭਾਰਤ ਦੇ ਹਾਲਾਤ ਆ, ਅਜੇ ਸਾਡੇ ਕੋਲ ਟਾਈਮ ਹੈਗਾ ਆ ਜੀ। ਠੀਕ ਹੈ, ਉਹ ਕਿੱਦਾਂ? ਤੇ
ਇਹ ਸਾਡੇ ਲੋਕ ਜਿਹੜੇ ਆ ਇਹਨਾਂ ਦੇ ਵਿੱਚ ਥੋੜੀ ਜਾਗਰਿਤੀ ਦੀ ਘਾਟ ਲਾ ਲਓ, ਜਾਂ ਇਹ ਪਤਾ ਨਹੀਂ ਕਿਉਂ ਮਤਲਬ ਵਾਰ ਵਾਰ ਬਾਹਰ ਨਿਕਲ ਕੇ ਇੱਕ ਡਰਾਮੇ ਤੌਰ 'ਤੇ ਕਿਤੇ ਪੁਲਿਸ ਨਾਲ ਉਲਝਦੇ ਆ, ਕਦੀ ਡਾਕਟਰਾਂ ਨਾਲ, ਆ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਹੋਵੋਗੇ, ਹਾਂਜੀ ਹਾਂਜੀ, ਅਤੇ ਉਹਦੇ ਨਾਲ ਸਾਨੂੰ ਇਹ ਚਾਹੀਦਾ ਆ ਕਿ ਹੁਣ ਬਿਲਕੁਲ ਜਿੱਦਾਂ ਰਾਜਾ ਜੀ ਨੇ ਦੱਸ ਦਿੱਤਾ ਸਾਰਾ ਬੜਾ ਡਿਟੇਲ 'ਚ ਦੱਸਿਆ, ਹਾਂ ਹਾਂ, ਕਿ ਸਾਨੂੰ ਸਾਰਿਆਂ ਤੋਂ ਵੱਧ ਇਹ ਆ ਕਿ ਆਪਣੇ ਘਰਾਂ 'ਚ ਰਹੀਏ, ਠੀਕ ਆ, ਅਤੇ ਗੌਰਮੈਂਟ ਦਾ ਸਾਥ ਦੇਈਏ, ਜਿੰਨੇ ਵੀ ਆ ਮੁਲਾਜ਼ਮ ਗੌਰਮੈਂਟ ਡਾਕਟਰ ਸਾਰੇ। ਜਿਹੜਾ ਮੈਂ ਸਵਾਲ ਰਾਜਾ ਜੀ ਨੂੰ ਕੀਤਾ ਸੀ ਕਿ ਜੇ ਬਲਦੇਵ ਸਿੰਘ ਜੀ ਬਾਹਰੋਂ ਗਏ ਆ ਜਾਂ ਹੋਰ ਵੀ ਗਾਣੇ ਬਣ ਗਏ ਆ, ਜਿਹੜਾ ਸਿੱਧੂ ਮੂਸੇਵਾਲਾ ਹੁਣ ਗਾਣਾ ਕੱਢ ਦਿੱਤਾ ਕਿ ਜਿਹੜੇ ਬਾਹਰ ਇਟਲੀ ਤੋਂ ਲੋਕ ਆਉਂਦੇ ਆ ਉਹਨਾਂ ਕਰਕੇ ਸਾਨੂੰ, ਮਤਲਬ ਇਹ ਕਿੱਦਾਂ ਦਾ ਮੈਸੇਜ ਦਿੱਤਾ ਜਾ ਰਿਹਾ ਲੋਕਾਂ ਨੂੰ ਵੀ ਲੋਕ ਜਿਹੜਾ ਇਹਦਾ ਮਤਲਬ ਬਿਮਾਰੀ ਆਪਣੇ ਆਪ ਲੈ ਕੇ ਗਏ ਆ ਪੰਜਾਬ ਦੇ ਵਿੱਚ, ਉਹਨਾਂ ਨੂੰ ਕੋਈ ਚਾਅ ਸੀਗਾ ਇਸ ਗੱਲ ਦਾ? ਦੇਖੋ ਜੀ ਰਘਵੀਰ ਸਿੰਘ ਜੀ, ਦੇਖੋ ਅਸੀਂ ਵੀ NRI ਆ ਸਾਰੇ, ਆਪਾਂ ਅਸੀਂ ਜਾਂਦੇ ਹਾਂ ਬੜੇ ਚਾਅ ਨਾਲ ਆਪਣੇ ਭੈਣ ਭਰਾਵਾਂ ਨੂੰ ਮਿਲਣ ਨੂੰ, ਅਸੀਂ ਬਿਮਾਰੀਆਂ ਵੰਡਣ ਤੇ ਜਾਂਦੇ ਨੇਗੇ ਜੀ, ਠੀਕ ਆ, ਤੇ ਨਾ ਕੋਈ ਇਸ ਮਕਸਦ ਨਾਲ ਜਾਂਦਾ ਹੀ ਆ ਕਿ ਮੈਨੂੰ ਜੇ ਬਿਮਾਰ ਮੈਂ ਹੋ ਗਿਆ ਜਾਂ ਕੋਈ ਮੇਰੇ ਤੇ ਆ ਗਈ ਆ ਭੀੜ ਬਣ ਗਈ ਆ ਕਿ ਮੈਂ ਜਾ ਕੇ ਆਪਣੇ ਭੈਣ ਭਰਾਵਾਂ ਨੂੰ ਵੀ ਦਵਾਂ ਉਹ ਬਿਮਾਰੀਆਂ, ਮੈਂ ਆਪਣੇ ਬੱਚਿਆਂ ਨੂੰ ਦਵਾਂ, ਮੈਂ ਆਪਣੇ ਰਿਸ਼ਤੇਦਾਰਾਂ ਨੂੰ ਦਵਾਂ। ਮਤਲਬ ਜਿਹੜਾ NRI ਦਾ ਨਾਂ ਲਾ ਰਹੇ ਆ ਬਿਲਕੁਲ ਗਲਤ ਆ, ਕਿਉਂਕਿ ਇੱਕ NRI ਆ ਜਿਹੜਾ ਪੰਜਾਬ ਸਰਕਾਰ ਦੇ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਤੁਰਦਾ ਆ ਔਖੇ ਵੇਲੇ ਹਰ ਹਰ ਮੁਸੀਬਤ ਵਿੱਚ, ਹਾਂਜੀ ਹਾਂਜੀ, ਤੇ ਪਰ ਉਹਦੇ ਨਾਲ ਸਾਨੂੰ ਬੜੀ ਮਤਲਬ ਸੱਟ ਵੱਜਦੀ ਆ ਜਦੋਂ ਕੋਈ ਸਾਡਾ ਮਤਲਬ ਇਸ ਤਰ੍ਹਾਂ ਭੰਡੀ ਪ੍ਰਚਾਰ ਕਰਦਾ। ਹਾਂਜੀ ਰਾਜਾ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਇਹਦੇ ਤੇ? ਬਿਲਕੁਲ ਬਿਲਕੁਲ, ਮੈਂ ਰਣਜੀਤ ਜੀ ਪੱਡਾ ਜੀ ਨਾਲ ਸਹਿਮਤ ਹਾਂ, ਇਹਦੇ ਚ NRI ਨੂੰ ਦੋਸ਼ ਦੇਣਾ ਕਿਤੇ ਵੀ ਕੋਈ ਵਾਜਬ ਨਹੀਂ ਹੈ, ਨਾ ਹੀ ਕੋਈ ਵੀ ਇਸ ਗੱਲ ਨੂੰ, ਮੈਂ ਕਹਿੰਦਾ ਵੀ ਇਸ ਗੱਲ ਦੇ ਉੱਤੇ ਪਹਿਰਾ ਦਊਗਾ ਵੀ NRI ਇਸ ਬਿਮਾਰੀ ਨੂੰ ਨਾਮ ਰਾਮ ਬਿਮਾਰੀ ਨੂੰ ਲੈ ਕੇ ਆਏ। ਹਾਂਜੀ, ਸਮਝਣ ਦੀ ਲੋੜ ਹੈ ਵੀ ਸਰਕਾਰ ਇਸ ਮਾਮਲੇ ਦੇ ਉੱਤੇ ਆਪਣੇ ਪੱਧਰ ਤੇ ਕਿਤੇ ਨਾ ਕਿਤੇ ਵਿਫਲ ਹੈ। ਅਗਰ ਇੰਟੈਲੀਜੈਂਸੀਆਂ ਸੀ ਜਾਂ ਇਸ ਬਿਮਾਰੀ ਬਾਰੇ ਜਾਣਕਾਰੀ ਸੀ ਤਾਂ ਸਰਕਾਰ ਨੂੰ ਪਹਿਲਾਂ ਹੀ ਇਹਦੇ ਪ੍ਰਬੰਧ ਕਰ ਲੈਣੇ ਚਾਹੀਦੇ ਸੀ, ਚਾਹੇ ਥੋੜਾ ਥੋੜਾ ਕਰਦੇ ਕਰਦੇ। ਹਾਂਜੀ, ਦੂਸਰੀ ਸਭ ਤੋਂ ਵੱਡੀ ਗੱਲ, ਠੀਕ, ਇੱਕ ਗੱਲ ਮੈਂ ਇੱਥੇ ਇਹ ਵੀ ਕਹਿ ਦੇਣਾ ਚਾਹੁੰਦਾ, ਇਹ ਬਿਮਾਰੀ ਜਿਹੜੀ ਆਈ ਹੈ ਇਹ ਬਾਹਰੋਂ ਵਿਦੇਸ਼ ਗਏ ਲੋਕਾਂ ਤੋਂ ਹੀ ਆਈ ਹੈ, ਚਾਹੇ ਉਹ ਇੰਡੀਆ ਤੋਂ ਗਏ ਘੁੰਮਣ ਗਏ ਨੇ, ਠੀਕ ਆ, ਚਾਹੇ ਉਹ NRI ਸੀਗੇ ਜਾਂ ਕੋਈ ਵੀ ਸੀਗੇ, ਜਿਵੇਂ ਕੋਈ ਜਿੰਨੀ ਰਾਜਾ ਜੀ ਜਿੰਨੀ ਜਿੰਨੀ ਗੱਲ ਨੂੰ ਬਲਦੇਵ ਸਿੰਘ ਵਾਲੀ ਨੂੰ ਚੱਕਿਆ ਜਾ ਰਿਹਾ, ਉਹ ਤੋਂ ਪਹਿਲਾਂ ਜਿਹੜੀ ਕਨਿਕਾ ਜਿਹੜੀ ਐਕਟਰਸ ਆ, ਮਤਲਬ ਉਹ ਕਿੰਨੀਆਂ ਪਾਰਟੀਆਂ 'ਚ ਗਈ ਆ, ਕਿੰਨੇ ਹੁਣ ਮਤਲਬ ਲੋਕਾਂ ਨੂੰ ਉਹਦੇ ਤੋਂ ਵਾਇਰਸ ਗਈ ਆ, ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ, ਲੇਕਿਨ ਬਲਦੇਵ ਸਿੰਘ ਨੂੰ ਇੱਕ ਪੰਜਾਬੀ ਹੋਣ ਕਰਕੇ ਜਾਂ ਸਿੱਖ ਹੋਣ ਕਰਕੇ ਬਦਨਾਮ ਕੀਤਾ ਜਾ ਰਿਹਾ। ਦੇਖੋ ਮੈਂ ਤੁਹਾਡੇ ਨਾਲ ਇਹਦੇ ਕਿਤੇ ਸਹਿਮਤ ਵੀ ਹਾਂ ਵੀ ਬਲਦੇਵ ਸਿੰਘ ਡਿਟੈਕਟਡ ਸ਼ਖਸ ਹੈ ਪੰਜਾਬ ਦੇ ਵਿੱਚ, ਜਿਹੜੀ ਕਰੋਨਾ ਦੀ ਜਿੰਨੇ ਕੇਸਿਸ ਲੱਭੇ ਨੇ ਜਾਂ ਜਿੰਨੇ ਵੀ ਡਿਟੈਕਟ ਹੋਏ ਨੇ ਉਹ ਬਲਦੇਵ ਸਿੰਘ ਨਾਲ ਜੁੜੇ ਹੋਏ ਨੇ, ਇਸ ਗੱਲ ਕਰਕੇ ਬਲਦੇਵ ਸਿੰਘ ਦਾ ਨਾਮ ਜਿਹੜਾ ਜ਼ਿਆਦਾ ਉਛਾਲਿਆ ਜਾ ਰਿਹਾ ਜਾਂ ਉਛਲ ਰਿਹਾ। ਔਰ ਦੂਜੀ ਇਹ ਗੱਲ ਵੀ ਮੈਂ ਗੁਰੇਜ਼ ਨਹੀਂ ਕਰਾਂਗਾ ਵੀ ਉਹ ਸਿੱਖ ਹੋਣ ਦੇ ਨਾਂ ਤੇ ਉਹਦੀ ਕੀਤੀ ਜਾ ਰਹੀ ਹੈ, ਪਰ ਮੈਂ ਹਿੰਦੁਸਤਾਨ ਜਾਂ ਭਾਰਤ ਦੇ ਮੀਡੀਆ ਨੂੰ ਵੀ ਕਹੂੰਗਾ ਜਾਂ ਦੂਸਰੇ ਲੋਕਾਂ ਨੂੰ ਵੀ ਜਿਹੜੇ ਦੂਸਰੀਆਂ ਸਟੇਟਾਂ 'ਚ ਕਰੋਨਾ ਵਾਇਰਸ ਆਏ ਨੇ ਉਹ ਵੀ ਬਾਹਰੋਂ ਹੀ ਆਏ ਨੇ, ਉਹ ਸਰਦਾਰ ਨਹੀਂ ਹੈ ਜਾਂ ਸਿੱਖ ਨਹੀਂ ਹੈ। ਮੈਂ ਇੱਥੇ ਤੁਹਾਨੂੰ ਕੋਈ ਤੋਂ ਫਿਰ ਗੱਲ ਆ ਜਾਂਦੀ ਹੈ ਸਰਕਾਰਾਂ ਦੇ ਉੱਤੇ, ਜੇ ਕੇਂਦਰ ਸਰਕਾਰ ਨੂੰ ਪਤਾ ਸੀ ਜੇ ਅਗਰ ਕੇਂਦਰ ਸਰਕਾਰ ਨੂੰ ਨਹੀਂ ਪਤਾ ਸੀ ਤੇ ਜੇ ਪੰਜਾਬ ਸਰਕਾਰ ਨੂੰ ਪਤਾ ਸੀਗਾ ਉਹਨਾਂ ਨੂੰ ਪਹਿਲਾਂ ਹੀ ਇਸ ਚੀਜ਼ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਬੜਾ ਸਖ਼ਤ ਪਹਿਰਾ ਦੇ ਦੇਣਾ ਚਾਹੀਦਾ ਸੀ ਵੀ ਪੰਜਾਬ ਨਾਲ ਰਿਲੇਟਡ ਜਿਹੜੇ NRI ਜਿਹੜੇ ਵੀ ਸਟੇਟ ਜਾਂ ਸੈਂਟਰ ਦੇ ਏਅਰਪੋਰਟ ਤੇ ਉਤਰ ਰਹੇ ਨੇ ਉਹਨਾਂ ਲਈ ਵੱਖਰੇ ਤੌਰ ਤੇ ਪ੍ਰਬੰਧ ਕਰਦੇ,
ਵੱਖਰੇ ਤੌਰ ਤੇ ਪ੍ਰਬੰਧ ਕਰਕੇ ਉਹਨਾਂ ਨੂੰ ਆਈਸੋਲੇਟ ਕਰਦੇ ਕਿਸਮ ਦਾ, ਉਹਨਾਂ ਦੀ ਬਿਮਾਰੀ ਚੈੱਕਅਪ ਕਰਦੇ, ਉਸ ਤੋਂ ਬਾਅਦ ਹੀ ਉਹਨਾਂ ਨੂੰ ਕਿੱਥੇ ਲਿਜਾਇਆ ਜਾਂਦਾ ਜਾਂ ਰੱਖਿਆ ਜਾਂਦਾ। ਠੀਕ ਹੈ, ਆਪਣੇ ਰਾਜਾ ਜੀ ਅਸੀਂ ਇੱਕ ਵਾਰੀ ਡਾਕਟਰ ਆਪਣੇ ਕਮਲ ਜੀ ਕੋਲ ਦੁਆਰਾ ਚੱਲਦੇ ਹਾਂ। ਡਾਕਟਰ ਜੀ, ਆਪਣੇ ਜਿਹੜੇ ਲੋਕਾਂ ਨੂੰ ਮਤਲਬ ਇਹਨਾਂ ਚੀਜ਼ਾਂ ਦਾ ਮਤਲਬ ਇਹ ਕਿਹਾ ਜਾ ਰਿਹਾ ਕਿ ਬਾਹਰਲੇ ਲੋਕਾਂ ਤੋਂ ਇਹ ਆਈ ਹੈ, ਬਲਦੇਵ ਸਿੰਘ ਦਾ ਜ਼ਿਆਦਾ ਨਾਂ ਲਿਆ ਜਾ ਰਿਹਾ, ਅਤੇ ਜਿੱਦਾਂ ਤੁਸੀਂ ਕਿਹਾ ਬਿਮਾਰੀ ਤਾਂ ਰਾਜਾ ਜੀ ਵੀ ਦੱਸ ਕੇ ਗਏ ਵੀ 19 ਪਿਛਲੇ ਸਾਲ ਦੀ 2019 ਦੀ ਆਈ ਹੋਈ ਆ, ਲੇਕਿਨ ਇਹ 'ਤੇ ਸਰਕਾਰਾਂ ਨੇ ਜਾਂ ਇੰਟੈਲੀਜੈਂਸ ਨੇ ਕੁਛ ਕੀਤਾ ਨਹੀਂ, ਜਾਂ ਇਹਦੇ 'ਚ ਕਿਤੇ ਨਾ ਕਿਤੇ ਸਰਕਾਰਾਂ ਦੀ ਅਣਗਹਿਲੀ ਰਹੀ ਆ ਜਾਂ ਸਾਇੰਸਦਾਨਾਂ ਦੀ ਅਣਗਹਿਲੀ ਰਹੀ ਆ ਜੀ? ਦੇਖੋ ਰਘਬੀਰ ਜੀ, ਜੇਕਰ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ ਤੇ ਸਰਕਾਰਾਂ ਤਾਂ ਬਿਲਕੁਲ ਸ਼ੁਰੂ ਤੋਂ ਹੀ ਅਣਗਹਿਲੀ ਵਰਤਦੀਆਂ ਰਹੀਆਂ ਨੇ, ਕਿਉਂਕਿ ਏਡੇ ਵੀ ਸਾਡੇ ਸਾਇੰਸ ਐਂਡ ਟੈਕਨੋਲੋਜੀ ਜਿਹੜੇ ਨੇ ਉਹ ਮਤਲਬ ਖਤਮ ਨਹੀਂ ਹੋ ਚੁੱਕੇ ਕਿ ਜਦੋਂ ਪੂਰੇ ਸੰਸਾਰ ਦੇ ਵਿੱਚ ਕਿਸੇ ਮਹਾਂਮਾਰੀ ਦੀ ਦਸਤਕ ਹੋ ਰਹੀ ਆ ਤੇ ਸਾਡੇ ਜਿਹੜੇ ਲੋਕ ਨੇ ਜਾਂ ਸਾਡੇ ਜਿਹੜੇ ਅਗਵਾਈ ਕਰਤਾ ਲੋਕ ਨੇ ਜਾਂ ਮੰਨ ਲਓ ਜਿਵੇਂ ਸਾਡੇ ਪੋਲੀਟੀਸ਼ੀਅਨਸ ਨੇ, ਉਹ ਬੇਹੁਦਾ ਤਰੀਕੇ ਦੇ ਨਾਲ ਵੱਡੇ ਵੱਡੇ ਬੁੱਤ ਤੇ ਬਣਾ ਰਹੇ ਨੇ, ਲੇਕਿਨ ਉਹ ਆਪਣੇ ਲੋਕਾਂ ਦੀ ਹੈਲਥ ਦੇ ਰਿਗਾਰਡਿੰਗ ਜਾਂ ਆਪਣੇ ਲੋਕਾਂ ਦੀ ਜਿਹੜੀ ਆ ਉਹ ਸੰਸਾਰ ਪੱਧਰ ਤੇ ਆ ਰਹੀ ਜਿਹੜੀ ਮਹਾਂਮਾਰੀ ਦੇ ਰਿਗਾਰਡਿੰਗ ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ। ਸੋ ਉਹ ਇੱਕੋ ਕੀ ਕਹਿੰਦੇ ਹੁੰਦੇ ਨਾ ਕਿ ਮਤਲਬ ਕੋਈ ਮਰੇ ਕੋਈ ਜੀਵੇ ਸੁਸਰਾ ਘੋਲ ਪਤਾਸੇ ਪੀਵੇ, ਆਪਣੇ ਪੰਜਾਬੀ ਦੀ ਬੜੀ ਵੱਡੀ ਕਹਾਵਤ ਆ, ਤੇ ਉਹ ਇਹਨਾਂ ਦਾ ਇਹ ਹਾਲ ਹੈ ਕਿ ਦੁਨੀਆ ਚਾਹੇ ਜਿੱਥੇ ਮਰਜ਼ੀ ਮਰਦੀ ਰਵੇ, ਕਿਉਂਕਿ ਦੇਖੋ ਜਦੋਂ ਮੋਦੀ ਸਾਹਿਬ ਨੇ 24 ਤੋਂ ਕਰਫਿਊ ਦਾ ਐਲਾਨ ਕੀਤਾ ਤੇ ਡੋਂਟ ਬੋਦਰ ਕਿ ਜਿਹੜਾ ਕਿਸਾਨ ਜਿਹੜੇ ਮਜ਼ਦੂਰ ਲੋਕ ਰੋਜ਼ ਦੇ ਰੋਜ਼ ਰੋਟੀ ਲਿਆ ਕੇ ਖਾਣ ਵਾਲੇ ਨੇ ਉਹ ਕਿੱਥੋਂ ਰੋਟੀ ਲਿਆ ਕੇ ਤੇ ਉਹ ਖਾਣਗੇ? ਅੱਜ ਚੌਥੇ ਪੰਜਵੇਂ ਦਿਨ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਹਾਹਾਕਾਰ ਮੱਚੀ ਹੋਈ ਆ। ਸੋ ਇਹ ਚੀਜ਼ਾਂ ਜਿਹੜੀਆਂ ਪੋਲੀਟੀਸ਼ੀਅਨਸ ਦੀ ਫੋਰ ਸਾਈਟਡਨੈਸ ਨਾ ਹੋਣ ਦਾ ਹੀ ਨਤੀਜਾ ਵਾ ਕਿ ਲੋਕ ਉਹਨੇ ਭਾਵੇਂ ਕੋਰੋਨਾ ਨਾਲ ਨਾ ਮਰਨ ਲੇਕਿਨ ਭੁੱਖਮਰੀ ਦੇ ਨਾਲ ਇਹਨਾਂ ਦੀਆਂ ਗਲਤ ਨੀਤੀਆਂ ਦੇ ਕਰਕੇ ਜ਼ਿਆਦਾ ਮਰਨਗੇ। ਤੁਸੀਂ ਕੀ ਸੁਝਾਅ ਕਰਨੇ, ਸੁਜੈਸਟ ਕਰਨਾ ਚਾਹੁੰਦੇ, ਕੀ ਕੀਤਾ ਜਾਵੇ ਫਿਰ, ਮਤਲਬ ਕਿਵੇਂ ਇਹਨੂੰ ਮਤਲਬ ਲੋਕਾਂ ਨੂੰ ਜਿਹੜਾ ਉਹਲੇ ਅਲਰਟ ਵੀ ਕੀਤਾ ਜਾਵੇ, ਜਾਗਰੂਕ ਵੀ ਕੀਤਾ ਜਾਵੇ ਤੇ ਲੋਕਾਂ ਦੀਆਂ ਜਿਹੜੀਆਂ ਲੋੜਾਂ ਆ ਉਹ ਵੀ ਪੂਰੀਆਂ ਕੀਤੀਆਂ ਜਾਣ, ਕੌਣ ਕਰੇ ਇਹ? ਦੇਖੋ ਬਿਲਕੁਲ, ਜਦੋਂ ਕਿ ਬੈਂਕ ਦੇ ਸਾਰੇ ਖਾਤੇ ਜਿਹੜੇ ਨੇ ਉਹ ਇਹਨਾਂ ਨੇ ਸਾਰੀ ਪਾਪੂਲੇਸ਼ਨ ਦੇ ਆਧਾਰ ਕਾਰਡ ਦੇ ਨਾਲ ਲਿੰਕ ਕਰਕੇ ਇਹਨਾਂ ਨੇ ਆਪਣੇ ਵਿੱਚ ਕੈਪਚਰ ਕੀਤੇ ਨੇ, ਠੀਕ ਹੈ ਨਾ। ਔਰ ਜੇਕਰ ਇਹ ਆਪਣੇ ਵੱਡੀਆਂ ਵੱਡੀਆਂ ਬੈਂਕ ਦੇ ਵੱਡੇ ਵੱਡੇ ਇਹਨਾਂ ਦੇ ਆਪਣੇ ਬੰਦੇ ਕਰਪਟ ਹੋ ਕੇ ਬੈਂਕਾਂ ਦਾ ਜ਼ਿਆਦਾ ਤੋਂ ਜ਼ਿਆਦਾ ਪੈਸਾ ਜਿਹੜਾ ਉਹ ਕਲੈਕਟ ਕਰਕੇ ਫੋਰਨ ਜਾ ਸਕਦੇ ਆ, ਤੇ ਜਦੋਂ ਆਧਾਰ ਕਾਰਡ ਦੇ ਨਾਲ ਲੋਕਾਂ ਦੇ ਕੋਲ ਇਹਨਾਂ ਦੇ ਸਾਰੇ ਲਿੰਕ ਹੈਗੇ ਨੇ ਤੇ ਇਸ ਕ੍ਰਾਈਸਿਸ ਦੇ ਵਿੱਚ ਲੋਕਾਂ ਨੂੰ ਇਹ ਇਕਨੋਮਿਕਲੀ ਬੈਨੀਫਿਟ ਵੀ ਦੇ ਸਕਦੇ ਨੇ। ਜਿਸ ਤਰ੍ਹਾਂ ਤੁਸੀਂ ਦੇਖੋ ਦਿੱਲੀ ਸਰਕਾਰ ਨੇ ਕਾਫੀ ਜ਼ਿਆਦਾ ਕੰਮ ਕੀਤੇ ਨੇ, ਮੈਂ ਉਹਨਾਂ ਦੀ ਬਹੁਤ ਸਰਾਹਨਾ ਕਰੂੰਗੀ ਇਸ ਮੌਕੇ, ਕਿਉਂਕਿ ਉਹਨਾਂ ਨੇ ਜਿਹੜੀਆਂ ਲੋਕਾਂ ਦੀਆਂ ਪੈਨਸ਼ਨ ਸੀਗੀਆਂ ਉਹ ਵੀ ਉਹਨਾਂ ਨੇ 2500 ਤੋਂ 5000 ਕਰ ਦਿੱਤੀਆਂ ਨੇ, ਔਰ ਉਹਨਾਂ ਨੂੰ ਜਿਹੜਾ ਵੀ ਕੋਈ ਉਹਨਾਂ ਦਾ ਇਕਨੋਮਿਕਲ ਕ੍ਰਾਈਸਿਸ ਦੇ ਵਿੱਚ ਜੋ ਵੀ ਕੋਈ ਬੈਨੀਫਿਟ ਬਣਦਾ ਸੀਗਾ ਉਹਨਾਂ ਨੇ ਲੋਕਾਂ ਦੇ ਘਰਾਂ ਤੱਕ ਬਾਏ ਅਕਾਊਂਟ ਜਿਹੜਾ ਵਾ ਉਹ 5000 ਰੁਪਇਆ ਪਹੁੰਚਾਇਆ ਵਾ। ਔਰ ਦੂਸਰੀ ਗੱਲ, ਉਹ ਪੂਰੀਆਂ ਸੜਕਾਂ ਨੂੰ ਸੈਨੇਟਾਈਜ਼ ਕਰ ਰਹੀ ਆ, ਲੋਕਾਂ ਨੂੰ ਘਰਾਂ ਤੱਕ ਸੈਨੇਟਾਈਜ਼ਰ ਪਹੁੰਚਾ ਰਹੇ ਨੇ, ਲੋਕਾਂ ਨੂੰ ਗਲਵਸ ਤੱਕ ਪਹੁੰਚਾ ਰਹੇ ਨੇ, ਲੋਕਾਂ ਨੂੰ ਮਾਸਕ ਤੱਕ ਪਹੁੰਚਾ ਰਹੇ ਨੇ। ਅਗਰ ਦਿੱਲੀ ਦੇ ਵਿੱਚ ਹੋ ਸਕਦਾ ਤੇ ਵਾਈ ਨਾਟ ਇਨ ਹੋਲ ਇੰਡੀਆ। ਮੈਂ ਇਹ ਮਤਲਬ ਤੁਹਾਡੀ ਨਜ਼ਰ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਉਹ ਗੱਲਾਂ ਨਹੀਂ ਕਰ ਸਕੀ ਜਿਹੜੀਆਂ ਕਿ ਆਪਣੇ ਦਿੱਲੀ ਸਰਕਾਰ ਕੇਜਰੀਵਾਲ ਨੇ ਕਰ ਦਿੱਤੀਆਂ? ਬਿਲਕੁਲ ਬਿਲਕੁਲ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਲੋਕ ਨੇ ਚਾਹੇ ਉਹ ਪੰਜਾਬ ਦੀ ਗਵਰਨਮੈਂਟ ਜਾਂ ਚਾਹੇ ਉਹ ਕਿਸੇ ਹੋਰ ਰਾਜ ਦੀ ਗਵਰਨਮੈਂਟ ਹੋਵੇ, ਕਿ ਉਹ ਲੋਕ ਇੰਨਾ ਤਰਾਸ ਤਰਾਸ ਕਰ ਰਹੇ ਨੇ। ਹਾਲਾਂਕਿ ਕੈਪਟਨ ਸਾਹਿਬ ਨੇ ਸਮਾਂ ਰਹਿੰਦਿਆਂ ਜਿਹੜਾ ਕਰਫਿਊ ਦਾ ਐਲਾਨ ਕੀਤਾ ਉਹਨਾਂ ਨੇ ਬੜਾ ਵਧੀਆ ਕਦਮ ਚੁੱਕਿਆ ਕਿ ਲੋਕਾਂ ਨੂੰ ਉਹਨਾਂ ਨੇ ਘਰਾਂ ਦੇ ਵਿੱਚ ਲੋਕਅਪ ਕਰ ਦਿੱਤਾ, ਠੀਕ ਹੈ। ਉਹ ਉਹ ਚੀਜ਼ ਜਿਹੜੀ ਹੈ ਇੱਕ ਸਰਾਹਨਾ ਯੋਗ ਹੈ ਕਿ ਉਹਨਾਂ ਨੇ ਸਮਾਂ ਰਹਿੰਦਿਆਂ ਕਦਮ ਚੁੱਕੇ, ਲੇਕਿਨ ਸਮਾਂ ਰਹਿੰਦਿਆਂ ਅਗਰ ਅਸੀਂ ਇੱਕ ਰਸਤਾ ਸਾਨੂੰ ਸਮਝ ਆਉਂਦਾ ਵਾ ਦੁਨੀਆਂ ਨੂੰ ਬਚਾਉਣ ਦਾ ਤੇ ਸਾਨੂੰ ਦੁਨੀਆਂ ਦੇ ਜਿਹੜੀਆਂ ਬਾਕੀ ਸਾਰੀਆਂ ਕ੍ਰਾਈਸਿਸ ਨੇ ਉਹਨਾਂ ਦੇ ਵੱਲ ਸਾਡਾ ਇੱਕ ਰਾਜਾ ਹੋਣ ਦੇ ਨਾਤੇ ਕਿਉਂ ਨਹੀਂ ਧਿਆਨ ਜਾਂਦਾ ਕਿ ਲੋਕਾਂ ਨੇ ਰੋਟੀ ਵੀ ਰੋਜ਼ ਖਾਣੀ ਆ, ਕਿਉਂਕਿ ਅਗਰ ਤੁਸੀਂ ਮੰਨ ਲਓ ਸਾਹ ਮਿੰਟ ਬਾਅਦ ਲੈਂਦੇ ਜੀ, ਹੈ ਨਾ, ਤੇ ਤੁਹਾਨੂੰ ਰੋਟੀ ਵੀ ਤਾਂ ਹਰ 6 ਘੰਟਿਆਂ ਬਾਅਦ ਤੁਹਾਡਾ ਪੇਟ ਮੰਗਦਾ ਵਾ
ਜਦੋਂ ਸਾਨੂੰ ਪਤਾ ਵਾ ਕਿ ਸਾਡਾ ਜਿਹੜਾ ਪੰਜਾਬ ਆ ਉਹ ਕਿਸਾਨਾਂ ਦਾ ਪੰਜਾਬ ਆ, ਉਹ ਪਿੰਡਾਂ ਦਾ ਪੰਜਾਬ ਆ, ਤੇ ਫਿਰ ਸਾਨੂੰ ਪਿੰਡਾਂ ਤੱਕ ਉਹ ਸਾਰੀ ਦੀ ਸਾਰੀ ਰਾਸ਼ਨ ਸਮੱਗਰੀ ਪਹੁੰਚਾਉਣ ਦੇ ਲਈ, ਹਾਲਾਂਕਿ ਹੁਣ ਕਾਫੀ ਜ਼ਿਆਦਾ ਜਿਹੜਾ ਵਾ ਉਹ ਕੰਮ ਹੋਣਾ ਸ਼ੁਰੂ ਹੋ ਗਿਆ ਵਾ, ਲੇਕਿਨ ਅਜੇ ਵੀ ਜਿਹੜਾ ਸਾਡੀ ਇੱਕ ਅਖੀਰਲੀ ਗਲੀ ਤੱਕ ਜਿਹੜਾ ਵਾ ਉਹ ਰਾਸ਼ਨ ਨਹੀਂ ਪੁੱਜਦਾ ਹੋ ਰਿਹਾ ਲੋਕ ਜਿਹੜੇ। ਰਾਜਾ ਜੀ, ਤੁਸੀਂ ਤੁਸੀਂ ਡਾਕਟਰ ਕਮਲ ਜੀ ਦੀ ਗੱਲ ਨਾਲ ਕਿੰਨਾ ਸਹਿਮਤ ਹੋ ਕਿ ਦਿੱਲੀ ਸਰਕਾਰ ਨੇ ਬਹੁਤ ਵਧੀਆ ਕਾਰਜ ਕੀਤਾ, ਲੇਕਿਨ ਪੰਜਾਬ ਸਰਕਾਰ ਤੇ ਸੈਂਟਰ ਗਵਰਨਮੈਂਟ ਨੇ ਇਹਦੇ ਵਿੱਚ ਕੋਈ ਉਹਨਾਂ ਨੇ ਵਧੀਆ ਕੰਮ ਨਹੀਂ ਕੀਤਾ, ਤੁਸੀਂ ਇਹਨਾਂ ਕਿੰਨਾ ਸਹਿਮਤ ਹੋ? ਮੈਂ ਬਿਲਕੁਲ, ਹਾਂਜੀ ਨਹੀਂ, ਉਹ ਤੁਹਾਨੂੰ ਆਵਾਜ਼ ਨਹੀਂ ਆਉਣੀ ਬੀਬੀ ਜੀ। ਹਾਂਜੀ ਬਿਲਕੁਲ ਬਿਲਕੁਲ ਮੈਂ ਸਹਿਮਤ ਹਾਂ ਜੀ, ਕੇਂਦਰ ਸਰਕਾਰ ਤਾਂ ਇਸ ਮੁੱਦੇ ਉੱਤੇ ਜਮਾ ਹੀ ਫੇਲ ਹੈ। ਇਹਨੂੰ ਕੋਈ ਕਹਿੰਦੀ ਇਹ ਬਿਮਾਰੀ ਨੂੰ ਇੱਕਦਮ ਹਾਈਲਾਈਟ ਕਰਕੇ ਜਿਸ ਹਿਸਾਬ ਨਾਲ ਮੋਦੀ ਜੀ ਤੋਂ ਉਮੀਦ ਕੀਤੀ ਜਾ ਸਕਦੀ ਸੀ ਪਰ ਉਹਨਾਂ ਨੇ ਨਹੀਂ ਦਿੱਤਾ, ਦੇਸ਼ ਦੀ ਜਨਤਾ ਆਰਥਿਕ ਤੌਰ ਦੇ ਉੱਤੇ ਜਿਹੜੇ ਰਾਹਤ ਪਹੁੰਚਾਏ ਜਾ ਸਕਦੇ ਸੀ ਉਹ ਨਹੀਂ ਦਿੱਤੇ, ਜਿਹੜੇ ਰਾਹਤ ਪੈਕੇਜ ਅਨਾਊਂਸਮੈਂਟ ਕੀਤੀ ਗਈ ਹੈ ਅਗਰ ਉਹਨਾਂ ਅਨਾਊਂਸਮੈਂਟਾਂ ਦੀ ਗੱਲ ਕੀਤੀ ਜਾਵੇ, ਆਲਰੇਡੀ ਜਿਹੜੇ ਉਹ ਜਨਤਕ ਖਾਤੇ ਜਾਂ ਜਿਹੜੀ ਉਜਵਲ ਯੋਜਨਾਵਾਂ ਜਾਂ ਹੋਰ ਬੜੇ ਕੁਛ ਐਸੇ ਪ੍ਰੋਜੈਕਟ ਨੇ ਜਿਹੜੇ ਉਹਨਾਂ ਨੇ ਅਨਾਊਂਸ ਕੀਤੇ ਹੋਏ ਨੇ, ਉਹਦੇ ਜਾ ਕੇ ਅਗਰ ਫਿਰ ਜਿਹੜੀਆਂ ਉਹਦੇ ਨੋਰਮਸ ਹੈਗੇ ਨੇ ਰੂਲਸ ਪੜਨ ਜਾਓਗੇ, ਜਿਹਦੇ ਘਰੇ ਮੋਟਰਸਾਈਕਲ ਹੈਗਾ ਉਹਨੂੰ ਉਹ ਸਕੀਮ ਨਹੀਂ ਮਿਲ ਸਕਦੀ, ਜਿਹਦੇ ਘਰੇ ਫਰਿੱਜ ਹੈਗਾ ਉਹਨੂੰ ਨਹੀਂ ਮਿਲ ਸਕਦੀ, ਜਿਹਦੇ ਕੋਲ ਮੋਬਾਈਲ ਹੈਗਾ ਐਂਡਰੋਇਡ ਫੋਨ 5000 ਦਾ ਉਹਨੂੰ ਨਹੀਂ ਮਿਲ ਸਕਦੀ। ਪਰ ਮੁੱਦਾ ਜਿਹੜਾ ਮੈਂ ਹੋ ਗਿਆ ਲੋਕਾਂ ਕੋਲ ਆਉਣ ਦਾ ਟਾਈਮ ਦੇ ਵਿੱਚ ਜੇਬ ਚ ਅਗਰ ਪੈਸਾ ਹੈ ਜਾਣੀ ਹੈ, ਕਿਉਂਕਿ ਅਖੀਰਲੇ ਦਿਨ ਚੱਲ ਰਹੇ ਮਹੀਨੇ ਦੇ, ਲੋਕਾਂ ਕੋਲ ਘਰ ਦੇ ਵਿੱਚ ਰਾਸ਼ਨ ਸੀ, ਲੋਕਾਂ ਕੋਲ ਦਵਾਈਆਂ ਸੀ ਜਾਣੀ ਸੀ, ਇਹਦੀ ਤਿਆਰੀ ਵੱਡੇ ਪੱਧਰ ਤੇ ਕਰਕੇ ਨਾਲ ਦੀ ਨਾਲ ਅਨਾਊਂਸਮੈਂਟ ਕੀਤੀ ਜਾਣੀ ਚਾਹੀਦੀ ਸੀ, ਬਟ ਉਹਦੇ ਉੱਤੇ ਕਿਸੇ ਪ੍ਰਕਾਰ ਦਾ ਕੰਮ ਨਹੀਂ ਹੋਇਆ। ਦੂਜੇ ਪਾਸੇ ਕੈਪਟਨ ਸਾਹਿਬ ਦੀ ਮੈਂ ਗੱਲ ਕਰਦਾ, ਮੈਂ ਉਹਨਾਂ ਦਾ ਪੱਖ ਨਹੀਂ ਪੂਰ ਰਿਹਾ ਪਰ ਮੈਂ ਉਹਨਾਂ ਦਾ ਇੱਕ ਫੈਸਲਾ ਜਿਹੜਾ ਦਲੇਰਾਨਾ ਸਮਝ ਰਿਹਾ, ਕਿਉਂਕਿ ਪੰਜਾਬ ਨਾਲ ਸੈਂਟਰ ਦੀ ਸਰਕਾਰਾਂ ਸਭ ਤੋਂ ਧੱਕਾ ਕਰਦੀਆਂ ਆਈਆਂ ਨੇ, ਉਹਨਾਂ ਨੂੰ ਮੈਨੂੰ ਨਹੀਂ ਉਮੀਦ ਹੋਊਗੀ ਵੀ ਸੈਂਟਰ ਸਰਕਾਰ ਕੋਈ ਫੰਡ ਦੇ ਕਫੇ ਭੇਜੂਗੀ ਤੇ ਉਸ ਹਿਸਾਬ ਨਾਲ ਕੰਮ ਕਰਾਂਗੇ। ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਇੱਕ ਬਿਮਾਰੀ ਦਾ ਇਲਾਜ ਨਜ਼ਰ ਆਇਆ ਵੀ ਪੰਜਾਬ ਨੂੰ ਬੰਦ ਕਰਨ ਦਾ, ਉਹ ਬੜਾ ਵੱਡਾ ਫੈਸਲਾ ਸੀਗਾ। ਔਰ ਮੈਂ ਉਹਨਾਂ ਦੇ ਗੱਲ ਦੇ ਉੱਤੇ ਸਹਿਮਤ ਵੀ ਹਾਂ, ਉਹਨਾਂ ਦਾ ਸਪੋਰਟ ਵੀ ਕਰਦਾ, ਜਿਹੜਾ ਬਿਮਾਰੀ ਦੀ ਇਲਾਜ ਹੈ ਉਹ ਲੋਕਾਂ ਨੂੰ ਘਰ ਦੇ ਅੰਦਰ ਰੱਖ ਕੇ ਹੀ ਹੈ, ਡੱਕ ਕੇ ਹੈ, ਜਦ ਤੱਕ ਅਸੀਂ ਉਹਨੂੰ ਫੈਲਣ ਤੋਂ ਨਹੀਂ ਰੋਕ ਸਕਦੇ। ਸਭ ਤੋਂ ਪਹਿਲਾਂ ਸਟੈਪ ਜਿਹੜਾ ਸੀਗਾ ਬਿਮਾਰੀ ਨੂੰ ਫੈਲਣ ਤੋਂ ਰੋਕਣਾ, ਕਿਉਂਕਿ ਇਹਨਾਂ ਦੇ ਪੰਜਾਬ ਚ ਰਾਜਾ ਜੀ ਜਿਹੜਾ ਤੁਸੀਂ ਕਹਿੰਦੇ ਉਹਨਾਂ ਦੇ ਫੈਸਲੇ ਨਾਲ ਤੁਸੀਂ ਸਹਿਮਤ ਆ, ਚਲੋ ਬੰਦ ਕੀਤਾ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਸੀਗਾ, ਪਰ ਜਿਹੜਾ ਪੁਲਿਸ ਹੈ ਮਤਲਬ ਜਣੇ ਖਣੇ ਨੂੰ ਮਤਲਬ ਇੱਥੇ ਤੱਕ ਉਸੇ ਗੱਲ ਤੇ ਆ ਰਿਹਾ ਜੀ, ਮੈਂ ਉਸੇ ਗੱਲ ਤੇ ਆ ਰਿਹਾ, ਇਹ ਬੜਾ ਵੱਡਾ ਫੈਸਲਾ ਸੀਗਾ ਜਿਹੜਾ ਉਹਨਾਂ ਨੇ ਕੀਤਾ। ਔਰ ਉਹਦੇ ਨਾਲ ਨਾਲ ਜਦੋਂ ਮੋਦੀ ਜੀ ਨੇ ਅਨਾਊਂਸਮੈਂਟ ਕੀਤੀ ਉਹਦੇ ਵਿੱਚ ਸਿਰਫ ਇੱਕ ਲੋਕਡਾਊਨ ਤੇ ਕਿਸੇ ਪ੍ਰਕਾਰ ਦੀ ਕੋਈ ਰਾਹਤ ਨਹੀਂ, ਸ਼ਾਮ ਨੂੰ ਉਹਨਾਂ ਨੇ ਕਿਹਾ ਵੀ ਚਮਚੇ ਕੋਲੀਆਂ ਲੈ ਕੇ ਥਾਲੀਆਂ ਗੜਕਾ ਦੋ, ਠੀਕ ਹੈ, ਉਹਨਾਂ ਦੇ ਪ੍ਰਸ਼ੰਸਾ ਡਾਕਟਰਸ ਲਈ ਜਾਂ ਜਿਹੜੇ ਇਸ ਫਰੰਟ ਤੇ ਲੜ ਰਹੇ ਨੇ ਉਹਨਾਂ ਲਈ ਕੀਤੀ ਸੀ, ਬਟ ਮੋਦੀ ਸਾਹਿਬ ਨੂੰ ਤੇ ਕੈਪਟਨ ਸਾਹਿਬ ਨੂੰ ਦੋਨਾਂ ਨੂੰ ਉਸ ਰਾਤ ਸੋਸ਼ਲ ਮੀਡੀਆ ਤੇ ਨਿਊਜ਼ ਦੇ ਵਿੱਚ ਦੇਖ ਲੈਣੇ ਚਾਹੀਦੇ ਸੀਗੇ। ਮੈਂ ਕਹਿੰਦਾ ਕੱਲਾ ਇੰਡੀਆ ਹੀ ਨਹੀਂ, ਦੁਨੀਆਂ ਭਰ ਦੇ ਲੋਕਾਂ ਨੇ ਦੇਖਿਆ ਵੀ ਕਿਵੇਂ ਰੈਲੀਆਂ ਦਾ ਜਲੂਸ ਨਿਕਲਦੇ ਤੇ ਲੋਕਾਂ ਦੀ ਮਾਨਸਿਕਤਾ ਕਿੱਦਾਂ ਦੀ ਹੈ, ਤੇ ਕੈਪਟਨ ਸਾਹਿਬ ਨੂੰ ਤਾਂ ਸਮਝ ਲੈਣਾ ਚਾਹੀਦਾ ਸੀ ਵੀ ਆਪਣੇ ਲੋਕਾਂ ਨੂੰ ਘਰੇ ਡੱਕ ਕੇ ਗੁਜ਼ਾਰਾ ਨਹੀਂ ਹੋਣਾ, ਲੋਕਾਂ ਨੂੰ ਸੁਵਿਧਾਵਾਂ ਵੀ ਭੇਜਣੀਆਂ ਪੈਣੀਆਂ ਨੇ ਤੇ ਉਸ ਚੀਜ਼ ਲਈ ਉਹਦੇ ਪ੍ਰਬੰਧ ਕਰਨੇ ਪੈਣੇ ਨੇ, ਠੀਕ ਹੈ। ਉਹਨਾਂ ਨੇ ਪਹਿਲੇ ਲੋਕਡਾਊਨ ਕੀਤਾ, ਕਰਫਿਊ ਕੀਤਾ, ਉਸ ਤੋਂ ਬਾਅਦ ਉਹਦੀਆਂ ਪਲੈਨਿੰਗਾਂ ਸ਼ੁਰੂ ਕੀਤੀਆਂ। ਤੇ ਦੂਜਾ ਸਭ ਤੋਂ ਵੱਡਾ ਗੱਲ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਸਖਤੀ ਵਰਤਣਾ ਵੀ ਜ਼ਰੂਰੀ ਸੀ, ਬਟ ਉਹ ਸਖਤੀ ਨਜਾਇਜ਼ ਰੂਪ ਦੇ ਵਿੱਚ ਵਰਤੀ ਜਾ ਰਹੀ ਹੈ, ਜਿਹੜੇ ਥੱਲੜੇ ਤਬਕੇ ਦੇ ਜਾਂ ਥੱਲੜੇ ਰੈਂਕ ਦੇ ਆਫੀਸਰਸ ਨੇ ਉਹਨਾਂ ਨੇ ਤਾਂ, ਮੈਂ ਤਾਂ ਸਮਝਦਾ ਵੀ ਇੰਨਾ ਬਾੜਾ ਹਾਲ ਤਾਂ ਕਾਲੇ ਦੌਰ ਦਾ ਜਿਹਨੂੰ ਕਿਹਾ ਜਾਂਦਾ 84 ਤੋਂ ਲੈ ਕੇ ਉਹ ਦਿਨਾਂ ਚ ਵੀ ਨਹੀਂ ਸੀ ਜਿੰਨਾ ਇਹਨਾਂ ਨੇ ਬੁਰਾ ਹਾਲ ਕਰਤਾ। ਨਹੀਂ ਫਿਰ ਵੀਡੀਓ ਬਣਾ ਬਣਾ ਕੇ ਪਾਉਂਦੇ ਆ ਜਿੱਦਾਂ ਲੋਕਾਂ ਨੂੰ ਮਤਲਬ ਹੋਰ ਪਰੇਸ਼ਾਨ ਕਰਨ ਲਈ, ਮਤਲਬ ਇੱਥੋਂ ਤੱਕ ਜਿੱਦਾਂ
ਅਸੀਂ ਕੱਲ ਵੀ ਪ੍ਰੋਗਰਾਮ ਕੀਤਾ, ਪੱਡਾ ਸਾਹਿਬ ਉਹਦੇ 'ਚ ਵੀ ਹਾਜ਼ਰ ਸੀਗੇ, ਵੀ ਅੰਮ੍ਰਿਤਸਰ 'ਚ ਇੱਕ ਪ੍ਰੈਗਨੈਂਟ ਲੇਡੀ ਆ, ਜਿੱਦਾਂ ਉਹਦੇ ਆਦਮੀ ਨੂੰ ਕੁੱਟ ਕੁੱਟ ਕੇ ਮਤਲਬ ਏਦਾਂ ਕੁੱਟਿਆ ਜਿੱਦਾਂ ਛਲੀਆਂ ਕੁੱਟਿਆ ਜਾਂਦਾ। ਬਿਲਕੁਲ ਬਿਲਕੁਲ, ਉਹਦੇ ਉੱਤੇ ਕੱਲ ਕੈਪਟਨ ਸਾਹਿਬ ਦੀ ਪ੍ਰੈਸ ਕਾਨਫਰੰਸ ਵੀ ਆਈ, ਉਹਨਾਂ ਨੇ ਨਿਊਜ਼ ਦਿੱਤਾ, ਅੱਜ ਉਸ ਅਫਸਰ ਨੂੰ ਪਰਚਾ ਵੀ ਦਰਜ ਕੀਤਾ ਗਿਆ ਤੇ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਮੈਂ ਤੁਹਾਨੂੰ ਦੱਸ ਦਿਆਂ ਠੀਕ ਇਹ ਗੱਲ ਉਹੀ ਹੈ ਨਾ, ਫੈਸਲੇ ਆਪਾਂ ਕਰ ਰਹੇ ਹਾਂ ਪਰ ਦੇਰ ਨਾ ਕਰ ਰਹੇ ਹਾਂ, ਦੇਰ ਨਾ ਕਰ ਰਹੇ, ਗਲਤ ਫੈਸਲਿਆਂ ਨੂੰ ਪਹਿਲੇ ਕਰਨਾ ਚਾਹੀਦਾ, ਦੇਰ ਨਾਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਟਾਈਮ ਜਿਹੜੇ ਸਖ਼ਤ ਦਿਨ ਨੇ। ਵੱਡਾ ਸਾਹਿਬ ਤੁਸੀਂ ਮੈਂ ਬਲਬੀਰ ਜੀ ਇੱਥੇ ਤੁਹਾਨੂੰ ਗੱਲ ਜੋੜਦੇ ਹਾਂ, ਹਾਂਜੀ ਅਸੀਂ ਇਕੱਲੀ ਬਿਮਾਰੀ ਨਾਲ ਨਹੀਂ ਜੂਝ ਰਹੇ, ਮੈਂ ਆਪਣੇ ਜਿਹੜੇ ਵੀਰ ਰਹੇ ਨੇ ਉਹਨਾਂ ਨੂੰ ਸਮਝਾਉਣਾ ਚਾਹੁੰਦਾ, ਇਹ ਬਿਮਾਰੀ ਅੱਜ ਨਹੀਂ ਕੱਲ 10 ਦਿਨ ਨੂੰ ਇਹ ਖਤਮ ਹੋ ਜਾਏਗੀ, ਪਰ ਉਸ ਤੋਂ ਬਾਅਦ ਆਉਣ ਵਾਲੀ ਆਰਥਿਕ ਜਿਹੜੀ ਹਾਲਾਤ ਨੇ ਮੰਦੀ ਹਾਲਤ ਬਣਨੀ ਹੈ, ਲੋਕਾਂ ਕੋਲ ਰੁਜ਼ਗਾਰ ਨਹੀਂ ਹੋਣਾ, ਕਿਉਂਕਿ ਅੱਜ ਦੇ ਜਿਹੜੇ ਹਾਲਾਤ ਨੇ ਮੈਂ ਤੁਹਾਨੂੰ ਦੱਸ ਰਿਹਾ, ਪੰਜਾਬ ਦੇ ਵਿੱਚੋਂ ਲੇਬਰ ਜਿਹਨੇ ਫਸਲਾਂ ਵੀ ਕੱਟਦੀਆਂ ਸੀ ਉਹ ਡਰਦਾ ਮਾਰਾ ਘਰਾਂ ਨੂੰ ਭੱਜ ਗਿਆ, 100-100 2-2 ਕਿਲੋਮੀਟਰ ਤੁਰ ਕੇ ਲੇਬਰ ਜਿਹੜੀ ਯੂਪੀ ਬਿਹਾਰ ਤੋਂ ਆਉਂਦੀ ਸੀ ਉਹ ਵਾਪਸ ਪਿੰਡਾਂ ਚਲੇ ਗਏ, ਪੈਦਲ ਤੁਰ ਤੁਰ ਕੇ ਚਲੇ ਗਏ ਨੇ, ਏਦਾਂ ਵੀ ਹੁਣ ਜਿਹੜੇ ਆਂਕੜੇ ਸਾਹਮਣੇ ਆ ਰਹੇ ਹੁਣ ਵੀਡੀਓਜ਼ ਆ ਰਹੇ ਨੇ ਲੋਕ ਤੁਰੇ ਜਾ ਰਹੇ ਨੇ। ਹਾਂਜੀ ਪੱਡਾ ਸਾਹਿਬ, ਪੰਜਾਬ ਸਰਕਾਰ ਦੇ ਫੈਸਲੇ ਨਾਲ ਕਿੰਨਾ ਕੁ ਸਹਿਮਤ ਆ? ਮੈਂ ਇਸ ਗੱਲ ਨਹੀਂ ਬਿਲਕੁਲ ਸਹਿਮਤ, ਜਿੰਨੀਆਂ ਚੀਜ਼ਾਂ ਨਾਲ ਨਾਲ ਜ਼ਰੂਰੀ ਸੀ ਉਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ। ਆਪਾਂ ਪੱਡਾ ਸਾਹਿਬ ਨੂੰ ਪੁੱਛ ਲਈਏ ਵੀ ਉਹ ਪੰਜਾਬ ਸਰਕਾਰ ਨਾਲ ਕੋਈ ਸਹਿਮਤ ਹੈ ਜਾਂ ਨਹੀਂ। ਹਾਂਜੀ ਦੇਖੋ ਜੀ ਰਘਵੀਰ ਸਿੰਘ ਜੀ, ਜਦੋਂ ਇਹੋ ਜੀ ਮਹਾਮਾਰੀ ਆਉਂਦੀ ਹੈ ਇੱਕਦਮ ਤੇ ਇਹਨੂੰ ਰੋਕਣਾ ਗੌਰਮੈਂਟਾਂ ਲਈ ਬੜਾ ਮੁਸ਼ਕਲ ਹੋ ਜਾਂਦਾ। ਠੀਕ ਹੈ, ਤੇ ਇਹਦੇ ਨਾਲ ਮਤਲਬ ਪਬਲਿਕ ਦੀ ਜਾਂ ਜਿੱਦਾਂ ਆਪਣੀਆਂ ਹੁਣ ਸੰਸਥਾਵਾਂ ਕਰ ਹੀ ਰਹੀਆਂ ਆ, ਐਨ ਜੀ ਓ ਕਰ ਰਹੀਆਂ ਆ ਬਹੁਤ ਉਪਰਾਲੇ। ਠੀਕ ਹੈ, ਇਹ ਜਿਹੜੀ ਲੜਾਈ ਆ ਇਹ ਇਕੱਲੀ ਸਰਕਾਰ ਦੀ ਨਹੀਂ, ਆਪਾਂ ਨੂੰ ਸਾਰਿਆਂ ਨੂੰ ਬਈ ਇਹਦਾ ਸਾਥ ਦੇ ਕੇ ਗੌਰਮੈਂਟ ਦਾ ਤੇ ਉਹਨਾਂ ਨਾਲ ਲੜਨੀ ਚਾਹੀਦੀ ਹੈ। ਠੀਕ ਹੈ, ਤੇ ਜਿਹੜੇ ਕੈਪਟਨ ਸਾਹਿਬ ਦੀ ਤੁਸੀਂ ਗੱਲ ਕਰਦੇ ਆ, ਦੇਖੋ ਮਤਲਬ ਇੱਕਦਮ ਵਿੱਚੋਂ ਜਿੱਦਾਂ ਇਹ ਮਹਾਮਾਰੀ ਆਈ ਹੈ, ਜਿੱਦਾਂ ਲੋਕਡਾਊਨ ਕੀਤਾ ਉਹ ਤਾਂ ਬੜਾ ਵਧੀਆ, ਜਾਂ ਕਰਫਿਊ ਲਾਇਆ, ਕਿਉਂਕਿ ਇਹਦਾ ਹੱਲ ਹੀ ਇਹ ਹੈ ਕਿ ਜੋ ਹੁਣ ਤੱਕ ਜਿੱਥੇ ਵੀ ਦੇਖ ਲਓ ਇਹ ਮੈਨ ਟੂ ਮੈਨ ਇਹ ਚੇਨ ਸਿਸਟਮ ਹੈ ਇਹਦਾ ਬਿਮਾਰੀ ਦਾ। ਠੀਕ, ਤੇ ਜਿੰਨਾ ਇਹਦੇ ਤੇ ਆਪਾਂ ਅੰਦਰ ਵੜ ਕੇ ਰਵਾਂਗੇ ਜਿੰਨਾ ਆਪਾਂ ਉਹਨਾਂ ਇਹਦੇ ਤੋਂ ਬਚਾਅ ਆ ਜੀ। ਜੇ ਆਪਾਂ ਕਹੀਏ ਕਿ ਕੈਪਟਨ ਸਾਹਿਬ ਨੇ ਕੀਤਾ ਨਹੀਂ, ਦੇਖੋ ਉਹਨਾਂ ਨੇ ਜਿਹੜਾ ਰੋਟੀ ਪਾਣੀ ਤੋਂ ਉਹਨਾਂ ਕਿਹਾ ਕਿ ਮੇਰੇ ਪੰਜਾਬ ਦੇ ਵਿੱਚ ਕੋਈ ਭੁੱਖਾ ਬੰਦਾ ਸੌ ਨਹੀਂ ਸਕਦਾ, ਮੈਂ ਉੱਥੇ ਤੱਕ ਪਹੁੰਚਾਊਂਗਾ, ਉਹਨਾਂ ਸਾਰੇ ਡੀ ਸਾਹਿਬਾਨਾਂ ਨੂੰ ਵੀ ਹੁਕਮ ਕੀਤੇ ਹੋਏ ਆ। ਹੁਣ ਅੱਗੇ ਤੁਹਾਨੂੰ ਜਿੱਦਾਂ ਤੁਸੀਂ ਕਹਿੰਦੇ ਆ ਕਿ ਜਿਹੜੇ ਥੱਲੇ ਵਾਲੇ ਡਿਪਾਰਟਮੈਂਟ ਆ ਕੋਈ ਥੋੜੀ ਇਹ ਵੀ ਅਣਗਹਿਲੀ ਕਰ ਜਾਂਦੇ ਆ ਜੀ। ਠੀਕ ਹੈ, ਆਪਾਂ ਇੱਕ ਵਾਰੀ ਜਿੱਦਾਂ ਕਿਉਂਕਿ ਆਪਣੇ ਕੋਲ ਇੱਕ ਹੋਰ ਇਸ਼ੂ ਵੀ ਹੈਗਾ ਜਿਹੜਾ ਮਨੁੱਖੀ ਅਧਿਕਾਰਾਂ ਦਾ, ਆਪਾਂ ਉਹਦੇ 'ਤੇ ਵੀ ਗੱਲ ਕਰਨੀ ਆ। ਲਾਸਟ ਦੇ ਵਿੱਚ ਆਪਾਂ ਡਾਕਟਰ ਕਮਲ ਜੀ ਤੋਂ ਇੱਕ ਵਾਰੀ ਪੁੱਛ ਲੈਂਦੇ ਹਾਂ ਕਿ ਜਿਹੜੇ ਹੁਣ ਆ ਲੋਕ ਮਤਲਬ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਹਦਾਇਤਾਂ ਤੁਸੀਂ ਦੱਸਣੀਆਂ ਚਾਹੁੰਦੇ ਆ ਬੀਬੀ ਜੀ, ਵੀ ਜਿਹਦੇ ਨਾਲ ਲੋਕ ਸਾਵਧਾਨ ਰਹਿਣ? ਦੇਖੋ ਲੋਕਾਂ ਲਈ ਤਾਂ ਇੱਕੋ ਹੀ ਆ ਵੀ ਆਪਣੇ ਘਰਾਂ ਦੇ ਵਿੱਚ ਬੰਦ ਰਹਿਣ, ਕਿਉਂਕਿ ਇਸ ਮਹਾਮਾਰੀ ਦਾ ਇੱਕੋ ਹੀ ਇਲਾਜ ਆ ਕਿ ਜੇਕਰ ਆਪਾਂ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਸਰੇ ਦੇ ਕੰਟੈਕਟ ਦੇ ਵਿੱਚ ਨਾ ਆਈਏ, ਇਹੀ ਇੱਕ ਹੱਲ ਹੈਗਾ ਵਾ। ਦੂਸਰਾ ਜਿਹੜੀ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਵਾ ਕਿ ਜਿਵੇਂ ਪੋਲਟਰੀ ਵਾਲੇ ਨੇ, ਜਿਵੇਂ ਸ਼ਹਿਰਾਂ ਦੇ ਵਿੱਚ ਡੇਅਰੀ ਵਾਲੇ ਨੇ, ਹਨਾ, ਉਹਨਾਂ ਦੇ ਜਿਹੜੇ ਜਾਨਵਰ ਨੇ, ਕਿਉਂਕਿ ਇਸ ਸਮੇਂ ਜਿਹੜਾ ਬਿਲਕੁਲ ਨੋਨ ਵੈਜ ਜਿਹੜਾ ਵਾ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ ਵਾ, ਤੇ ਉਹ ਜਿਹੜਾ ਨੋਨ ਵੈਜ ਦਾ ਇੱਡਾ ਵੱਡਾ ਸਟੋਕ ਆ ਜਿਹੜਾ 1,00,000 ਜਿਹੜਾ ਮੁਰਗਾ ਆ ਜਾਂ ਮੁਰਗੀ ਆ ਜਾਂ ਉਹ ਸਾਰਾ ਸਟੋਕ ਜੇਕਰ ਉਹਨਾਂ ਤੱਕ ਫੀਡ ਨਹੀਂ ਪਹੁੰਚਦੀ ਜਾਂ ਉਹ ਕੰਜ਼ਿਊਮੇਬਲ ਨਹੀਂ ਹੁੰਦੇ, ਤਾਂ ਤੁਸੀਂ ਦੇਖੋ ਅਗਰ ਉਹ ਮਰਦੇ ਨੇ ਤੇ ਇੱਕ ਨਵੀਂ ਮਹਾਂਮਾਰੀ ਜਿਹੜੀ ਉਹ ਵੱਡਾ ਰੂਪ ਲੈ ਕੇ ਪੰਜਾਬ ਦੇ ਵਿੱਚ ਉਭਰੂਗੀ, ਪੰਜਾਬ ਦੇ ਵਿੱਚ ਹੀ ਨਹੀਂ ਬਾਹਰ ਵੀ, ਕਿਉਂਕਿ ਸਾਰੇ ਪਾਸੇ ਇਹ ਨੋਨ ਵੈਜ ਵਰਤਿਆ ਜਾ ਰਿਹਾ। ਠੀਕ ਹੈ, ਤੇ ਉਹਦੇ ਇਹ ਜਿਹੜੀਆਂ ਸਾਰੀਆਂ ਮੁਸ਼ਕਲਾਂ ਨੇ
ਇਹ ਬਹੁਤ ਵੱਡੀਆਂ ਨੇ ਔਰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਲੰਬੀ ਸੋਚ ਸੋਚ ਕੇ ਫੇਰ ਇਹੋ ਜਿਹੇ ਕਦਮ ਚੁੱਕਣੇ ਚਾਹੀਦੇ ਆ ਕਿ ਇਹ ਨਾ ਹੋਵੇ ਕਿ ਤੁਹਾਡੇ ਫੰਡ ਦੇ ਨਾਲ ਤਾਂ ਸੋਸ਼ਲ ਡਿਸਟੈਂਸ ਤਾਂ ਕ੍ਰੀਏਟ ਹੋ ਜਾਏਗਾ, ਲੇਕਿਨ ਉਸ ਸੋਸ਼ਲ ਡਿਸਟੈਂਸ ਤੋਂ ਬਾਅਦ ਜਿਹੜੇ ਅੰਦਰ ਲੋਕ ਭੁੱਖ ਦੇ ਨਾਲ ਮਰਨਗੇ ਉਹ ਜਿਹੜੇ ਆ ਉਹਨਾਂ ਦੀ ਗਿਣਤੀ ਇਸ ਬਿਮਾਰੀ ਦੇ ਨਾਲੋਂ ਮਰਨ ਵਾਲਿਆਂ ਦੇ ਨਾਲੋਂ ਜ਼ਿਆਦਾ ਹੋ ਜਾਣੀ ਆ। ਸੋ ਕਿਤੇ ਨਾ ਕਿਤੇ ਸਾਨੂੰ ਕੋਈ ਵੀ ਅਗਰ ਸਰਕਾਰ ਫੈਸਲਾ ਲੈਂਦੀ ਆ ਤਾਂ ਆਪਣੀ ਜਨਤਾ ਨੂੰ ਉਹਨੂੰ ਹਿੱਤ ਦੇ ਵਿੱਚ ਰੱਖ ਕੇ ਲੈਣਾ ਚਾਹੀਦਾ। ਇਹਦਾ ਮਤਲਬ ਇਹ ਨਹੀਂ ਆ ਕਿ ਜੇ ਤੁਹਾਡੇ ਕੋਲ ਸਾਰੇ ਦੇ ਸਾਰੇ ਅਧਿਕਾਰ ਨੇ ਤੇ ਤੁਸੀਂ ਇਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਥੋਪ ਦਿਓ, ਇਹਦਾ ਲੋਕਤੰਤਰ ਨਹੀਂ ਕਹਿੰਦਾ। ਠੀਕ, ਧੰਨਵਾਦ ਜੀ ਬੀਬੀ ਜੀ। ਆਪਣੇ ਰਾਜਾ ਜੀ ਤੁਸੀਂ ਇਹਦੇ ਬਾਰੇ ਕੁਛ ਕਹਿਣਾ ਚਾਹੁੰਦੇ? ਪਰ ਮੈਂ ਇੱਕ ਦੂਸਰਾ ਇਸ਼ੂ ਆ ਮਨੁੱਖੀ ਅਧਿਕਾਰਾਂ ਦਾ, ਜਿਹੜੀ ਹੁਣੇ ਹੁਣੇ ਅਫਗਾਨਿਸਤਾਨ ਦੇ ਵਿੱਚ ਘਟਨਾ ਹੋਈ ਆ, ਤਕਰੀਬਨ 25 ਸਿੱਖ ਜਿਹੜੇ ਮਾਰ ਦਿੱਤੇ ਗਏ ਆ ਤੇ ਉਦੋਂ ਬਾਅਦ ਉੱਥੋਂ ਦੇ ਹਾਲਾਤ ਬੜੇ ਖਰਾਬ ਹੋਏ ਆ। ਉਹਨੂੰ ਲੈ ਕੇ ਕੈਪਟਨ ਸਾਹਿਬ ਨੇ ਮਿਨਿਸਟਰੀ ਆਫ ਇੰਟੀਰੀਅਰ ਨਾਲ ਗੱਲ ਕੀਤੀ ਆ ਕਿ ਉੱਥੋਂ ਸਿੱਖਾਂ ਨੂੰ ਕੱਢਿਆ ਜਾਵੇ, ਆਪਾਂ ਉਹਦੇ 'ਤੇ ਵੀ ਗੱਲ ਕਰਨੀ ਹੈ। ਕੋਰੋਨਾ ਦੇ ਬਾਰੇ ਹਾਲਾਤ ਦੇ ਵਿੱਚ ਤੁਹਾਡੇ ਕੀ ਵਿਚਾਰ ਹੈ? ਮੈਂ ਬਿਲਕੁਲ, ਦੇਖੋ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ, ਹਿਊਮਨ ਬੀਂਗਸ ਦੀ ਲਾਈਫ ਦੀ ਗੱਲ ਕਰ ਰਹੇ ਹਾਂ। ਹਾਂਜੀ, ਮੈਂ ਆਪਣੇ ਜਿਹੜੀ ਵੀ ਹੁਣ ਤੱਕ ਸਾਰੀ ਮੈਂ ਸਟੱਡੀ ਕਰਦਾ ਆਇਆ ਜਾਂ ਵਿਸ਼ਲੇਸ਼ਣ ਕੀਤਾ, ਮੈਂ ਪੰਜਾਬ ਤੇ ਕੈਪਟਨ ਸਾਹਿਬ ਦੀ ਗੱਲ ਕਰਾਂਗਾ। ਕੇਜਰੀਵਾਲ ਸਾਹਿਬ ਇਸੇ ਕੰਮ ਦੇ ਵਿੱਚ ਬੜਾ ਇੱਕ ਨੰਬਰ ਅੱਗੇ ਚੱਲ ਰਹੇ ਨੇ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ, ਹਾਹਾਕਾਰ ਨਾ ਬਚੇ। ਕੈਪਟਨ ਸਾਹਿਬ ਦੇਖੋ ਦਿੱਲੀ ਸਟੇਟ ਦੀ ਇਕਨੋਮਿਕਲੀ ਕਿਸੇ ਹੋਰ ਜਗ੍ਹਾ ਤੇ ਖੜਦੀ ਹੈ, ਪੰਜਾਬ ਦੀ ਇਕਨੋਮੀ ਖੜਦੀ ਹੈ ਐਗਰੀਕਲਚਰ ਦੇ ਸਪੇਸ ਦੇ ਉੱਤੇ, ਇਹ ਬੜੀ ਵੱਡੀ ਸਮਝੇ ਨਾਲ ਗੁਰ ਹੈ। ਦੂਸਰਾ ਜਿਹੜਾ ਪੰਜਾਬ ਦੀ ਇਸ ਟਾਈਮ ਜਿਹੜੀ ਮੰਦੀ ਹਾਲਾਤ ਨੇ, ਸਭ ਤੋਂ ਜ਼ਿਆਦਾ ਮੈਂ ਇਹਦੇ ਵਿੱਚ ਦੋਸ਼ੀ ਸਮਝਦਾ ਲੋਕਾਂ ਨੂੰ। ਲੋਕਾਂ ਨੇ ਭੁੱਖਮਰੀ, ਮੈਂ ਇੱਕ ਗੱਲ ਤਾਂ ਗਰੰਟੀ ਨਾਲ ਕਹਿੰਦਾ ਵੀ ਪੰਜਾਬ ਦੇ ਵਿੱਚ ਭੁੱਖਮਰੀ ਨਹੀਂ ਫੈਲ ਸਕਦੀ, ਇੰਨੀ ਮੈਂ ਗਰੰਟੀ ਦਿੰਦਾ, ਕਿਉਂਕਿ ਪੰਜਾਬ ਦੇ ਲੋਕਾਂ ਨੇ ਹੁਣ ਵੀ ਮਿਸਾਲ ਕਾਇਮ ਕੀਤੀ ਹੈ, ਲੰਗਰ ਦੇ ਲੰਗਰ ਲੱਗੇ ਹੋਏ ਨੇ। ਬਟ ਇਹਦੇ ਵਿੱਚ ਸਰਕਾਰ ਇਸ ਜਗ੍ਹਾ ਤੇ ਫੇਲ ਹੈ ਵੀ ਅਗਰ ਕੋਈ ਹਿਊਮਨ ਸੋਸਾਇਟੀਜ਼ ਜਾਂ ਜਿਹੜੇ ਵੀ ਲੋਕ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਨੇ ਜਾਂ ਜਿਹੜੇ NGOs ਵਰਕ ਕਰ ਰਹੇ ਨੇ ਉਹ ਆਪਣੇ ਤੌਰ ਤੇ ਕੰਮ ਕਰ ਰਹੇ ਨੇ, ਉਹਨਾਂ ਦੀ ਵਲੰਟਰੀ ਹੈਲਪ ਲੈ ਕੇ ਸਰਕਾਰ ਇੱਕ ਵਧੀਆ ਪੱਧਰ ਦੇ ਉੱਤੇ ਉਹਨੂੰ ਚੇਨ ਨੂੰ ਸਿਸਟਮ ਚਲਾ ਸਕਦੀ ਹੈ ਤਾਂ ਕਿ ਰਾਸ਼ਨ ਲੋਕਾਂ ਦੇ ਘਰਾਂ ਤੱਕ ਪਹੁੰਚ ਸਕੇ। ਅੱਛਾ ਜੀ। ਦੂਜੀ ਜਿਵੇਂ ਭੈਣ ਜੀ ਇਹਨਾਂ ਨੇ ਦੱਸਿਆ ਵੀ ਡੰਗਰਾਂ ਦੀ ਜਿਹੜੀ ਇਸ ਟਾਈਮ ਅਗਰ ਉਹਨਾਂ ਦੀ ਮੌਤਾਂ ਹੁੰਦੀਆਂ ਭੁੱਖਮਰੀ ਨਾਲ ਜਾਂ ਕੋਈ ਸਾਧਨ ਨਹੀਂ ਪਾਉਂਦੇ, ਉਹ ਬਿਮਾਰੀ ਜ਼ਰੂਰ ਫੈਲਣ ਦਾ ਡਰ ਹੈਗਾ। ਤੀਸਰੀ ਵਾਢੀ ਦਾ ਸੀਜ਼ਨ ਹੈ, ਵਾਢੀ ਦੇ ਸੀਜ਼ਨ ਦੇ ਵਿੱਚ ਜੇ ਅਸੀਂ ਇਹ ਸਾਰੇ ਪ੍ਰਬੰਧ ਨਹੀਂ ਕਰਾਂਗੇ, ਇਹ ਬਿਮਾਰੀ ਦਾ ਕੋਈ ਹਜੇ ਗਰੰਟੀ ਨਹੀਂ ਵੀ 2 ਮਹੀਨੇ ਚੱਲੇ, 4 ਮਹੀਨੇ ਚੱਲੇ, 6 ਮਹੀਨੇ ਚੱਲੇ, ਅਗਰ ਵਾਢੀ ਨਹੀਂ ਹੁੰਦੀ ਤੇ ਅਸੀਂ ਰੋਟੀ ਖਾਵਾਂਗੇ, ਅਗਰ ਸਾਡੇ ਕੋਲ ਅਨਾਜ ਨਹੀਂ ਹੋਊਗਾ, ਅਨਾਜ ਦੇ ਭੰਡਾਰ ਵੀ ਨਾ ਪੂਰੇ, ਤਾਂ ਇਹ ਬੜੇ ਵੱਡੇ ਮੁੱਦੇ ਨੇ। ਮੈਂ ਇਸ ਵਿੱਚ ਸਿਰਫ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਲੋਕ ਜਿੰਨਾ ਵੱਧ ਤੋਂ ਵੱਧ ਹੋ ਸਕੇ ਆਪਣੇ ਘਰਾਂ ਦੇ ਵਿੱਚ ਰਹਿਣ। ਮੈਂ ਜਿਹੜੇ ਲੰਗਰ ਵਰਤਾ ਰਹੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਨੇ, ਪਰ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਤੁਸੀਂ ਲੰਗਰ ਵਰਤਾਉਣ ਲੱਗਿਆਂ ਵੀ ਇੱਕ ਡਿਸਟੈਂਸ ਮੇਕ ਕਰੋ। ਦੂਸਰਾ ਇਹ ਕਹਿਣਾ ਚਾਹੁੰਦਾ ਵੀ ਆਪਣੇ ਏਰੀਆ ਦੇ ਵਿੱਚੋਂ ਬਾਹਰ ਨਾ ਜਾਓ, ਆਪਣੇ ਏਰੀਏ ਦੇ ਵਿੱਚੋਂ ਬਾਹਰ ਨਾ ਜਾਓ, ਸੇਵਾ ਤੁਹਾਡੀ ਸਫਲ ਹੈ, ਸਤਿਗੁਰੂ ਦੀ ਸੇਵਾ ਸਫਲ ਹੀ ਹੁੰਦੀ ਹੈ। ਆਪਣੇ ਜਿਹੜੇ ਵੀਰ ਘਰੇ ਰੋਟੀ ਰੋਜ਼ ਬਣਾਉਂਦੇ ਨੇ ਇੱਕ ਟਾਈਮ, ਉਹ ਇੱਕ ਕੋਲੀ ਸਬਜ਼ੀ ਤੇ 4 ਫੁਲਕੇ ਐਕਸਟਰਾ ਬਣਾਉਣ, ਉਹ ਹਰ ਗਲੀ ਮੁਹੱਲੇ ਵਾਲੇ ਆਪਣੇ ਇੱਕ ਜਗ੍ਹਾ ਤੇ ਇਕੱਠਾ ਕਰਨ ਦੇ, ਆਪਣੇ ਨਾਲ ਦੇ ਘਰ ਜਾਂ ਜਿਹੜੇ ਸੱਜਣ ਮਿੱਤਰ ਗਰੀਬ ਨੇ ਜਿਹਨਾਂ ਕੋਲ ਸਾਧਨ ਨਹੀਂ ਹੈ ਉਹਨਾਂ ਦੇ ਘਰੇ ਪੁੱਛਦਾ ਕਰਨ। ਪ੍ਰਸ਼ਾਸਨ ਆਪਣੇ ਵੱਲੋਂ ਬਹੁਤ ਸਾਰਾ ਨੰਬਰ ਪ੍ਰੋਵਾਈਡ ਕਰਾ ਰਹੀ ਹੈ ਜਿਹਨਾਂ ਨੂੰ ਕੋਈ ਮੈਡੀਸਨ ਦੀ ਲੋੜ ਹੈ, ਜਿਹਨਾਂ ਨੂੰ ਰਾਸ਼ਨ ਦੀ ਲੋੜ ਹੈ ਕੁਛ ਹੈ। ਔਰ 70-90% ਲੋਕ ਫੇਕ ਕੋਲਾਂ ਕਰ ਰਹੇ ਨੇ, ਜਿਹਦੀਆਂ ਵੀਡੀਓ ਵੀ ਜਨਤਕ ਹੋ ਰਹੀਆਂ ਨੇ, ਲੋਕਾਂ ਦਾ ਜਲੂਸ ਨਿਕਲ ਰਿਹਾ ਹੈ। ਡੀਸੀ ਨੇ ਫੋਨ ਕਰ ਰਹੇ ਨੇ ਵੀ ਬੀਬੀ ਘਰੇ ਰੋਟੀ ਬਣਾ ਰਹੀ ਹੈ, ਇਹ ਪੰਜਾਬ ਦੇ ਲੋਕਾਂ ਦਾ ਕਿਰਦਾਰ ਨਹੀਂ ਹੈ। ਠੀਕ ਹੈ, ਪਰ ਪੰਜਾਬ ਦੇ ਲੋਕਾਂ ਦਾ ਕਿਰਦਾਰ ਭਾਈ ਘਨੱਈਏ ਵਰਗਾ, ਪੰਜਾਬ ਦੇ ਲੋਕਾਂ ਦਾ ਕਿਰਦਾਰ ਬਾਬੇ ਨਾਨਕ ਦੇ ਚਲਾਏ ਹੋਏ ਲੰਗਰ ਜਿਹੜੇ 20 ਰੁਪਏ ਦੀ ਆਪਣੀ ਕੀਤੀ ਹੈ ਉਹਦੇ ਵਰਗਾ। ਇਸ ਗੱਲ ਨੂੰ ਸਮਝਣ ਦੀ ਲੜਾਈ ਤੋਂ ਬਾਅਦ ਨਾ ਬਚਾਓ ਤਾਂ ਕਿ ਤੁਹਾਡੀ ਆਰਥਿਕਤਾ ਨੂੰ ਸਾਂਭਣ ਲਈ ਸਰਕਾਰ ਉਪਰਾਲੇ ਕਰ ਸਕੇ। ਜਿਹੜੀ ਗੱਲ ਤੁਸੀਂ ਦੂਸਰੀ ਕਰ ਰਹੇ ਹੋ ਵੀ ਅਫਗਾਨਿਸਤਾਨ, ਹਾਂਜੀ
ਹਾਂ ਵਿਸ਼ਵ ਪੱਧਰ ਦੀ ਜਿਹੜੀ ਗੱਲ ਹੈ, ਰਾਜ ਆ ਕੇ ਗੱਲ ਫਿਰ ਉੱਥੇ ਖੜੀ ਹੋ ਜਾਂਦੀ ਹੈ ਵੀ ਇਹ ਸਾਰੀਆਂ ਜੰਗ ਦਾ ਕਿਤੇ ਨਾ ਕਿਤੇ ਰੂਪ ਹੈ, ਜਿਵੇਂ ਮੈਂ ਪਹਿਲੇ ਤੁਹਾਨੂੰ ਦੱਸਿਆ। ਹੁਣ ਉਹ ਲੋਕ ਜਿਹੜੇ ਇਹੋ ਜਿਹੇ ਮਨੁੱਖੀ ਤਸ਼ੱਦਦ ਕਰ ਰਹੇ ਨੇ ਜਾਂ ਧਾਰਨ ਕਰ ਰਹੇ ਨੇ, ਉਹਨਾਂ ਲੋਕਾਂ ਨੂੰ ਮੈਨੂੰ ਨੀ ਸਮਝ ਆ ਰਿਹਾ। ਅਫਗਾਨਿਸਤਾਨ ਦੇ ਵਿੱਚ ਇੱਕ ਕਮਿਊਨਿਟੀ ਦੇ ਉੱਤੇ ਹਮਲਾ, ਕਹਿੰਦੇ ਜਿਹੜੇ ਤਾਰ ਕਿਸੇ ਨਾ ਕਿਸੇ ਤਰੀਕੇ ਹਿੰਦੁਸਤਾਨ ਦੀ ਸਰਕਾਰ ਵੱਲੋਂ ਜਿਹੜੀ NCR ਜਾਂ NPR ਚਲਾਈ ਜਾ ਰਹੀ ਹੈ ਉਹ ਜੁੜਦੇ ਨਜ਼ਰ ਆ ਰਹੇ ਨੇ। ਬਹੁਤ ਸਾਰੀਆਂ ਨਿਊਜ਼ ਦੇ ਵਿੱਚ, ਬਹੁਤ ਸਾਰੀਆਂ ਗੱਲਾਂ ਦੇ ਵਿੱਚ ਉਹਨਾਂ ਤੇ ਸ਼ੰਕਾ ਵਿਚਾਰ ਕੀਤੀ ਜਾ ਰਹੀ ਹੈ ਔਰ ਸ਼ੰਕਾ ਪਾਉਂਦੀ ਵੀ ਹੈ, ਕਿਉਂਕਿ ਸ਼ਾਇਦ ਤੁਹਾਨੂੰ ਯਾਦ ਰਹਿੰਦਾ ਜਦੋਂ ਹਿੰਦੁਸਤਾਨ ਚ ਬਿਲ ਕਲਿੰਟਨ ਆਇਆ ਸੀ ਤੇ ਚਿੱਟੀ ਸਿੰਘਪੁਰਾ ਦੇ ਵਿੱਚ ਵੀ ਏਦਾਂ ਹੀ ਵਾਰਦਾਤ ਹੋਈ ਸੀ। ਹਾਂਜੀ ਹਾਂਜੀ, ਹੁਣ ਵੀ ਜਦੋਂ ਜਦੋਂ ਟਰੰਪ ਵੀ ਆਇਆ ਤੇ ਉਦੋਂ ਦਿੱਲੀ ਦੇ ਵਿੱਚ ਵੀ ਜੋ ਹੋਇਆ ਆਪਣੇ ਸਾਹਮਣੇ ਹੈ, ਜਿਹੜੀ ਹਿੰਸਾ ਹੋਈ ਆ ਵੀ ਤੁਹਾਡੇ ਸਾਹਮਣੇ। ਬਿਲਕੁਲ ਇਹ ਇੱਕ ਚੇਨ ਸਿਸਟਮ ਨੂੰ ਵੀ ਸਮਝਣ ਦੀ ਲੋੜ ਹੈ ਜਿਹੜਾ ਅਫਗਾਨਿਸਤਾਨ ਦੇ ਵਿੱਚ ਹੋਇਆ। ਮੈਂ ਨਹੀਂ ਸਮਝਦਾ ਵੀ ਅਫਗਾਨਿਸਤਾਨ ਚ ਵਸਦੇ ਸਿੱਖ ਕਿਸੇ ਤਾਲਿਬਾਨੀ ਨਾਲ ਜਾਂ ਕਿਸੇ ਵੀ ਜਿਹੜੇ ਵੀ ਉੱਥੋਂ ਦੇ ਰੂਲਰ ਨੇ ਜਿਹੜੇ ਵੀ ਉਹਨਾਂ ਦੇ ਧਾਰਮਿਕ ਰਾਜਾ ਜੀ, ਜਿਹੜੀ ਉੱਥੋਂ ਦੀ ਜ਼ਿੰਮੇਵਾਰੀ ਆ ਉਹ IS ਜਿਹੜੀ ਜਿਹਨੂੰ ਇਸਲਾਮਿਕ ਸਟੇਟ ਵੀ ਕਹਿ ਦਿੰਦੇ ਆ, ਜਿਹੜੇ ਮਤਲਬ ਸੀਰੀਅਨ ਦੇ ਵਿੱਚ ਜਾਂ ਜਿਹੜੇ ਮੁਸਲਮਾਨ ਉਹਨਾਂ ਨੇ ਲਈ ਆ, ਲਿਖਤੀ ਲਈ ਆ, ਜਿਹਦੇ ਵਿੱਚ ਅਖਬਾਰਾਂ 'ਚ ਲੱਗ ਵੀ ਚੁੱਕੀ ਆ। ਪਹਿਲਾਂ ਤਾਂ ਲੋਕ ਸਮਝਦੇ ਵੀ ਸ਼ਾਇਦ ਨਹੀਂ, ਪਰ ਉਹ ਮਤਲਬ ਜਿਹੜੀ ਆਰਗਨਾਈਜੇਸ਼ਨ ਆ, ਟੈਰੋਰਿਸਟ ਆਰਗਨਾਈਜੇਸ਼ਨ ਆ, ਉਹਨੇ ਜ਼ਿੰਮੇਵਾਰੀ ਲਈ ਆ। ਦੇਖੋ ISIS ਨੇ ਜਿਹੜੀ ਵੀ ਜ਼ਿੰਮੇਵਾਰੀ ਲਈ ਹੈ, ਹਾਂਜੀ ਮੈਨੂੰ ਨਹੀਂ ਜਾਂਦੀ ਕਿ ਉਹਨੇ ਇਸ ਗੱਲ ਦੀ ਕਿਉਂ ਲਈ ਹੈ, ਕਿਉਂਕਿ ਦੁਨੀਆ ਭਰ 'ਚ ਸਿੱਖ ਲੋਕ ਕੌਮ ਜਿਹੜੀ ਫੈਲੀ ਹੋਈ ਹੈ। ਠੀਕ ਹੈ, ਦੁਨੀਆ ਭਰ 'ਚ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਰੂਪ ਦੇ ਵਿੱਚ ਪਛਾਣੀ ਜਾ ਰਹੀ ਹੈ। ਹਾਂਜੀ ਹਾਂਜੀ, ਜਿਵੇਂ ਮੈਂ ਇੱਥੇ ਜ਼ਿਕਰ ਕਰਦਾ ਖਾਲਸਾ ਐਡ ਜਾਂ ਹੋਰ ਕਈ ਐਸੀਆਂ ਸੰਸਥਾਵਾਂ ਨੇ ਜਿਹੜੇ ਦੁਨੀਆ ਭਰ ਦੇ ਜਦੋਂ ਵੀ ਕੋਈ ਵਿਪਤਾ ਕਿਸੇ ਰੂਪ ਚ ਵੀ, ਚਾਹੇ ਉਹ ਜੰਗ ਦੇ ਰੂਪ ਚ ਹੈ, ਬਿਮਾਰੀ ਦੇ ਰੂਪ ਚ ਹੈ, ਸੁਨਾਮੀ ਦੇ ਰੂਪ ਚ ਹੈ, ਚਾਹੇ ਆਸਟ੍ਰੇਲੀਆ ਦੇ ਵਿੱਚ ਲੱਗੀ ਅੱਗ ਦੇ ਰੂਪ ਦੇ ਵਿੱਚ, ਉਹ ਉੱਥੇ ਜਾ ਕੇ ਲੋਕਾਂ ਦੀ ਸੇਵਾ ਕਰਦੇ, ਉਹਨਾਂ ਦੇ ਨਾਲ ਖੜਦੇ, ਉਹਨਾਂ ਵਾਸਤੇ ਹੈਲਪ ਕ੍ਰੀਏਟ ਕਰ ਰਹੇ ਨੇ, ਕਿਉਂਕਿ ਵਾਸਤੇ ਉਹਨਾਂ ਨੂੰ ਪ੍ਰਸ਼ੰਸਾ ਵੀ ਮਿਲ ਰਹੀ ਹੈ। ਤੇ IS ਨੂੰ ਸਿੱਖ ਕੌਮ ਤੋਂ ਜਾਂ ਐਸੀ ਕਿਸ ਚੀਜ਼ ਦਾ ਖਤਰਾ ਸੀ ਜਾਂ ਉਹ ਇਹਨਾਂ ਨੂੰ ਮਾਰ ਕੇ ਕੀ ਸਾਬਤ ਕਰਨਾ ਚਾਹੁੰਦੀ ਸੀ, ਇਹ ਇੱਕ ਬੜਾ ਸੋਚਣ ਦਾ ਵਿਸ਼ਾ ਹੈ ਔਰ ਮੇਰੀ ਸਮਝ ਤੋਂ ਪਰੇ ਹੈ। ਕਿਉਂਕਿ ਜਿਹੜੇ 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 ਬੰਦਿਆਂ ਦੀਆਂ ਫੋਟੋ ਜੇ ਮਤਲਬ ਆਤਮਘਾਤੀ ਹਮਲਾ ਕੀਤਾ ਆ, ਮਤਲਬ ਉਹਦਾ ਜਿਹੜਾ ਸੰਬੰਧ ਆ ਕੇਰਲਾ ਦੇ ਨਾਲ ਨਿਕਲ ਰਿਹਾ ਆ, ਵੀ ਉੱਥੋਂ ਮਤਲਬ 15-20 ਨੌਜਵਾਨ ਜਿਹਨਾਂ ਦਾ 2014-15 ਤੋਂ ਆਪਾਂ ਗੱਲ ਕਰ ਰਹੇ ਹਾਂ, ਉਦੋਂ ਤੋਂ ਇਸ ਪਾਸੇ ਨੂੰ ਉੱਧਰੋਂ ਦਾਖਲ ਹੋਏ ਆ, ਜੋ ਅਖਬਾਰਾਂ 'ਚ ਆ ਰਿਹਾ, ਜੋ ਮੀਡੀਆ 'ਚ ਆਇਆ, ਅਤੇ ਉਹਨੂੰ ਲੈ ਕੇ ਇੱਦਾਂ ਲੱਗਦਾ ਵੀ ਜਿਹੜੀ ਗੱਲ ਤੁਸੀਂ ਸ਼ਹੀਨ ਬਾਗ ਦੀ ਕੀਤੀ ਆ ਉਹਨੂੰ ਲੈ ਕੇ ਵੀ, ਜਾਂ ਲੋਕ ਵੀ ਸਿੱਖ ਜਿਹੜੇ ਅੱਗੇ ਹੋ ਕੇ ਹੈਲਪ ਕਰਦੇ ਸੀ ਵੀ ਉਹ ਸਿੱਖਾਂ ਨੂੰ ਤਾਂ ਵੀ ਟਾਰਗੇਟ ਬਣਾਇਆ ਗਿਆ ਵੀ। ਬਿਲਕੁਲ ਬਿਲਕੁਲ, ਮੈਂ ਦੇਖੋ ਇਹਦੇ ਵਿੱਚ ਉਹੀ ਤਾਰ ਜੋੜਨਾ ਚਾਹ ਰਿਹਾ, ਇਹਦੇ ਵਿੱਚ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਤਾਂ ਕਿ ਇਸ ਮੁੱਦੇ ਨੂੰ ਹਿੰਦੁਸਤਾਨ ਦੇ ਵਿੱਚ ਭਖਾਇਆ ਜਾ ਸਕੇ, ਠੀਕ ਕਿਹੜੇ ਮੁਲਕ ਦੇ ਲੋਕ ਨੇ, ਚਾਹੇ ਉਹ ਹਿੰਦੁਸਤਾਨ ਦੇ, ਪਾਕਿਸਤਾਨ ਦੇ ਹੋਣ ਜਾਂ ISIS ਦੇ ਹੋਣ, ਕਿਹੜੇ ਐਸੇ ਲੋਕ ਨੇ। ਦੇਖੋ ਜਿਹਨੇ ਜਿਹਾਦ ਦਾ ਪੱਲਾ ਫੜ ਲਿਆ, ਜਿਹੜਾ ਇਹਨਾਂ ਦੀ ਭਾਸ਼ਾ ਦੇ ਵਿੱਚ ਕਿਹਾ ਜਾਵੇ ਮੁਸਲਮਾਨ ਕੌਮ ਦੇ ਜਿਹਾਦ ਦਾ ਨਾਂ ਲਿਆ ਜਾਂਦਾ, ਜਿਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ, ਜਿਹਾਦੀ ਕਿਹਾ ਜਾਂਦਾ ਉਹਨਾਂ ਦੀ ਭਾਸ਼ਾ 'ਚ, ਹਾਂਜੀ ਉਹ ਕਿਸੇ ਤੋਂ ਆ ਕੇ ਜੁੜ ਸਕਦੇ ਨੇ, ਹਮਲਾ ਕਰਨ ਵਾਲੇ ਤਾਂ ਅਮਰੀਕਾ ਦੇ ਵਿੱਚ ਆ ਕੇ ਵਰਲਡ ਟ੍ਰੇਡ ਟਾਵਰ ਵੀ ਢਾ ਸਕਦੇ ਨੇ। ਹਾਂਜੀ ਹਾਂਜੀ, ਇਸ ਲਈ ਇਹਨਾਂ ਲੋਕਾਂ ਦੀ ਮਾਨਸਿਕਤਾ, ਇਹਨਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ, ਇਹਨੂੰ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਨੂੰ ਚਲਾਉਣ ਵਾਲੇ ਇਹਨਾਂ ਦੇ ਮਗਰ ਜਿਹੜੀਆਂ ਤਾਕਤਾਂ ਨੇ ਉਹ ਬੜੇ ਵੱਡੇ ਪੱਧਰ ਤੇ ਦੁਨੀਆ ਭਰ 'ਚ ਫੈਲੀਆਂ ਹੋਈਆਂ। ਜਿੱਦਾਂ ਵੀ ਹੋਇਆ ਮਤਲਬ ਜਿਹੜਾ ਉੱਥੇ ਘੱਟ ਗਿਣਤੀਆਂ ਦਾ ਨੁਕਸਾਨ ਹੋਇਆ, ਹਾਂਜੀ ਉਹਨੂੰ ਲੈ ਕੇ ਕੈਪਟਨ ਸਾਹਿਬ ਮਿਨਿਸਟਰੀ ਆਫ ਇੰਟੀਰੀਅਰ ਨੂੰ ਮਿਲ ਰਹੇ ਆ, ਉਹ ਕਿਉਂ ਮਿਲ ਰਹੇ ਆ? ਉਹ ਇਸ ਲਈ ਮਿਲ ਰਿਹਾ ਜੀ, ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਉੱਥੇ, ਤਾਂ ਕਿ ਜਿਹੜੇ ਵਸਦੇ ਸਿੱਖ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਅਗਰ ਕੋਈ ਚੀਜ਼ ਨਹੀਂ ਅਵੇਲੇਬਿਲਟੀ, ਅਗਰ ਉੱਥੋਂ ਦੀ ਪਲਾਇਨ ਕਰਨਾ ਚਾਹੁੰਦੇ ਨੇ ਤਾਂ ਇੱਥੇ ਆਪਣੇ ਆ ਸਕਦੇ ਨੇ।
ਮੇਰੇ ਹਿਸਾਬ ਨਾਲ ਮੈਂ ਇਸ ਆਰਟੀਕਲ ਬਾਰੇ ਜ਼ਿਆਦਾ ਪੜ੍ਹਿਆ ਨਹੀਂ, ਪਰ ਹੋਣਾ ਤਾਂ ਇੱਦਾਂ ਹੀ ਚਾਹੀਦਾ ਅਗਰ ਠੀਕ ਹੈ ਇਵੇਂ ਹਾਲਾਤ। ਤੁਸੀਂ ਦੇਖੋ ਗੁਰੂ ਘਰ 'ਚ ਪੜ੍ਹ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਬੰਬਣਾ ਉਡਾ ਕੇ ਕਿਸੇ ਨੂੰ ਕੀ ਮਿਲ ਜਾਏਗਾ? ਕਿਹੜੇ ਧਰਮ ਦੀ ਪ੍ਰਾਪਤੀ ਹੈ ਤੁਹਾਡੀ? ਮੈਂ ਜਿਹੜਾ ਚਾਹੇ ਉਹ ਆਈਸ ਮੁਸਲਮਾਨ ਨੇ ਕੀਤਾ ਚਾਹੇ ਕਿਸੇ ਵੀ ਧਰਮ ਦੇ ਬੰਦੇ ਨੇ ਕੀਤਾ, ਇਸ ਉੱਤੇ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਕਹਾਂਗਾ ਇਸ ਉੱਤੇ ਜਿੰਨਾ ਨਿੰਦਾ ਕੀਤਾ ਜਾ ਸਕੇ ਉਹ ਕਰਨੀ ਚਾਹੀਦੀ ਹੈ। ਔਰ ਸਭ ਤੋਂ ਉਸ ਸਮੇਂ ਦੇ ਉੱਤੇ ਜਦੋਂ ਸਿੱਖ ਕੌਮ ਜਿਹੜੀ ਹਮੇਸ਼ਾ ਸਰਬਦਾ ਭਲਾ ਮੰਗਦੀ, ਮੈਂ ਸਿੱਖ ਹੋਣ ਦੇ ਨਾਤੇ ਨਹੀਂ ਕਹਿ ਰਿਹਾ, ਇੱਕ ਇਨਸਾਨ ਦੇ ਕਹਿ ਰਿਹਾ ਵੀ ਸਿੱਖ ਕੌਮ ਹਮੇਸ਼ਾ ਸਰਬਤ ਦਾ ਭਲਾ ਮੰਗਦੀ ਆਈ ਹੈ, ਸਰਬਤ ਦੇ ਭਲੇ ਦੀ ਅਰਦਾਸ ਦੇ ਵਿੱਚ ਬੰਬ ਧਮਾਕਾ ਕਰਕੇ ਉਹਨਾਂ ਵਾਸਤਾ ਉਹਨਾਂ 11 ਮਾਸੂਮ ਬੱਚਿਆਂ ਨੇ ਕੀ ਕਿਸੇ ਤੋਂ ਲੈ ਲਿਆ ਸੀ ਜਿਹਨਾਂ ਨੇ ਦੁਨੀਆਂ ਨਹੀਂ ਦੇਖੀ? ਪੰਡਾ ਸਾਹਿਬ ਜਿੱਦਾਂ ਤੁਸੀਂ ਮਤਲਬ ਵਿਦੇਸ਼ 'ਚ ਰਹਿੰਦੇ ਹੋ, ਜਿੱਦਾਂ ਆਪਾਂ ਨੂੰ ਖਬਰਾਂ ਵੀ ਕਹਿ ਰਹੀ, ਚਲੋ ਬਾਕੀ ਨਾਲੋਂ ਅੱਜ ਦਾ ਜਿਹੜਾ ਜ਼ਮਾਨਾ ਇੱਦਾਂ ਦਾ ਹਰੇਕ ਕੋਲ 5 ਮਿੰਟ ਨਹੀਂ ਲੱਗਦੇ ਜਿੱਦਾਂ ਦੁਨੀਆਂ 'ਚ ਕਿਤੇ ਵੀ ਖਬਰ ਫੈਲ ਜਾਂਦੀ ਆ, ਤੁਸੀਂ ਇਹ ਜਿਹੜੀ ਘਟਨਾ ਨੂੰ ਕਿੱਦਾਂ ਲੈਂਦੇ ਆ ਜਿਹੜੀ ਅਫਗਾਨਿਸਤਾਨ ਦੇ ਵਿੱਚ ਹੋਈ ਆ, ਅਤੇ ਕੈਪਟਨ ਸਾਹਿਬ ਮੁੱਖ ਮੰਤਰੀ ਪੰਜਾਬ ਮਿਨਿਸਟਰੀ ਆਫ ਇੰਟੀਰੀਅਰ ਨੂੰ ਇਹ ਕਹਿ ਰਿਹਾ ਕਿ ਸਾਰੇ ਜਿਹੜੇ ਸਿੱਖ ਉੱਥੇ ਜਿੰਨੇ ਕੁ 1000 ਕੁ ਸਿੱਖ ਰਹਿੰਦੇ ਬਾਕੀ ਦੇ ਬਾਹਰ ਨਿਕਲ ਗਿਆ, ਵੀ ਉਹਨਾਂ ਨੂੰ ਲਿਫਟਿੰਗ ਕਰਕੇ ਭਾਰਤ ਦੇ ਵਿੱਚ ਲਿਆਂਦਾ ਜਾਵੇ, ਤੁਸੀਂ ਇਹਦੇ ਬਾਰੇ ਕਿੱਦਾਂ ਸੋਚਦੇ, ਵੀ ਇੱਦਾਂ ਕਰਨਾ ਚਾਹੀਦਾ? ਦੇਖੋ ਜੀ, ਸਿੱਖ ਦਾ ਜਿਹੜਾ ਹੈਗਾ ਆ ਨਾ ਕੋਈ ਵੈਰੀ ਨਾ ਹੀ ਬਗਾਨਾ। ਹਾਂਜੀ, ਇੱਕ ਪਹਿਲਾਂ ਇਹ ਆਪਾਂ ਗੱਲ ਕਰਦੇ ਹਾਂ ਕਿ ਸਿੱਖਾਂ ਦੀ ਦੁਸ਼ਮਣੀ ਨਹੀਂ ਕਿਸੇ ਦੇ ਨਾਲ, ਅਸੀਂ ਭਾਈ ਘਨੱਈਆ ਜੀ ਵਾਲਾ ਕੰਮ ਕਰ ਰਹੇ ਹਾਂ, ਅਸੀਂ ਤਾਂ ਕਿਸੇ ਦੇ ਮਤਲਬ ਮਲਮ ਪੱਟੀ ਕਰਨ ਵਾਲੇ ਹਾਂ, ਨਾ ਕਿ ਅਸੀਂ ਕਿਸੇ ਨੂੰ ਦੁੱਖ ਦੇਣ ਵਾਲੇ ਹਾਂ। ਹਾਂਜੀ ਹਾਂਜੀ, ਇਹ ਜੋ ਵੀ ਹੈਗਾ ਇਹਦੇ ਪਿੱਛੇ ਜਿੱਦਾਂ ਰਾਜ ਜੀ ਨੇ ਦੱਸਿਆ ਆ, ਇਹ ਏਜੰਸੀਆਂ ਕੋਈ ਪਤਾ ਨਹੀਂ ਕਿਉਂ ਹੋਇਆ, ਠੀਕ ਹੈ, ਇਹ ਵੀ ਸਾਹਮਣੇ ਆਜੂ ਥੋੜੇ ਚਿਰ ਤੱਕ। ਤੇ ਜਿਹੜੀ ਗੱਲ ਤੁਸੀਂ ਕੈਪਟਨ ਸਾਹਿਬ ਦੀ ਕੀਤੀ ਹੈ, ਇਸ ਵੇਲੇ ਸਾਡੇ ਭਰਾ ਆ, ਸਾਡੇ ਪਰਿਵਾਰ ਆ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਤੇ ਕੈਪਟਨ ਸਾਹਿਬ ਕਰ ਵੀ ਰਹੇ ਆ, ਤੇ ਉਹਨਾਂ ਨੂੰ ਲਿਆਉਣਾ ਚਾਹੀਦਾ ਇੱਥੇ, ਉਹਨਾਂ ਦੀ ਸੁਰੱਖਿਆ ਮਤਲਬ ਸੁਰੱਖਿਆ ਹੋਵੇ ਤਾਂ ਕਿ ਜਿਹੜੇ ਬਚਦੇ ਆ, ਇਹ ਨਾ ਹੋਵੇ ਕਿ ਕੱਲ ਨੂੰ ਕੋਈ ਹੋਰ ਕਿਸ ਤਰ੍ਹਾਂ ਦਾ ਇਹੋ ਜਿਹੇ ਧਮਾਕੇ ਦੇ ਵਿੱਚ ਉਹਨਾਂ ਦਾ ਵੀ ਕੋਈ ਨੁਕਸਾਨ ਹੋਵੇ, ਉਹਨਾਂ ਪਰਿਵਾਰਾਂ ਦਾ ਹੋਵੇ। ਇਹ ਗੱਲ ਜਿਹੜੀ ਗੌਰਮੈਂਟ ਨੂੰ ਯਕੀਨੀ ਬਣਾਉਣੀ ਚਾਹੀਦੀ ਹੈ, ਸੈਂਟਰ ਗੌਰਮੈਂਟ ਨੂੰ ਵੀ, ਤੇ ਪੰਜਾਬ ਗੌਰਮੈਂਟ ਇਹਦੀ ਹਾਮੀ ਆ ਜੀ। ਠੀਕ ਹੈ ਡਾਕਟਰ ਕਮਲ ਜੀ, ਤੁਸੀਂ ਵੀ ਇਹਦੇ ਬਾਰੇ ਇਸ ਮਸਲੇ ਦੇ ਬਾਰੇ ਕੁਛ ਕਹਿਣਾ ਚਾਹੁੰਦੇ ਹੋ ਜਿਹੜਾ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਹੋਇਆ, ਮਤਲਬ ਤਕਰੀਬਨ 25 ਸਿੱਖ ਜਿਹੜੇ ਆ ਉਹ ਮਾਰ ਦਿੱਤੇ ਗਏ, ਤੇ ਉਸ ਤੋਂ ਬਾਅਦ ਦਾ ਜਿਹੜੇ ਹਾਲਾਤ ਦੇ ਕੈਪਟਨ ਸਾਹਿਬ ਮਿਨਿਸਟਰੀ ਆਫ ਇੰਟੀਰੀਅਰ ਨੂੰ ਕਰ ਰਹੇ ਆ ਕਿ ਉੱਥੋਂ ਜਿਹੜੇ ਸਿੱਖ ਕੱਢ ਕੇ ਭਾਰਤ ਦੇ ਵਿੱਚ ਲਿਆਂਦੇ ਜਾਣ? ਹਾਂ ਦੇਖੋ, ਜਿਹੜਾ ਕਿ ਬੀਬੀ ਸਿੱਖਾਂ ਦੇ ਰਿਗਾਰਡਿੰਗ ਜਿਹੜੀ ਇਹ ਗੱਲ ਹੋਈ ਆ ਕਿ ਉੱਥੇ ਸੰਸਾਰ ਦੇ ਉੱਤੇ ਕਿੰਨੀ ਵੱਡੀ ਮੁਸ਼ਕਲ ਆ, ਤੇ ਇੱਕ ਪਾਸੇ ਜਿਹੜੇ ISI ਵਾਲੇ ਨੇ ਉਹ ਬਿਲਕੁਲ ਉਹ ਲੈ ਕੇ ਆਪਣੇ ਉੱਤੇ ਜ਼ਿੰਮੇਵਾਰੀ ਤੇ ਕਹਿ ਰਹੇ ਨੇ ਕਿ ਅਸੀਂ ਮਾਰਿਆ, ਜਦਕਿ ਸਿੱਖ ਉਹ ਕੌਮ ਆ ਜਿਹੜੀ ਕਿ ਪੂਰੇ ਸੰਸਾਰ ਪੱਧਰ ਤੇ ਹੁਣ ਕੋਈ ਇਹੋ ਜਿਹੀ ਅਣਜਾਣੀ ਕੌਮ ਨਹੀਂ ਆ, ਇਹਨੇ ਹਰ ਜਗ੍ਹਾ ਆਪਣੀ ਚੰਗਿਆਈ ਦੇ ਨਾਲ ਝੰਡੇ ਗੱਡੇ ਨੂੰ, ਜਿੰਨਾ ਥਾਵਾਂ ਦੇ ਉੱਤੇ ਕੋਈ ਸੰਸਾਰ ਦਾ ਬਾਸ਼ਿੰਦਾ ਨਹੀਂ ਪਹੁੰਚਦਾ, ਉੱਥੇ ਸਾਡੇ ਇਹ ਖਾਲਸਾ ਏਡ ਵਾਲੇ ਸਾਡੇ ਸਿੱਖ ਜਿਹੜੇ ਨੇ ਉਹ ਮਨੁੱਖਤਾ ਦਾ ਝੰਡਾ ਲੈ ਕੇ ਪਹੁੰਚ ਜਾਂਦੇ ਆ। ਪਰ ਇਹ ਗੱਲ ਸੰਸਾਰ ਪੱਧਰ ਦੇ ਉੱਤੇ ਸਵਾਲ ਉੱਠਦਾ ਵਾ ਕਿ ਮਨੁੱਖੀ ਅਧਿਕਾਰਾਂ ਦੇ ਲਈ, ਜੇਕਰ ਅਸੀਂ ਇਹਦੀ ਸਰਵਉੱਚ ਅਦਾਲਤ ਦੇ ਵਿੱਚ ਵੀ ਅਗਰ ਗੱਲ ਕਰਦੇ ਹਾਂ ਕਿ ਇਹ ਕੌਣ ਲੋਕ ਨੇ ਜਿਹੜੇ ਮਨੁੱਖੀ ਅਧਿਕਾਰਾਂ ਦਾ ਕਤਲ ਕਰ ਰਹੇ ਨੇ, ਇਸ ਸਮੇਂ ਸਿੱਖਾਂ ਨੂੰ ਮਾਰਨ ਦੀ ਕਿਹੜੀ ਇਹਨਾਂ ਨੂੰ ਏਡੀ ਜ਼ਰੂਰਤ ਪੈ ਗਈ? ਕਿਉਂਕਿ ਕਿੰਨੇ ਮੁਸਲਿਮ ਜਿਹੜੇ ਨੇ ਦੇਖੋ ਸ਼ਹੀਦ ਬਾਗ ਦੇ ਵਿੱਚ ਦਿੱਲੀ ਦੇ ਵਿੱਚ ਇਹੀ ਸਿੱਖ ਜਾ ਕੇ ਉਹਨਾਂ ਨੂੰ ਲੰਗਰ ਪਕਾ ਕੇ ਦੇ ਰਹੇ ਨੇ, ਬਿਕੋਜ਼ ਇਹਨਾਂ ਦੇ ਅੰਦਰ ਮਨੁੱਖਤਾ ਵੱਸਦੀ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਮਨੁੱਖਤਾ ਦੇ ਭਲੇ ਦੀ ਜਿਹੜੀ ਸਰਬੱਤ ਦੀ ਅਰਦਾਸ ਦਿੰਦੇ ਨੇ ਉਹਦੇ ਵਿੱਚ ਉਹੀ ਸਾਰੇ ਲੋਕ ਆ ਜਾਂਦੇ ਨੇ। ਉਹਦੇ ਵਿੱਚ ਕਦੀ ਉਹਨਾਂ ਨੇ ਇਹ ਨਹੀਂ ਦੇਖਿਆ, ਜੇਕਰ ਆਪਾਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦਰਵਾਜ਼ੇ ਦੇਖਦੇ ਹਾਂ ਤੇ ਉਹ ਚਾਰੇ ਹੀ ਕੌਮਾਂ ਦੇ ਲਈ ਖੁੱਲੇ ਨੇ, ਚਾਹੇ ਉਹ ਮੁਸਲਿਮ ਨੇ ਜੋ ਹਿੰਦੂ ਨੇ ਚਾਹੇ ਉਹ ਈਸਾਈ ਨੇ। ਪਰ ਕਿਹੜੀ ਇਹੋ ਜਿਹਾ ਵਕਤ ਇਹਨਾਂ ਨੂੰ ਪੈ ਗਿਆ ਕਿ ਇਸ
ਸਮੇਂ ਦੇ ਉੱਤੇ ਸਿੱਖਾਂ ਨੂੰ ਕਤਲ ਕਰਨ ਦੀ ਲੋੜ ਪੈ ਗਈ। ਇਹ ਤੇ ਪ੍ਰਸ਼ਨ ਹੈ, ਇਹ ਤੇ ਸਵਾਲ ਹੈ ਵੀ ਕਿਉਂ ਕੀਤਾ ਗਿਆ ਇਹ, ਮਤਲਬ ਹਮਲਾ ਸਿੱਖਾਂ ਤੇ ਕਿਉਂ ਹੋਇਆ? ਬਿਲਕੁਲ, ਜਿਹੜੇ ਸਿੱਖਾਂ ਤੇ ਅਗਰ ਇਹ ਹਮਲਾ ਹੁੰਦਾ ਹੈ ਤੇ ਉਹ ਜਿਨ੍ਹਾਂ ਨੇ ਇਹਦੀ ਜ਼ਿੰਮੇਵਾਰੀ ਲਈ ਆ ਉਹਨਾਂ ਦੇ ਕੋਲੋਂ ਪੁਖਤਾ ਸਵਾਲ ਪੁੱਛਿਆ ਜਾਵੇ ਕਿ ਜੋ ਜ਼ਿੰਮੇਵਾਰੀ ਵੀ ਲੈਂਦੇ ਨੇ ਤੇ ਕੀ ਇਹੋ ਜਿਹਾ ਪਿੱਛੇ ਇਹਦੇ ਬਿਹਾਈਡ ਕਾਰਨ ਆ ਕਿ ਸਿੱਖਾਂ ਨੂੰ ਤੁਸੀਂ ਇਸ ਸਮੇਂ ਦੇ ਉੱਤੇ ਆ ਕੇ ਇਹ ਸਾਰਾ ਕੁਝ ਕੀਤਾ। ਔਰ ਇਸ ਮਨੁੱਖਤਾ ਇਹਦੇ ਨਾਲ ਸ਼ਰਮਸ਼ਾਰ ਹੋਈ ਆ ਕਿਉਂਕਿ ਸਿੱਖ ਉਹ ਲੋਕ ਨੇ ਜਿਹੜੇ ਕਿ ਮਨੁੱਖਤਾ ਦੇ ਭਲੇ ਦੇ ਲਈ ਹਰ ਆਪਦਾ ਦੇ ਵਿੱਚ ਅੱਗੇ ਹੋ ਕੇ ਕੰਮ ਕਰਦੇ ਨੇ। ਉਦੋਂ ਨੀ ਉਹ ਦੇਖਦੇ ਕਿ ਇਹ ਮੁਸਲਮਾਨ ਆ, ਉਦੋਂ ਨੀ ਉਹ ਦੇਖਦੇ ਕਿ ਇਹ ਹਿੰਦੂ ਆ। ਪਰ ਜਿੱਦਾਂ ਇਹਦੇ ਗੱਲ ਨੂੰ ਜੋੜਿਆ ਜਾ ਸਕਦਾ ਵੀ ਜਿਹੜੀ ਦਿੱਲੀ ਚ ਹਿੰਸਾ ਹੋਈ ਆ ਜਾਂ ਉਹਨੂੰ, ਕਿਉਂਕਿ ਉਹਦੇ ਵਿੱਚ ਜੇ ਆਪਾਂ ਕਹੀਏ ਕਿਸੇ ਕਮਿਊਨਿਟੀ ਦਾ ਨਾਂ ਲਈਏ ਤੇ ਮੁਸਲਮਾਨ ਜ਼ਿਆਦਾ ਉਹਦਾ ਸ਼ਿਕਾਰ ਹੋਏ ਆ, ਤੇ ਇਹ ਵੀ ਇਲਜ਼ਾਮ ਆਉਂਦਾ ਕਿ ਹਿੰਦੂਆਂ ਨੇ, ਕਿਉਂਕਿ ਆਪਾਂ ਕਿਸੇ ਕੌਮ ਨੂੰ, ਮੁਸਲਮਾਨ ਨੂੰ, ਹਿੰਦੂ ਨੂੰ ਜਾਂ ਸਿੱਖ ਨੂੰ ਮਾੜਾ ਨਹੀਂ ਕਹਿ ਰਹੇ, ਪਰ ਜਿਹੜੇ ਲੋਕਾਂ ਨੇ ਕੀਤਾ ਆ ਜਿਹਦੇ ਕਰਕੇ ਹੋਇਆ, ਇਹਦਾ ਰਿਵੈਂਜ ਹੋਣ ਕਰਕੇ ਤਾਂ ਨਹੀਂ ਇਹ ਹੋਇਆ? ਨਹੀਂ ਪਰ ਉਹਦਾ ਰਿਵੈਂਜ ਜਿਹੜਾ ਵਾ ਉਹ ਤੁਸੀਂ ਦੂਸਰੀ ਕਮਿਊਨਿਟੀ ਦੇ ਕੋਲੋਂ ਕਿਉਂ ਲੈ ਰਹੇ ਜੀ? ਕਿਉਂਕਿ ਸਿੱਖਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਸਗੋਂ ਇੰਨੀ ਜ਼ਿਆਦਾ ਮਦਦ ਕੀਤੀ। ਅਸੀਂ ਸਾਰੇ ਲੋਕ ਇੱਥੇ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਮੁਸਲਿਮ ਭਾਈਚਾਰੇ ਦੇ ਨਾਲ ਸਾਡਾ ਜਿਹੜਾ ਵਾ ਉਹ ਦੇਸ਼ ਦਾ ਕੋਈ ਵੀ ਜਿਹੜਾ ਉਹ ਹਾਕਮ ਆ ਉਹ ਗਲਤ ਕਰੇ। ਉਹ ਸਾਰੇ ਹੀ ਅਸੀਂ ਸਟੈਂਡ ਹੁੰਦੇ ਹਾਂ। ਅਗਰ ਮੁਸਲਿਮ ਦੇ ਲਈ ਕੁਛ ਗਲਤ ਹੁੰਦਾ ਭਾਰਤ ਦੇ ਵਿੱਚ ਤਾਂ ਹਿੰਦੂ ਵੀ ਖੜਦੇ ਨੇ, ਤਾਂ ਨਾਲ ਸਿੱਖ ਵੀ ਖੜਦੇ ਨੇ, ਈਸਾਈ ਵੀ ਖੜਦੇ ਨੇ। ਜੇਕਰ ਹੁਕਮਰਾਨ ਕਿਸੇ ਕਮਿਊਨਿਟੀ ਦੇ ਨਾਲ ਇਸ ਤਰ੍ਹਾਂ ਗਲਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਦੇ ਲਈ ਬਾਕੀ ਸਾਰੀਆਂ ਕੌਮਾਂ ਖੜੀਆਂ ਹੁੰਦੀਆਂ ਨੇ। ਪਰ ਇਹਦੇ ਨਾਲ ਇਸ ਤਰ੍ਹਾਂ ਨਹੀਂ ਆ ਕਿ ਜੇ ਇੱਕ ਕੌਮ ਦੇ ਲਈ ਕਿਸੇ ਵੇਲੇ ਕੁਛ ਗਲਤ ਹੋ ਗਿਆ ਵਾ ਤੇ ਉਸਦਾ ਜਿਹੜਾ ਬਦਲਾ ਵਾ ਉਹ ਦੂਸਰੀ ਕੌਮ ਨੂੰ ਮਾਰ ਕੇ ਲਿਆ ਜਾਵੇ। ਰਾਜਾ ਜੀ, ਤੁਸੀਂ ਇਹਦੇ ਬਾਰੇ ਕੁਛ ਕਹਿਣਾ ਚਾਹੁੰਦੇ? ਤੁਸੀਂ ਆਪਣਾ ਮਤਲਬ ਹੱਥ ਖੜਾ ਕੀਤਾ ਸੀ, ਕੋਈ ਇਹਦੇ ਵਿੱਚ ਗੱਲ ਕਰਨੀ ਚਾਹੁੰਦੇ, ਕੀ ਕਹਿਣਾ ਚਾਹੁੰਦੇ ਤੁਸੀਂ? ਪ੍ਰੋਗਰਾਮ ਲਾ ਕੇ ਦੇਖ ਸਕਦੇ ਹਾਂ ਕਿਉਂਕਿ ਆਪਾਂ ਉਧਰ ਵੀਡੀਓ ਤੇ ਹਾਂ। ਓਕੇ ਜੀ, ਹਾਂਜੀ ਰਾਜਾ ਜੀ। ਦੇਖੋ ਮੈਂ ਤੁਹਾਨੂੰ ਗੱਲ ਕਵਾਂ, ਅੱਜ ਤੋਂ ਪਿਛਲੇ ਸਮੇਂ ਚ ਚਲੇ ਜਾਈਏ ਜਦੋਂ ਸਿੱਖ ਧਰਮ ਹੋਂਦ ਚ ਆਇਆ। ਹਾਂ ਹਾਂ, ਹਮੇਸ਼ਾ ਮਨੁੱਖਤਾ ਦੀ ਗੱਲ ਕਰਦਾ ਆਇਆ। ਅਗਰ ਇੱਕ ਕੌਮ ਦੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦਸਵੇਂ ਪਾਤਸ਼ਾਹ ਲੱਗ ਜਾ, ਛੇਵੇਂ ਪਾਤਸ਼ਾਹ ਹਰਗੋਬਿੰਦ ਗੁਰੂ ਹਰਗੋਬਿੰਦ ਜੱਗਾਂ ਲੜੀਆਂ ਨੇ ਹਥਿਆਰਾਂ ਦੇ ਰੂਪ ਦੇ ਵਿੱਚ ਵੀ, ਬਾਕੀ ਜੱਗਾਂ ਤਾਂ ਲੜਦੇ ਰਹੇ, ਦਿੱਤੀਆਂ ਨੇ ਹਥਿਆਰਾਂ ਦੇ ਨਾਲ ਵੀ ਲੜਾਈਆਂ ਲੜੀਆਂ, ਕਦੀ ਉਹਨਾਂ ਨੇ ਮੁਸਲਮਾਨਾਂ ਨਾਲ ਲੜੀਆਂ ਤੇ ਕਦੀ ਹਿੰਦੂਆਂ ਨਾਲ ਲੜੀਆਂ, ਪਰ ਲੜੀਆਂ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਲਈ। ਠੀਕ ਆ, ਉਹਨਾਂ ਸਿੱਖ ਕੌਮ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਸੀਗੇ ਉਹਨਾਂ ਨੇ ਕੋਈ ਵੀ ਐਸੀ ਜੰਗ ਆਪਣੇ ਨਿੱਜੀ ਸਵਾਰਥ ਲਈ ਜਾਂ ਆਪਣੇ ਨਿੱਜੀ ਪਰਿਵਾਰ ਲਈ ਨਹੀਂ ਲੜੀ। ਹਾਂਜੀ ਹਾਂਜੀ, ਉਲਟਾ ਕੁਰਬਾਨੀਆਂ ਦਿੱਤੀਆਂ। ਅਗਰ ਉਹਨਾਂ ਦੇ ਸਮੇਂ ਤੋਂ ਬਾਅਦ ਗੱਲ ਕਰ ਲਈਏ, ਮੈਂ ਸੋਚ ਚ ਗੱਲ ਕਰਾਂਗਾ, ਲਾਸਟ ਆਪਣੇ ਜਿਹੜੇ ਦਵਾਰੀਆਂ ਮਹਾਰਾਜਾ ਰਣਜੀਤ ਸਿੰਘ ਹੋਏ ਨੇ, ਹਾਂਜੀ ਹਾਂਜੀ, ਅਗਰ ਉਹਨਾਂ ਦੇ ਸਿੱਖ ਕੀਤੇ ਸਿੱਖ ਰਾਜ ਦੇ ਕਾਇਮ ਜਿਹੜਾ ਕੀਤਾ ਸੀ ਉਹਦੇ ਤੇ ਵੀ ਕੋਈ ਅਟੈਕ ਹੋਇਆ ਅੰਦਰਲੇ ਲੋਕਾਂ ਕਰਕੇ ਹੋਇਆ, ਅੰਗਰੇਜ਼ਾਂ ਨਾਲ ਵੀ ਉਹਨਾਂ ਦੀ ਸੰਧੀ ਹੋਈ ਸੀ, ਅੰਗਰੇਜ਼ਾਂ ਵੀ ਕਬਜ਼ਾ ਨਹੀਂ ਕਰ ਸਕੇ ਸੀ ਜਦਕਿ ਪੂਰੇ ਹਿੰਦੁਸਤਾਨ ਚ ਉਹਨਾਂ ਨੇ ਡੰਡੇ ਦੇ ਜ਼ੋਰ ਤੇ ਕਬਜ਼ਾ ਕੀਤਾ ਸੀਗਾ। ਉਸ ਤੋਂ ਬਾਅਦ ਦੇ ਜਿਹੜੇ ਹਾਲਾਤ ਬੰਦੇ ਗਏ ਤੁਹਾਡੇ ਸਾਹਮਣੇ, ਸਿੱਖ ਕੌਮ ਨੂੰ ਕਮਜ਼ੋਰ ਕਰਨ ਲਈ ਬੜੇ ਜ਼ੋਰ ਲੱਗੇ, ਕਰਦੇ ਕਰਦੇ 47 ਦੇ ਮੋੜ ਤੇ ਆ ਕੇ ਖੜ ਗਏ। 47 ਦੇ ਮੋੜ ਦੇ ਉੱਤੇ ਦੇਸ਼ ਆਜ਼ਾਦ ਕਰਨ ਦਾ, ਮੈਂ ਜੋ ਪੜਿਆ ਵਾ, ਜਿੰਨੀਆਂ ਕੋ ਕਿਤਾਬਾਂ ਪੜ੍ਹੀਆਂ, ਜਿੰਨੇ ਕੋ ਆਰਟੀਕਲ ਪੜ੍ਹੇ ਨੇ ਆਪਣੀ ਉਮਰ ਦੇ ਵਿੱਚ, ਜਿੰਨਾ ਕੋ ਮੈਂ ਸਮਝ ਸਕਦਾ, ਉਹ ਪਾਕਿਸਤਾਨ ਜਾਂ ਹਿੰਦੁਸਤਾਨ ਦਾ ਇਕੱਲਾ ਵੰਡ ਨਹੀਂ ਸੀਗੀ, ਉਹ ਸਿੱਖਾਂ ਨੂੰ ਖਤਮ ਕਰਨ ਦੀ ਵੰਡ ਸੀ, ਜਿਹਦੇ ਵਿੱਚ ਸਭ ਤੋਂ ਵੱਡਾ ਬੜਾ ਵੱਡਾ ਜ਼ੋਰ ਸੀਗਾ, ਕਿਉਂਕਿ ਸਿੱਖ ਕੌਮ ਹੀ ਔਰ ਮੁਸਲਮਾਨ ਕੌਮ ਹੀ ਇੱਥੇ ਜ਼ਿਆਦਾ ਵਸਦੀ ਸੀ, ਔਰ ਵੰਡ ਜਿਹੜੀ ਬਣੀ ਉਹ ਪੰਜਾਬ ਦੀ ਬਣੀ। ਤੇ ਇਹਨੂੰ ਲੈ ਕੇ ਅੱਜ ਵੀ ਜਿੱਦਾਂ ਦੁਨੀਆਂ ਦੇ ਜਿਹੜੇ ਮਤਲਬ ਲੋਕ ਆ, ਚਾਹੇ ਉਹ ਕਿਸੇ ਵੀ ਮਤਲਬ ਇੱਦਾਂ ਦੀ ਆ
ਆਰਗਨਾਈਜੇਸ਼ਨ ਨਾਲ ਸੰਬੰਧ ਰੱਖਦੇ ਹਨ, ਉਹਨਾਂ ਦਾ ਮਕਸਦ ਇਹੀ ਤੇ ਨਹੀਂਗਾ, ਚਾਹੇ ਉਹ ਆਪਾਂ ਪੰਜਾਬ ਦੀ ਗੱਲ ਕਰ ਲਈਏ, ਭਾਰਤ ਦੇ ਵਿੱਚ ਸਿੱਖਾਂ ਨਾਲ ਬੈਰ ਆ ਕੋਈ ਗੱਲ ਕਹਿ ਰਿਹਾ। ਮੇਰੇ ਵਿਊ ਨਾਲ ਜਿੰਨਾ ਕੋ ਪੜ੍ਹ ਕੇ ਮੈਨੂੰ ਸਮਝ ਆਈ, ਉਹਦੇ ਚ ਇਹੀ ਹੈ ਵੀ ਇਹ ਜਿਹੜੀ ਵੰਡ ਵੀ ਹੋਈ ਹੈ ਪ੍ਰਾਯੋਜਿਤ ਹੋਈ ਹੈ, ਤਾਂ ਕਿ ਇਹ ਦੋ ਕੌਮਾਂ ਨੂੰ, ਇੱਕ ਪਾਸੇ ਤਾਂ ਮੁਸਲਮਾਨ ਕੌਮ ਨੂੰ ਵੱਖਰਾ ਮੁਲਕ ਦੇਣ ਦੀ ਲੜਾਈ ਲੜਾਈ ਗਈ, ਪਰ ਉਹਦੀ ਆੜ ਸਿੱਖਾਂ ਦਾ ਬਹੁਤ ਵੱਡਾ ਧਾਨ ਕੀਤਾ ਗਿਆ, ਜਿੱਦਾਂ ਨਜ਼ਾਦ ਹੋ ਗਏ ਉਦੋਂ ਤੋਂ ਉਹਨਾਂ ਨੂੰ ਜਰਾਇਮ ਪੇਸ਼ਾ ਕੌਮ ਵੀ ਕਿਹਾ ਗਿਆ। ਉਸ ਤੋਂ ਬਾਅਦ ਗੱਲ ਕਰ ਰਹੀ ਹੈ ਸੰਨ 77-78 ਤੋਂ ਲੈ ਕੇ 84 ਤੱਕ ਦੇ ਜਿਹੜੇ ਅਟੈਕ ਹੋਏ, ਉਸ ਤੋਂ ਬਾਅਦ ਜਿਹੜੇ ਦੰਗੇ ਹੋਏ ਉਹ ਵੀ ਪ੍ਰਾਯੋਜਿਤ। ਮੈਂ ਮਾਫ਼ ਕਰਦੇ ਹਾਂ, ਮਾਫ਼ੀ ਚਾਹੁੰਦਾ ਵੀ ਦੰਗੇ ਨਹੀਂ ਹੋਏ, ਕਤਲੇਆਮ ਉਹ ਦੰਗੇ ਨਹੀਂ ਸੀਗੇ, ਉਹ ਜੈਨੋਸਾਈਡ ਸੀਗਾ। ਦੰਗੇ ਉਸ ਜਗ੍ਹਾ ਤੇ ਹੁੰਦੇ ਜਦੋਂ ਦੋ ਕੌਮਾਂ ਆਪਸ ਲੜਦੀਆਂ ਤੇ ਮਾਰਕਾਟ ਕਰਦੀਆਂ, ਠੀਕ ਹੈ ਜੀ, ਜਿੱਦਾਂ ਦਿਖਾਇਆ ਗਿਆ ਮੁਸਲਮਾਨਾਂ ਨੇ ਮਾਰਤਾ, ਇਧਰੋਂ ਵੀ ਮਾਰਕਟ ਹੋਈ, ਉਹ ਦੰਗੇ ਹੁੰਦੇ ਨੇ। 84 ਦੇ ਵਿੱਚ ਦੰਗਾ ਨਹੀਂ ਸੀਗਾ, ਜੈਨੋਸਾਈਡ ਸੀਗਾ, ਇੱਕ ਤਬਕੇ ਨੇ ਦੂਸਰੇ ਤਬਕੇ ਨੂੰ ਦੱਬ ਕੇ ਮਾਰਕਟ ਕੀਤੀ ਔਰ ਮਾਰਿਆ ਗਿਆ। ਉਹੀ ਚੀਜ਼ ਨੂੰ ਲੈ ਕੇ ਉਸ ਤੋਂ ਬਾਅਦ ਗੁਜਰਾਤ ਚ ਹੋਏ, ਬੰਬੇ ਦੇ ਵਿੱਚ ਹੋਏ, ਬੜੀ ਜਗ੍ਹਾ ਤੇ ਹੋਈ। ਉਹਦਾ ਹੁਣ ਅੱਜ ਦੀ ਗੱਲ ਕੀਤੀ ਜਾਵੇ, ਜਿਹੜੇ ਦਿੱਲੀ ਦੇ ਵਿੱਚ ਹਾਲਾਤ ਹੋਏ, ਉਸੀ ਚੀਜ਼ ਦਾ ਰੂਪ ਹੈ। ਉਹਨੂੰ ਦੰਗੇ ਦਾ ਰੂਪ ਦੇਣ ਲਈ ਬੜਾ ਕੁਛ ਮਿਕਸ ਐਂਡ ਮੈਚ ਕੀਤਾ ਗਿਆ, ਦਿਖਾਇਆ ਗਿਆ ਵੀ ਦੋਨੋਂ ਪਾਸੇ ਦੇਖੋ, ਜੇ ਦੋਨੋਂ ਪਾਸੇ ਹੋਇਆ ਵੀ ਇਹ ਉਹ ਇਸ ਕਰਕੇ ਹੀ ਹੋਇਆ, ਜਿਹੜੇ ਮੁਸਲਮਾਨ ਕੌਮ ਹੈ ਉਹ ਵੀ ਉਹ ਆਪਣੇ ਘਰਾਂ ਚ ਆਪਣੇ ਬੱਚੇ ਮਰਵਾਉਣ ਲਈ ਨਹੀਂ ਬੈਠੇ, ਉਹ ਵੀ ਦੇਸ਼ ਦੇ ਬਸ਼ਿੰਦੇ ਨੇ, ਠੀਕ ਹੈ, ਠੀਕ ਹੈ। ਉਹਨਾਂ ਨੇ ਵੀ ਅਗਰ ਕਾਰਵਾਈ ਕੀਤੀ, ਇਹਨੂੰ ਜਾਇਜ਼ ਠਹਿਰਾਇਆ ਜਾ ਸਕਦਾ। ਆਪਣੀ ਸਵੈ ਰੱਖਿਆ ਦਾ ਅਧਿਕਾਰ ਤਾਂ ਸਾਨੂੰ ਕਿਤਾਬਾਂ ਚ ਵੀ ਮਿਲਦਾ, ਔਰ ਉਹਦੀ ਜਗ੍ਹਾ ਦੇ ਉੱਤੇ ਕੇਂਦਰ ਸਰਕਾਰ ਬਿਲਕੁਲ ਫੇਲ ਰਹੀ ਹੈ। ਦੇਸ਼ ਦਾ ਹੋਇਆ ਆਪਣੀ ਇੱਕ ਅਜੰਡੇ ਨੂੰ ਕਾਇਮ ਕਰਨ ਲਈ ਜਿਹੜੀਆਂ ਪਾਲਿਸੀਆਂ ਕੀਤੀਆਂ ਜਾ ਰਹੀਆਂ ਨੇ ਉਹ ਗਲਤ ਨੇ। ਇਹ ਸਾਰਾ ਕੁਝ ਕਿਤੇ ਨਾ ਕਿਤੇ, ਜਿਵੇਂ ਉਹਨਾਂ ਨੇ ਜਿਹੜੀ ਐਮਪੀਆਰ ਲੈ ਕੇ ਆਏ ਜਾਂ ਸੀਏ ਐਕਟ ਲੈ ਕੇ ਆਉਂਦੇ, ਜਿਹਦੇ ਵਿੱਚ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ, ਤੇ ਬਾਹਰ ਜਿਹੜੇ ਨੇ ਹਿੰਦੂ ਬੋਧੀ ਜੈਨੀ ਜਿਹੜੇ ਵਿਚ ਲਏ ਗਏ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਦੱਸਣ ਲਈ। ਹੁਣ ਇੱਥੇ ਇਸ ਗੱਲ ਹੀ ਹੈ, ਗੱਲ ਇਹ ਕਹਿ ਰਿਹਾ ਵੀ ਇਹ ਚੀਜ਼ ਨੂੰ ਲੈ ਕੇ ਤੇ ਨਹੀਂ ਆਈ ਐਸ ਆਈ ਨੇ ਹਮਲਾ ਕੀਤਾ ਵੀ ਮੁਸਲਮਾਨਾਂ ਨਾਲ ਵਿਤਕਰਾ ਹੋ ਰਿਹਾ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ। ਦੇਖੋ ਇਹ ਗੱਲਾਂ ਤਾਂ ਹੌਲੀ ਹੌਲੀ ਸਾਹਮਣੇ ਆਉਣਗੀਆਂ, ਕਿਉਂਕਿ ਇਸ ਸਮੇਂ ਪੂਰੇ ਦੁਨੀਆਂ ਭਰ ਦਾ ਮੀਡੀਆ, ਦੁਨੀਆਂ ਭਰ ਦੇ ਲੋਕ ਹਜੇ ਇੱਕ ਪਾਸੇ ਕਰੋਨਾ ਵੱਲ ਟੁੱਕੇ ਹੋਏ ਨੇ, ਪਰ ਜਿਹੜਾ ਇਹ ਅਟੈਕ ਇਸ ਗੱਲ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਸਿੱਖਾਂ ਦੇ ਉੱਤੇ ਹਮਲਾ, ਵੀ ਦੇਸ਼ ਹਿੰਦੁਸਤਾਨ ਦੇ ਵਸਨੀਕ ਨੇ, ਇਹਨਾਂ ਦਾ ਇੱਥੇ ਕੁਛ ਨਹੀਂ ਹੈ, ਇਸ ਕਰਕੇ ਅਟੈਕ ਜਿਹੜਾ ਇਸ ਟਾਈਮ ਦਿਖਾਇਆ ਜਾ ਰਿਹਾ। ਸੌਫਟ ਟਾਰਗੇਟ ਜਿੱਦਾਂ ਉਹਨਾਂ ਨੂੰ ਲੱਗਾ ਵੀ ਸੌਫਟ ਟਾਰਗੇਟ ਹੈ, ਇੱਥੇ ਸਿੱਖਾਂ ਇਹਨਾਂ ਤੇ ਸੌਖਾ ਹਮਲਾ ਕੀਤਾ ਜਾ ਸਕਦਾ। ਬਿਲਕੁਲ ਬਿਲਕੁਲ ਬਿਲਕੁਲ। ਔਰ ਦੂਜੀ ਸਭ ਤੋਂ ਵੱਡੀ ਗੱਲ ਕਰਦੇ ਹਾਂ, ਉਹਨਾਂ ਮੁਲਕਾਂ ਦੇ ਵਿੱਚ ਸਿੱਖਾਂ ਦੀ ਤਾਦਾਦ ਹੀ ਜ਼ਿਆਦਾ, ਠੀਕ, ਸਿੱਖਾਂ ਦੀ ਤਾਦਾਦ ਹੀ ਜ਼ਿਆਦਾ, ਉਹਨਾਂ ਦੇ ਮੁਲਕਾਂ ਦੇ ਵਿੱਚ ਹਿੰਦੂ ਜਾਂ ਹੋਰ ਧਰਮ ਦੇ ਜਿਹੜੇ ਹਿੰਦੁਸਤਾਨੀ ਧਰਮ ਨੇ ਉਹ ਤਾਦਾਦ ਨਹੀਂ ਇੰਨੀ ਵੀ ਇੰਨੀ ਮਾਤਰਾ ਦੇ ਵਿੱਚ ਉਹ ਕਿੱਥੇ ਇਕੱਠੇ ਹੋਣ। ਸਿੱਖ ਆਪਣੀ ਚੜ੍ਹਦੀ ਕਲਾ ਦਾ ਸਬੂਤ ਦਿੰਦੇ ਨੇ, ਜਿੱਥੇ ਜਾਂਦੇ ਨੇ ਆਪਣਾ ਨਿਸ਼ਾਨ ਸਾਹਿਬ ਲਾ ਕੇ ਗੁਰਦੁਆਰਾ ਸਾਹਿਬ ਪਹਿਲਾਂ ਕਾਇਮ ਕਰਦੇ ਤੇ ਆਪਣੀ ਹੋਣ ਦਾ ਸਰਦਾਰ ਰਣਜੀਤ ਸਿੰਘ ਜੀ। ਦੇਖੋ ਜਦੋਂ ਆਪਣਾ 11 ਹੋਇਆ, ਆਪਣਾ 9/11 ਤੇ ਉਹਦੇ ਵਿੱਚ ਵੀ ਸਿੱਖ ਕਾਫੀ ਟਾਰਗੇਟ ਹੋ ਗਏ ਸੀਗੇ, ਠੀਕ ਹੈ। ਤੇ ਜੇ ਹੁਣ ਆਪਾਂ ਇਹ ਗੱਲ ਕਹੀਏ ਕਿ ਕਿੱਦਾਂ ਕਾਬੂ ਪਾਇਆ ਜਾ ਸਕਦਾ, ਦੇਖੋ ਜੀ ਸਿੱਖਾਂ ਦੇ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿਸੇ ਨਾਲ ਦੁਸ਼ਮਣੀ ਨਹੀਂ, ਹਾਂਜੀ ਹਾਂਜੀ, ਅਸੀਂ ਤਾਂ ਕਿਸੇ ਦੇ ਮਲਮ ਪੱਟੀ ਕਰਨ ਵਾਲੀ ਕੌਮ ਆ, ਠੀਕ ਆ। ਪਰ ਜੇ ਜਿਹੜੀ ਕਾਬੂ ਵਾਲੀ ਗੱਲ ਆ, ਇਹ ਤਾਂ ਏਜੰਸੀਆਂ ਦੇ ਹੱਥ ਵਸਿਆ ਜੀ, ਗੌਰਮੈਂਟਾਂ ਦੇ ਹੱਥ ਵਸਿਆ, ਇਹਦਾ ਪਿਛੋਕੜ ਕੀ ਹੈ, ਠੀਕ, ਕਿਉਂ ਹੋਇਆ, ਹਾਂਜੀ, ਇਹ ਤਾਂ ਸਹੀ ਹੈ ਜਿੱਦਾਂ ਜਿੱਦਾਂ ਆਉਂਦਾ ਆ। ਬਾਕੀ ਦੂਜਾ ਰਹਿ ਗਈ ਗੱਲ ਵੀ ਇਹ ਤੇ ਆਪਾਂ ਕਿੱਦਾਂ ਕਾਬੂ ਪਾਈਏ,
ਇਹਦੇ ਵਿੱਚ ਹੁਣ ਜੇ ਅਫਗਾਨਿਸਤਾਨ ਦੇ ਵਿੱਚ ਹੋਇਆ, ਹਾਂਜੀ ਹਾਂਜੀ, ਤੇ ਹੁਣ ਇਹ ਜੀ ਮਤਲਬ ਘੱਟ ਗਿਣਤੀਆਂ ਦੀ ਮੋਦੀ ਸਾਹਿਬ ਵੀ ਗੱਲ ਕਰਦੇ ਆ ਕਿ ਜੀ ਉੱਥੇ ਜਿਹੜੇ ਹਿੰਦੂ ਆ ਮੁਸਲਮਾਨ ਆ, ਮੁਸਲਮਾਨ ਚਲੋ ਉੱਥੇ ਦੇ ਹੈ ਹੀ ਹੈ, ਹਾਂਜੀ, ਹਿੰਦੂ ਆ ਸਿੱਖ ਆ ਜਾਂ ਜੈਨੀ ਆ ਜਿਹੜੇ ਭਾਈਚਾਰਾ ਆ ਉਹਨਾਂ ਨੂੰ ਖਤਰਾ ਆ, ਉਹ ਤਾਂ ਗੱਲਾਂ ਬਾਤ ਬਹੁਤ ਕਰਦੇ ਆ, ਹਾਂਜੀ ਹਾਂਜੀ, ਪਰ ਹੁਣ ਹੁਣ ਜਿਹੜਾ ਮੋਦੀ ਸਾਹਿਬ ਆ ਉਹਨਾਂ ਨੂੰ ਇਹ ਗੱਲ UN ਵਿੱਚ ਵੀ ਲੈ ਕੇ ਜਾਣੀ ਚਾਹੀਦੀ ਆ। ਟਰੰਪ ਇਹਨਾਂ ਦਾ ਵਧੀਆ ਮਿੱਤਰ ਆ, ਅਜੇ ਹੁਣ 4 ਦਿਨ ਹੋਏ ਇਹਨਾਂ ਨੇ ਆਪਣੀਆਂ ਫੌਜਾਂ ਪਿਛਾਂ ਹਟਾਉਣ ਨੂੰ, ਤਾਂ ਅੱਜ ਸਿੱਖਾਂ ਤੇ ਇਹ ਕਿਉਂ ਹੋਇਆ? ਠੀਕ, ਦੇਖੋ ਮੈਂ ਦੇਖੋ ਗੱਲ ਜੋੜ ਦੇਣੀ ਚਾਹੁੰਦਾ। ਹਾਂਜੀ ਰਾਜਾ ਜੀ, ਮੈਂ ਇੱਕ ਗੱਲ ਜੋੜ ਦੇਣੀ ਚਾਹੁੰਦਾ, ਇਸ ਰੋਗ ਨੂੰ, ਇਸ ਗੱਲ ਨੂੰ ਜਿਹੜਾ ਪਾਕਿਸਤਾਨ ਲਾਹੌਰ ਦੇ ਵਿੱਚ ਵੀ ਜਿਹੜਾ ਤਸ਼ੱਦਦ ਸਿੱਖ ਭੈਣ ਭਰਾਵਾਂ ਦੇ ਕੀਤਾ ਜਾ ਰਿਹਾ, ਮੈਂ ਇੱਥੇ ਤੱਕ ਸੁਣਿਆ, ਇਕੱਲਾ ਉੱਥੇ ਹੀ ਨਹੀਂ ਸੁਣਨ ਨੂੰ ਸਾਡੇ ਜਿਵੇਂ ਇੰਗਲੈਂਡ ਦੇ ਵਿੱਚ ਵੀ ਹੈ, ਲਵ ਜਿਹਾਦ ਵੀ ਫੈਲਾਇਆ ਜਾ ਰਿਹਾ, ਉਹਦੇ ਵਿੱਚ ਸਿੱਖਾਂ ਦੀਆਂ ਕੁੜੀਆਂ ਨੂੰ ਟਾਰਗੇਟ ਕੀਤਾ ਜਾਂਦਾ, ਕਸ਼ਮੀਰ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਹੈਗੇ ਨੇ, ਜਿੰਨਾ ਮੈਂ ਖੁਦ ਇਸ ਗੱਲ ਦੀ ਮੈਂ ਅਗਵਾਈ ਵੀ ਭਰ ਸਕਦਾ, ਇਹੋ ਜਿਹੇ ਹਾਲਾਤ ਹੈਗੇ ਨੇ। ਠੀਕ ਹੈ, ਪਾਕਿਸਤਾਨ ਦੇ ਵਿੱਚ ਵੀ ਜਿਵੇਂ ਹੁਣ ਇੱਕ ਨਨਕਾਣਾ ਸਾਹਿਬ ਤੱਕ ਵੀ ਪਥਰਾਵ ਹੋਇਆ ਸੀ ਆਪਣਾ, ਉੱਥੇ ਵੀ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਹੜੇ ਤਾਂ ਆਮ ਲੋਕ ਨੇ ਜਿਹੜੇ ਇਹ ਧਰਮ ਸਿਧਾਂਤ ਨੂੰ ਸਮਝਦੇ ਨੇ ਉਹ ਇਹ ਗੱਲ ਤਾਂ ਨਹੀਂ ਕਰਦੇ, ਜਿਹੜੇ ਧਰਮਾਂ ਦੀ ਆੜ ਦੇ ਵਿੱਚ ਇਹੋ ਜਿਹਾ ਗੰਦ ਫੈਲਾਉਣਾ ਚਾਹੁੰਦੇ ਨੇ ਉਹ ਪਾਕਿਸਤਾਨ ਦੇ ਵਿੱਚ ਵੀ ਨੇ, ਸਿੱਖਾਂ ਦੇ ਉੱਤੇ ਜ਼ੁਲਮ ਹੁੰਦੇ ਨੇ, ਇਹਦੇ ਚ ਕਿਤੇ ਵੀ ਕੋਈ ਦੋ ਰਾਏ ਨਹੀਂ, ਹਿੰਦੂ ਕੁੜੀਆਂ ਨਾਲ ਵੀ ਧੱਕਾ ਹੋਇਆ ਜਿਹੜੇ ਵੀ ਉੱਥੇ ਵਸਨੀਕ ਨੇ, ਇਹ ਗੱਲਾਂ ਨੂੰ ਨੈਗਲੈਕਟ ਨਹੀਂ ਕੀਤਾ ਜਾ ਸਕਦਾ। ਇਹ ਵੀ ਗੱਲ ਜਿਹੜੇ ਮੇਰੇ ਚਾਹੇ ਮੁਸਲਮਾਨ ਭਰਾ ਹੋਣ ਚਾਹੇ ਕਿਸੇ ਵੀ ਧਰਮ ਦਾ ਹੋਵੇ, ਇਸ ਗੱਲ ਲਈ ਉਹ ਜ਼ੋਰ ਦੇਣ ਵੀ ਜਿਹੜੇ ਵੀ ਮੁਲਕ ਚ ਕਿਸੇ ਵੀ ਮੁਲਕ ਚ ਕਿਸੇ ਵੀ ਜਾਤ ਨਾਲ ਕਿਸੇ ਵੀ ਧਰਮ ਨਾਲ ਇਹੋ ਜਿਹੀ ਕੋਈ ਗੱਲ ਹੁੰਦੀ ਹੈ ਉਹ ਨਿੰਦਣਯੋਗ ਹੈ, ਇਹ ਇਨਸਾਨੀਅਤ ਨਹੀਂ ਹੈ। ਔਰ ਇਨਸਾਨੀਅਤ ਨੂੰ ਅੱਜ ਸਮਝਣਾ ਪੈ ਗਿਆ, ਜਿਹੜੇ ਲੋਕ ਕਹਿੰਦੇ ਸੀ ਵੀ ਸਾਡੇ ਤੋਂ ਬਗੈਰ ਦੁਨੀਆ ਨਹੀਂ ਚੱਲ ਸਕਦੀ, ਅੱਜ ਉਹ ਵੀ ਲੋਕ ਘਰਾਂ ਦੇ ਵਿੱਚ ਟੱਕੇ ਪਏ ਨੇ ਦੁਨੀਆ ਜੀ। ਆਪਾਂ ਪ੍ਰੋਗਰਾਮ ਦੇ ਆਖਰ ਦੇ ਵਿੱਚ ਪਹੁੰਚ ਚੁੱਕੇ ਹਾਂ, ਡਾਕਟਰ ਜੀ ਦਾ ਮੇਰੇ ਖਿਆਲ ਉਹਨਾਂ ਦੀ ਜਿਹੜੀ ਕਾਲ ਜਿਹੜੀ ਆਫ ਹੋ ਗਈ ਆ, ਤੇ ਮੈਂ ਪੱਡਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਆਖਰ ਦੇ ਵਿੱਚ ਦੋਨੋਂ ਹੀ ਮੁੱਦਿਆਂ ਤੇ ਕੀ ਕਹਿਣਾ ਚਾਹੁੰਦੇ ਹਾਂ, ਜਿਹੜੇ ਲੋਕਾਂ ਨੂੰ ਆਪਾਂ ਸਾਵਧਾਨ ਵੀ ਕਰ ਸਕੀਏ ਤੇ ਜੇ ਕਿਤੇ ਆਪਾਂ ਘੱਟ ਗਿਣਤੀ ਚ ਰਹਿੰਦੇ ਹਾਂ ਉੱਥੋਂ ਆਪਣਾ ਬਚਾਅ ਵੀ ਕਰ ਸਕੀਏ, ਕੀ ਕਹੋਗੇ? ਸਾਰਿਆਂ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਉੱਥੇ ਅਫਗਾਨਿਸਤਾਨ ਤੇ ਸਿੱਖ ਆ ਜੀ, ਉਹਨਾਂ ਨੂੰ ਆਪਾਂ ਨੂੰ ਜ਼ਰੂਰ ਆਪਣੇ ਭਾਰਤ ਵਿੱਚ ਲਿਆਉਣਾ ਚਾਹੀਦਾ, ਜਿੰਨੀ ਉਹਨਾਂ ਦੀ ਮਦਦ ਕਰਨੀ ਸਾਡੀ ਬਣਦੀ ਉਹਨਾਂ ਦੀ ਵੱਧ ਤੋਂ ਵੱਧ ਕਰੀਏ, ਇਹ ਸਾਰਾ ਸਾਰੇ ਸਿੱਖਾਂ ਦੀ, ਸਾਰੇ ਸਿੱਖ। ਠੀਕ, ਤੇ ਦੂਸਰੀ ਜਿਹੜਾ ਹੈਗਾ ਆ ਜੀ, ਆਪਾਂ ਕੀਤੀ ਆ ਕਰੋਨਾ ਦੀ ਗੱਲ, ਤੇ ਉਹਦੇ ਵਿੱਚ ਆਪਾਂ ਗੌਰਮੈਂਟ ਦਾ ਵੀ ਸਾਥ ਦੇਈਏ ਤੇ ਆਪ ਵੀ ਘਰਾਂ ਦੇ ਵਿੱਚ ਬੈਠ ਜਾਈਏ ਤਾਂ ਕਿ ਮਹਾਂਮਾਰੀ ਤੋਂ ਆਪਾਂ ਬਚ ਸਕੀਏ ਜੀ। ਠੀਕ ਹੈ ਰਾਜਾ ਜੀ, ਜਿੱਦਾਂ ਦੋਨੇ ਹੀ ਮਸਲਿਆਂ ਤੇ ਤਰਤੀਬ ਬਾਰ ਜਿੱਦਾਂ ਕੀ ਕਹਿਣਾ ਚਾਹੋਗੇ, ਮਤਲਬ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਿੱਦਾਂ ਕੀਤੀ ਜਾਵੇ, ਤੇ ਆ ਜਿਹੜਾ ਕਰੋਨਾ ਦੇ ਕਹਿਰ ਪੂਰੀ ਦੁਨੀਆਂ ਤੇ ਵਾਪਰਿਆ ਆ, ਇਹਦੇ ਸੰਬੰਧ ਦੇ ਵਿੱਚ ਆਖਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਬਿਲਕੁਲ ਜੀ, ਮੈਂ ਤੁਹਾਨੂੰ ਕਹਿਣਾ ਚਾਹਾਂਗਾ, ਸਿੱਖ ਕੌਮ ਦੀ ਉਤਪਤੀ ਹੋਂਦ, ਹਾਂਜੀ, ਹੋਈ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਹੈ। ਸਾਨੂੰ ਤਾਂ ਇੱਥੋਂ ਤੱਕ ਉਡਾਣ ਗਏ ਜਿਵੇਂ ਕਹਿ ਤਾ ਸੀ ਉਜੜ ਜਾਓ, ਅਸੀਂ ਉਹੀ ਲੋਕ ਆ ਜਿਹੜੇ ਉਜੜ ਕੇ ਆਪਣੀਆਂ ਅੱਛਾਈਆਂ ਦੁਨੀਆਂ ਭਰ ਦੇ ਵਿੱਚ ਲੈ ਕੇ ਗਏ ਹਾਂ, ਦੁਨੀਆਂ ਭਰ ਦੇ ਵਿੱਚ ਲੰਗਰ ਪ੍ਰਥਾ ਨੂੰ ਲੈ ਕੇ ਗਏ ਹਾਂ, ਦੁਨੀਆਂ ਭਰ ਦੇ ਵਿੱਚ ਜਾਤਵਾਦ ਭੇਦਭਾਵ ਨੂੰ ਖਤਮ ਕਰਕੇ ਲੈ ਕੇ ਗਏ ਹਾਂ, ਅਸੀਂ ਉਹ ਲੋਕ ਤੇ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ, ਨਾ ਸਾਡੀ ਕਿਸੇ ਜਾਤ ਨਾਲ ਕਿਸੇ ਧਰਮ ਨਾਲ ਲੜਾਈ ਹੈ। ਤੇ ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਜਿਹਨਾਂ ਨੇ ਵੀ ਇਹੋ ਜਿਹਾ ਨਿੰਦਣਯੋਗ, ਮੇਰੇ ਕੋਲ ਅਲਫਾਜ਼ ਵੀ ਨਹੀਂ ਆ ਰਹੇ, ਮਨ ਅੰਦਰੋਂ ਰੋਣ ਨੂੰ ਆਉਂਦਾ ਜਦੋਂ ਬੱਚਿਆਂ ਦੀ ਵੀਡੀਓ ਜਾਂ ਫੋਟੋਆਂ ਦੇਖਦੇ ਹਾਂ ਜਿਹਨਾਂ ਨਾਲ ਇਹ ਭਾਣਾ ਵਾਪਰਿਆ,
ਉਹ ਜੋ ਪਾਣਾ ਵੱਧ ਗਿਆ ਉਹਨੂੰ ਤਾਂ ਆਪਾਂ ਪਾਣਾ ਮਿੱਠਾ ਕਰਕੇ ਵੀ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਉਹ ਬੱਚਿਆਂ ਦੀ ਜ਼ਿੰਦਗੀ ਅੱਗੇ ਕਿਵੇਂ ਬਤੀਤ ਹੋਏਗੀ ਸਾਨੂੰ ਇਹ ਵੀ ਸੋਚਣਾ ਚਾਹੀਦਾ। ਔਰ ਇਸ ਦੇ ਨਾਲ ਜੋ ਕੋਰੋਨਾ ਦੇ ਹਾਲਾਤ ਨੇ ਉਹ ਦੁਨੀਆਂ ਭਰ ਦੀਆਂ ਤਾਕਤਾਂ ਨੇ ਮੋਢੇ ਟੇਕਦੇ ਨੇ। ਠੀਕ ਜੀ ਨੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਜੀਵਨ ਜਾਚ ਦਿੱਤੀ ਸੀ, ਆਪਾਂ ਲੋਕ ਉਸ ਚੀਜ਼ ਤੋਂ ਬਾਹਰ ਹੋ ਗਏ, ਆਪਾਂ ਅੱਜ ਵੀ ਉਹੀ ਦੁਨੀਆਂ ਜੀ ਰਹੇ ਹਾਂ। ਬਾਣੀ ਦੇ ਵਿੱਚ ਲਿਖਿਆ ਬਲਿਹਾਰੇ ਕੁਦਰਤ ਵਸਿਆ, ਕੁਦਰਤ ਨੂੰ ਸਾਂਭਣ ਦਾ ਸਮਾਂ। ਔਰ ਜਿਹੜੇ ਲੋਕ ਇਹ ਜਿਹਨਾਂ ਦਾ ਪੇਸ਼ਾ ਰਾਜਨੀਤੀ ਹੈ, ਮੈਂ ਇੱਥੇ ਤੁਹਾਨੂੰ ਗੱਲ ਪਿੱਛੇ ਰਹਿ ਗਈ ਸੀ, ਜਿਹਨਾਂ ਨੇ ਇਹ ਰਾਜਨੀਤੀ ਪੇਸ਼ਾ ਬਣਾਇਆ ਹੋਇਆ, ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਹਾਂ, ਗੱਲ ਗੱਲ ਤੇ ਉਹ ਲਾਈਵ ਹੋ ਜਾਂਦੇ ਨੇ, ਗੱਲ ਗੱਲ ਤੇ ਸਰਕਾਰਾਂ ਨੂੰ ਭੰਡਣ ਤੁਰ ਪੈਂਦੇ ਨੇ, ਗੱਲ ਗੱਲ ਤੇ ਇਸ਼ੂ ਖੜੇ ਕਰਦੇ ਨੇ ਵੀ ਸਰਕਾਰ ਨੇ ਆਹ ਨੀ ਕੀਤਾ ਆਹ ਨੀ ਕੀਤਾ, ਕਈ ਇਲੈਕਸ਼ਨ ਲੜ ਚੁੱਕੇ ਨੇ, ਕਈਆਂ ਨੇ ਲੜਨੀ ਹੈ, ਕਈ ਜਿੱਤ ਚੁੱਕੇ ਨੇ, ਅੱਜ ਉਹ ਕੋਈ ਵੀ ਲੋਕ ਸੜਕਾਂ ਤੇ ਨਜ਼ਰ ਨਹੀਂ ਆ ਰਿਹਾ। ਠੀਕ ਹੈ, ਜਿਹੜੇ ਕਈ ਐਸੇ ਲੋਕ ਮੈਂ ਕਹਿ ਦੇਣਾ ਚਾਹੁੰਦਾ ਜਿਹੜੇ ਸਟਿੰਗ ਆਪਰੇਸ਼ਨਾਂ ਕਰਕੇ ਅਫਸਰਾਂ ਨੂੰ ਬਦਨਾਮ ਕਰਦੇ ਰਹੇ ਨੇ, ਅੱਜ ਉਹ ਲੋਕਾਂ ਨੂੰ ਵੀ ਅਕਲ ਆ ਗਈ ਹੈ ਵੀ ਸੜਕਾਂ ਦੀ। ਮੇਰਾ ਰਾਜਾ ਜੀ ਸਵਾਲ ਵੀ ਸੀਗਾ ਕਿ ਬਹੁਤ ਜਿੱਦਾਂ ਸੋਸ਼ਲ ਮੀਡੀਆ ਤੇ ਪਿਆ ਆ MLA ਦੀਆਂ ਫੋਟੋਆਂ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਪਾਈਆਂ, ਤੁਸੀਂ ਲੁਧਿਆਣੇ ਤੋਂ ਗੱਲ ਕਰ ਰਹੇ ਜਾਂ ਹੋਰ ਕੱਲਾ ਮਤਲਬ ਸਾਰੇ ਪੰਜਾਬ ਦੀ ਗੱਲ ਲਈਏ ਵੀ ਉਹ ਘਰੇ ਬੈਠੇ ਆ ਸਿਆਸਤਦਾਨ ਜਿਹਨਾਂ ਨੂੰ ਅੱਗੇ ਆਉਣਾ ਚਾਹੀਦਾ ਸੀ। ਮੈਂ ਬਿਲਕੁਲ ਕਹਿ ਰਿਹਾ ਜੀ, ਜਿਹੜੇ ਸਿਆਸਤਦਾਨ NRI ਨੂੰ ਕਲੋਸ ਕਲੋਸ ਕੇ ਕਰੋੜਾਂ ਰੁਪਏ ਦੇ ਫੰਡ ਜੇਬਾਂ ਚ ਪਾ ਗਏ, ਅੱਜ ਉਹੀ NRI ਦੇ ਹੱਕ ਚ ਵੀ ਨਹੀਂ ਆ ਰਹੇ, ਅੱਜ ਉਹ ਲੋਕ ਜਿਹਨਾਂ ਨੇ ਆਪਣੀ ਰਾਜਨੀਤੀ ਚਮਕਾਈ ਲੋਕਾਂ ਨੂੰ ਬਲੈਕਮੇਲ ਕਰਕੇ, ਅਫਸਰਾਂ ਨੂੰ ਬਲੈਕਮੇਲ ਕਰਕੇ, ਅੱਜ ਉਹ ਲੀਡਰ ਘਰੇ ਲੋਕ ਕੇ ਬੈਠੇ ਨੇ। ਤੇ ਅਫਸਰ ਸਾਹਿਬਾਨ ਮੈਂ ਸਲਿਊਟ ਕਰਦਾ ਪੰਜਾਬ ਪੁਲਿਸ ਦਾ, ਜਿੱਥੇ ਇੱਕ ਕੁਛ ਕੁ ਅਫਸਰਾਂ ਕਰਕੇ ਸਿਰ ਨੀਵਾਂ ਹੋਇਆ, ਜਿਹਨਾਂ ਨੇ ਬਗੈਰ ਓਰਡਰਾਂ ਨੂੰ ਸਮਝਿਆ, ਬਗੈਰ ਗੱਲ ਸਮਝਿਆ ਡੰਡਾ ਵਰਤਾਇਆ, ਸਖਤੀ ਜ਼ਰੂਰੀ ਹੈ। ਮੈਂ ਨਾਲ ਇਹ ਵੀ ਕਹਿ ਰਿਹਾ ਪੰਜਾਬ ਪੁਲਿਸ ਵੱਲੋਂ ਜਿਹੜੀ ਸਖਤੀ ਅਪਣਾਈ ਜਾ ਰਹੀ ਜ਼ਰੂਰੀ ਹੈ, ਪਰ ਉਹਦੇ ਨਾਲ ਜਿਹੜੇ ਅਫਸਰ ਉਹ ਸਖਤੀ ਦਾ ਨਜਾਇਜ਼ ਫਾਇਦਾ ਚੁੱਕ ਰਹੇ ਨੇ, ਕਿਹੜਾ ਹੀ ਕੱਢਣ ਲੱਗ ਗਏ ਨੇ, ਜਾਂ ਮੈਂ ਕਹਿੰਦਾ ਵੀ ਮੈਂਟਲੀ ਲੈਵਲ ਤੇ ਉਹ ਡਾਊਨ ਨੇ, ਸੜਕਾਂ ਤੇ ਡਾਂਗਾ ਹੀ ਚਲਾਈ ਜਾ ਰਹੇ, ਉਹ ਵੀ ਗਲਤ ਹੈ। ਮੈਂ ਵੀਰਾਂ ਪੰਜਾਬ ਦੇ ਲੋਕਾਂ ਨੂੰ ਵੀ, ਦੇਸ਼ ਦੇ ਲੋਕਾਂ ਨੂੰ, ਦੁਨੀਆਂ ਭਰ ਦੇ ਲੋਕਾਂ ਨੂੰ ਇਹੀ ਸਮਝਾਉਣਾ ਚਾਹਾਂਗਾ, ਆਪਣੇ ਆਪਣੇ ਘਰਾਂ ਵਿੱਚ ਜਿੰਨਾ ਤੁਸੀਂ ਰਹੋਗੇ ਉਨਾ ਜ਼ਿਆਦਾ ਸੇਫ ਰਹੋਗੇ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ, ਹਾਇ ਤੋਬਾ ਨਾ ਪਹੁੰਚਾਓ, ਸਰਕਾਰ ਪੂਰਾ ਇਸ ਚੀਜ਼ ਦੇ ਉੱਤੇ ਕੰਮ ਕਰ ਰਹੀ ਹੈ, ਯਕੀਨੀ ਬਣਾ ਰਹੀ ਹੈ ਵੀ ਤੁਹਾਨੂੰ ਕਿਸੇ ਪ੍ਰਕਾਰ ਦੇ ਕਮੀ ਨਾ ਆਵੇ। ਮੈਂ ਉਹਨਾਂ ਵੀਰਾਂ ਨੂੰ ਵਾਸਤੇ ਅਪੀਲ ਕਰਨਾ ਚਾਹਾਂਗਾ, ਜਿਹੜੇ ਵੀਰ ਇਸ ਟਾਈਮ ਫਰੰਟ ਤੇ ਲੜ ਰਹੇ ਨੇ, ਸਭ ਤੋਂ ਫਰੰਟ ਦੇ ਉੱਤੇ ਇਸ ਟਾਈਮ ਇਹ ਲੜਾਈ ਕੋਈ ਲੜ ਰਿਹਾ ਤੇ ਪੰਜਾਬ ਪੁਲਿਸ ਲੜ ਰਹੀ ਹੈ। ਇਹ ਜਿਹੜੇ ਅਫਗਾਨੀ ਸਿੱਖਾਂ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਬਾਰੇ ਸਾਡੇ ਕੋਲ ਤਾਜ਼ੀ ਤਾਜ਼ੀ ਰਿਪੋਰਟ ਆਈ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਆਪਣੇ ਗੋਬਿੰਦ ਸਿੰਘ ਜੀ ਲੌਂਗੋਵਾਲ, ਉਹਨਾਂ ਨੇ ਐਲਾਨ ਕਰਤਾ ਕਿ ਜਿਹੜੇ ਅਫਗਾਨਿਸਤਾਨ ਦੇ ਵਿੱਚ ਸਿੱਖ ਹੈ ਉਹਨਾਂ ਨੂੰ ਭਾਰਤ ਲਿਆਂਦਾ ਜਾਵੇਗਾ ਤੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਉਹਨਾਂ ਦਾ ਸਾਰਾ ਕੁਛ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਇਹ ਮਤਲਬ ਸਾਰਾ ਜਿਹੜਾ ਗੱਲਬਾਤ ਕਰੇਗੀ, ਸੋ ਇਹ ਵੀ ਇੱਕ ਚੰਗੀ ਗੱਲ ਆ, ਤੁਸੀਂ ਇਹਦੇ ਬਾਰੇ ਵੀ ਕੁਝ ਕਹਿਣਾ ਚਾਹੋਗੇ? ਮੈਂ ਬੜੀ ਖੁਸ਼ੀ ਵਾਲੀ ਗੱਲ ਹੈ, ਅਗਰ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਮੁੱਢਲੀ ਸੰਸਥਾ ਸਾਡੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਗਰ ਉੱਥੋਂ ਇਹਦੇ ਕੰਮ ਹੋ ਰਹੇ ਨੇ ਜਿੱਦਾਂ ਉਹਨਾਂ ਨੇ ਗੁਰਦੁਆਰੇ ਕੋਲ ਤੇ ਸਰਾਵਾਂ ਖੋਲਦੀਆਂ, ਬੜਾ ਵੱਡਾ ਕੰਮ ਹੈ। ਮੈਂ ਕਹਿੰਦਾ ਵੱਧ ਤੋਂ ਵੱਧ ਗੋਲਕਾਂ ਦੇ ਮੂੰਹ ਖੋਲ ਕੇ ਗੁਰਦੁਆਰਿਆਂ ਦੇ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਤਾਂ ਕਿ ਲੋਕ ਸੜਕਾਂ ਤੇ ਆਉਣ, ਤਾਂ ਕਿ ਪ੍ਰਸ਼ਾਸਨ ਇਹਦੇ ਨਾਲ ਪੂਰਾ ਰੂਪ ਚ ਨਿਜੜ ਸਕੇ। ਮੈਂ ਤੁਹਾਨੂੰ ਇਹੋ ਗੱਲ ਦੱਸਣਾ ਚਾਹ ਰਿਹਾ, ਇਹਦੇ ਵਿੱਚ ਇਸ ਟਾਈਮ ਫਰੰਟ ਤੇ ਲੜ ਰਹੇ ਹਾਂ, ਸਮਝਣ ਦੀ ਲੋੜ ਹੈ, ਇਸ ਟਾਈਮ ਫਰੰਟ ਦੇ ਉੱਤੇ ਪੁਲਿਸ ਲੱਗੀ ਹੈ, ਪੁਲਿਸ ਵਾਲੇ ਵੀ ਸਾਰੀ ਚੀਜ਼ ਨੂੰ ਕੰਟਰੋਲ ਕਰ ਰਹੇ ਨੇ, ਤਾਂ ਕਿ ਹਾਈ ਤੋਬਾ ਨਾ ਬਚੇ, ਹਾਹਾਕਾਰ ਨਾ ਬਚੇ, ਲੋਕ ਸੜਕਾਂ ਤੇ ਨਾ ਜਾਣ, ਉਸ ਚੀਜ਼ ਨੂੰ ਕੰਟਰੋਲ ਕਰ ਰਹੇ, ਉਹ ਆਪਣਾ ਘਰ ਪਰਿਵਾਰ ਛੱਡ ਗਏ। ਦੇਖੋ ਆਖਰ ਉਹ ਵੀ ਇਨਸਾਨ ਨੇ, ਉਹ ਆਪਣਾ ਘਰ ਪਰਿਵਾਰ ਛੱਡ ਗਏ, ਬੱਚਿਆਂ ਨੂੰ ਨਿੱਕਿਆਂ ਨੂੰ ਛੱਡ ਗਏ, ਉਹ ਸੜਕਾਂ ਤੇ ਡਿਊਟੀ ਦੇ ਰਹੇ ਨੇ, 24-24 ਘੰਟੇ ਦੀ ਡਿਊਟੀ ਦੇ ਰਹੇ ਨੇ। ਦੂਜੀ ਜਗ੍ਹਾ ਤੇ, ਦੂਸਰੇ ਨੰਬਰ ਤੇ
ਡਾਕਟਰੀ ਪੇਸ਼ੇ ਨਾਲ ਜੁੜੇ ਲੋਕ ਨੇ, ਜਿਹੜੇ ਕੋਈ ਵੀ ਪੇਸ਼ੈਂਟ ਡਿਟੈਕਟ ਹੁੰਦਾ ਪੁਲਿਸ ਉਹਨੂੰ ਚੱਕ ਲਈ ਘਰਾਂ ਚੋਂ ਲੈ ਕੇ ਆਉਂਦੀ, ਉਹ ਲੋਕ ਉਹਨਾਂ ਦੀ ਲੈਬ ਟੈਸਟਿੰਗ ਕਰ ਰਹੇ, ਉਹਨਾਂ ਦੀ ਆਈਸੋਲੇਟ ਕਰ ਰਹੇ, ਉਹਨਾਂ ਨੂੰ ਸੰਭਾਲ ਰਹੇ ਨੇ ਉਹ ਲੋਕ ਨੇ। ਤੀਜੇ ਲੈਵਲ ਤੇ ਪ੍ਰਸ਼ਾਸਨ ਹੈ ਜਿਹੜਾ ਸਾਰੀ ਚੀਜ਼ ਨੂੰ ਕੰਟਰੋਲ ਕਰਨ ਲਈ ਕੰਮ ਕਰ ਰਹੀ ਹੈ। ਅਗਰ ਮੈਂ ਇੱਥੇ ਗੱਲ ਦੱਸਣਾ ਚਾਹੁੰਦਾ, ਦੇਖੋ ਕੋਈ ਵੀ ਡੀਸੀ ਲੈਵਲ ਤੇ ਜਿਹੜੇ ਵਰਕਰ ਕੰਮ ਕਰ ਰਹੇ, ਜਿਨ੍ਹਾਂ ਨੇ ਹਰ ਰਾਸ਼ਨ ਔਰ ਮੁਹੱਈਆ ਸਹੂਲਤਾਂ ਮੁਹੱਈਆ ਕਰਾਉਣੀਆਂ, ਅਗਰ ਉਹ ਰੁੱਕ ਨੇ, ਅਗਰ ਉਹ ਹੜਤਾਲ ਕਰਕੇ ਘਰਾਂ ਚ ਬਹਿ ਗਏ ਤੇ ਲੋਕਾਂ ਨੂੰ ਰਾਸ਼ਨ ਕੌਣ ਪਹੁੰਚਾਊਗਾ? ਬਹੁਤ ਬਹੁਤ ਆਪਣੇ ਰਾਜਾ ਜੀ ਧੰਨਵਾਦ। ਤੇ ਅਸੀਂ ਆਪਣੇ ਵੱਲੋਂ ਅਦਾਰਾ ਵਾਜੇ ਕੌਮ ਵੱਲੋਂ ਤੁਹਾਡਾ ਕੁਲਦੀਪ ਸਿੰਘ ਜੀ ਦਾ, ਬੀਬੀ ਡਾਕਟਰ ਕਮਲ ਕੌਰ ਆਪਣੇ ਸੁਰਿੰਦਰ ਕੌਰ ਕਮਲ ਜੀ ਦਾ, ਤੇ ਰਾਜਾ ਜਸਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਮਾਂ ਦਿੱਤਾ। ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਗੱਲਬਾਤ ਕਰਾਂਗੇ। ਸੋ ਅਸੀਂ ਆਪਣੇ ਵੱਲੋਂ ਵੀ ਜਿਹੜੀਆਂ ਸੰਸਥਾਵਾਂ ਸਰਕਾਰਾਂ ਲੋਕਾਂ ਦੀ ਭਲਾਈ ਦੇ ਕੰਮ ਕਰ ਰਹੀਆਂ, ਖਾਸ ਤੌਰ 'ਤੇ ਧਾਰਮਿਕ ਗੁਰਦੁਆਰੇ ਸਾਹਿਬਾਨ ਜਿਨ੍ਹਾਂ ਨੇ ਸਰਾਵਾਂ ਖੋਲ੍ਹ ਦਿੱਤੀਆਂ ਅਤੇ ਲੰਗਰ ਲਾ ਦਿੱਤੇ ਸੰਸਥਾਵਾਂ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਹੋਈਆਂ ਗਲਤੀਆਂ ਦੇ ਖਿਮਾ ਦੇ ਜਾਚਕਾਂ, ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਦੇਖਦੇ ਰਹੋ ਆਵਾਜ਼ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ।